ਅੱਲਾਹ ਰਹਿਮਾਨ ਰਹੀਮ ਅਸਲਾਮ ਅਲੈਕੁਮ ਜੀ ਆਇਆਂ ਨੂੰ ਤੇ ਵੈਰੀ ਗੁੱਡ ਮਾਰਨਿੰਗ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਖਾਂਦੇ ਰਹੋ ਤੇ ਜਿਉਂਦੇ ਰਹੋ ਜੀ ਗੁੱਡ ਮਾਰਨਿੰਗ ਵੈਲਕਮ ਟੂ ਆਰ ਸ਼ੋਅ ਮੈਂ ਹਾਂ ਆਪਕੀ ਹੋਸਟ ਸਾਹਿਬਾ ਮੈਂ ਹੋਈ ਜਾਨ ਰੈਂਬੋ ਪੁਰਾਣਾ ਸੁਬਾ ਕੇ ਰੰਗ ਆਪਣਾ ਕੇ ਸੰਗ ਹਾਂਜੀ ਸਵੇਰ ਦੇ ਰੰਗ ਆਪਣਾ ਦੇ ਸਵੇਰੇ ਸਵੇਰੇ ਅਸੀਂ ਆਨੇ ਆ ਰੋਜ਼ ਤੁਹਾਨੂੰ ਤੰਗ ਕਰਨੇ ਆ ਤੰਗ ਤੇ ਨਹੀਂ ਹੁੰਦੇ ਨਹੀਂ ਨਹੀਂ ਖੁਸ਼ ਹੁੰਦੇ ਨੇ ਤੰਗ ਨਹੀਂ ਹੁੰਦੇ ਅੱਜ ਕੱਲ ਤਾਂ ਰਸ਼ ਵੀ ਬਹੁਤ ਹੋ ਗਿਆ ਰਸਤੋਂ ਮੇ ਕਿਉਂਕਿ ਸਕੂਲ ਖੁੱਲ ਗਏ ਆ ਸਕੂਲ ਖੁੱਲ ਗਏ ਨਾ ਟ੍ਰੈਫਿਕ ਬਲੌਕ ਹੁੰਦੀ ਹੈ ਸਵੇਰ ਸਵੇਰ ਔਰ ਸਕੂਲਾਂ ਤੋਂ ਯਾਦ ਆਇਆ ਜੀ ਬੱਚੇ ਮਾਸ਼ਾਅੱਲਾ ਜਿਹੜੇ ਨੇ ਜੀ ਬੱਚਿਆਂ ਦੀ ਐਕਟੀਵਿਟੀਜ਼ ਜਿਹੜੀਆਂ ਅੱਜ ਕੱਲ ਬਹੁਤ ਜ਼ਿਆਦਾ ਹੋ ਗਈਆਂ ਨੇ ਅਸੀਂ ਹੁੰਦੇ ਸਾਂ ਜੀ ਸਾਡਾ ਬਚਪਨ ਵਿੱਚ ਸਕੂਲੋਂ ਆਉਂਦੇ ਸਾਂ ਤੇ ਟਾਈਮ ਹੀ ਪੂਰਾ ਨਹੀਂ ਹੁੰਦਾ ਸ਼ਾਮ ਹੀ ਨਹੀਂ ਹੁੰਦੀ ਸੀ ਹੁਣ ਬੱਚੇ ਆਉਂਦੇ ਨੇ ਉਹ ਹਲੇ ਕੁਝ ਕਰਦੇ ਵੀ ਨਹੀਂ ਤੇ ਸ਼ਾਮ ਹੋ ਜਾਂਦੀ ਹੈ ਉਹਨਾਂ ਦੀ ਪੜ੍ਹਾਈ ਵੀ ਪੂਰੀ ਨਹੀਂ ਹੁੰਦੀ ਤੇ ਰਾਤ ਹੋ ਜਾਂਦੀ ਹੈ ਤੇ ਸੌ ਵੀ ਜਾਂਦੇ ਨੇ ਟੀਵੀ ਚੈਨਲਸ ਇਤਨੇ ਆ ਔਰ ਕੁਝ ਚੈਨਲਸ ਐਸੇ ਆ ਜੋ ਰੈਸਲਿੰਗ ਬਹੁਤ ਦਿਖਾਤੇ ਆ ਬਿਲਕੁਲ ਔਰ ਸਪੈਸ਼ਲੀ ਬॉयਜ਼ ਕੇ ਲਈ ਇਹ ਹੈ ਕਿ ਬॉयਜ਼ ਹਾਈਪਰ ਬਹੁਤ ਜ਼ਿਆਦਾ ਹੁੰਦੇ ਆ ਤਾਂ ਉਹ ਘਰ ਮੇ ਰੈਸਲਿੰਗ ਕੀ ਟ੍ਰਾਈ ਉਹ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਪ੍ਰੈਕਟਿਸ ਕਰਦੇ ਨੇ ਜੀ ਉਹ ਬੜੇ ਖਤਰਨਾਕ ਨੇ ਔਰ ਬੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਪਹਿਲੇ ਤੇ ਉਹਨਾਂ ਦੇ ਕਮਰਿਆਂ 'ਚ ਮੇਰੇ ਹਲੇ ਪਹਿਲੇ ਟੀਵੀ ਚੁੱਕੀ ਲਓ ਤੇ ਚੰਗੇ ਜਿਹੜੇ ਛੋਟੇ ਬੱਚੇ ਨੇ ਜਿਹੜੇ ਸਮਝਦਾਰ ਨੇ ਔਰ ਉਹ ਫਿਰ ਕਾਰਟੂਨ ਤੇ ਠੀਕ ਹੈ ਦੇਖਦੇ ਨੇ ਲੇਕਿਨ ਰੈਸਲਿੰਗ ਦਾ ਬੜਾ ਕਰੇਜ਼ ਅੱਜ ਕੱਲ ਹੋਇਆ ਤੁਸੀਂ ਦੇਖੋ ਉਹ ਟੀ-ਸ਼ਰਟਾਂ ਵੀ ਜੌਨ ਸੀਨਾ ਸ਼ੌਨ ਮਾਈਕਲ ਪਤਾ ਨਹੀਂ ਕਿਹੜਾ ਪਸੀਨਾ ਤੇ ਠੰਡਾ ਪਸੀਨਾ ਤੇ ਜੌਨ ਸੀਨਾ ਜੋ ਵੀ ਹੈ ਖੈਰ ਉਹ ਜਿਹੜੇ ਵੀ ਨੇ ਲੇਕਿਨ ਉਹਨਾਂ ਕੋਲੋਂ ਬੱਚਿਆਂ ਨੂੰ ਜ਼ਰਾ ਦੂਰ ਰੱਖੋ ਜੀ ਇਹ ਵੀ ਬਿਮਾਰੀ ਇੱਕ ਵਬਾ ਹੈ ਤੇ ਬੱਚੇ ਘਰ 'ਚ ਫਿਰ ਉਹ ਕੋਸ਼ਿਸ਼ ਕਰਦੇ ਨੇ ਤੇ ਕੋਈ ਵੱਡਾ ਕੋਰੋਨਾ ਹੋਵੇ ਖੁਦਾ ਨਾ ਖਾਸਾ ਕੋਈ ਚੋਟ ਲੱਗ ਸਕਦੀ ਹੈ ਕੋਈ ਪ੍ਰੋਬਲਮ ਹੋ ਸਕਦੀ ਹੈ ਲਿਖਾ ਵੀ ਹੁੰਦਾ ਹੈ ਡੋਨਟ ਟ੍ਰਾਈ ਦਿਸ ਐਟ ਹੋਮ ਲੇਕਿਨ ਬੱਚੇ ਤਾਂ ਪੂਰੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਉਹ ਸਾਰਾ ਨੂਰਾ ਕੁਸ਼ਤੀ ਹੁੰਦੀ ਜੀ ਤੁਹਾਨੂੰ ਨੂਰਾ ਕੁਸ਼ਤੀ ਨਹੀਂ ਪਤਾ ਸੀ ਉਹ ਮੰਮੀ ਡੈਡੀ ਬਰਗਰ ਫੈਮਿਲੀ ਸਾਨੂੰ ਤਾਂ ਪਤਾ ਜੀ ਨੂਰਾ ਕੁਸ਼ਤੀ ਹੁੰਦੀ ਹੈ ਇਹ ਬੰਟੇ ਖੇਡਣੇ ਨੂਰਾ ਕੁਸ਼ਤੀ ਅਖਰੋਟ ਖੇਡਣੇ ਆਪਣਾ ਬਾਂਦਰ ਕਿੱਲਾ ਇਹਨਾਂ ਦਾ ਤੁਹਾਨੂੰ ਨਹੀਂ ਪਤਾ ਇਹ ਕੌਣ ਸੀ ਗੇਮਸ ਹੈ ਇਹ ਤੇ ਗੱਲ ਹੈ ਤੁਹਾਨੂੰ ਦੱਸਾਂ ਦੇ ਗੇਮਾਂ ਦੇ ਉੱਤੇ ਗੱਲ ਹੋ ਰਹੀ ਹੈ ਜੀ ਤੇ ਬੱਚਿਆਂ ਦੇ ਉੱਤੇ ਜ਼ਰੂਰ ਨਾਲ ਰਹਿ ਕੇ ਉਹਨਾਂ ਨਾਲ ਖੇਡੋ ਜੀ ਤਾਂ ਕਿ ਰੈਸਲਿੰਗ ਤੋਂ ਬਚਾਓ ਜ਼ਰਾ ਬੜੇ ਕਾਫੀ ਕਿੱਸੇ ਵੀ ਆਏ ਨੇ ਕਾਫੀ ਪਤਾ ਵੀ ਚੱਲਿਆ ਦੋਸਤਾਂ ਯਾਰਾਂ ਰਿਸ਼ਤੇਦਾਰਾਂ ਵੱਲ ਕਿ ਬੱਚੇ ਨੂੰ ਚੋਟ ਲੱਗ ਜਾਂਦੀ ਬੱਚੇ ਸੰਨਾ ਸਮਝ ਹੁੰਦੇ ਨੇ ਤੇ ਉਹ ਉਂਝ ਦੀ ਹਰਕਤ ਕਰਦੇ ਨੇ ਔਰ ਮਦਰਸ ਘਰ ਮੇ ਹੁੰਦੀ ਹੈ ਸਪੈਸ਼ਲੀ ਇਹ ਮਦਰਸ ਕੀ ਰਿਸਪੋਨਸਿਬਿਲਿਟੀ ਹੈ ਕਿ ਬੱਚੋਂ ਪੇ ਜ਼ਰਾ ਫੁੱਲ ਟਾਈਮ ਨਜ਼ਰ ਰੱਖੇ ਅੱਛਾ ਗੱਲ ਹੁੰਦੇ ਹੁੰਦੇ ਗੇਮ ਵਾਲੇ ਪਾਸੇ ਚਲੀ ਗਈ ਔਰ ਗੇਮ ਤੋਂ ਅਸੀਂ ਸੋਚਿਆ ਕਿ ਕਿਉਂ ਨਾ ਫਿਰ ਇਹਨੂੰ ਅੱਜ ਪੂਰਾ ਪ੍ਰੋਗਰਾਮ ਹੀ ਗੇਮ ਵਾਲੇ ਪਾਸੇ ਲੈ ਜਾਈਏ ਚਲੇ ਕੀ ਖੇਲਣੇ ਠਹਿਰ ਜਾਓ ਅਲੇ ਉਸ ਤੋਂ ਪਹਿਲੇ ਤੁਸੀਂ ਆਪਣੇ ਕੱਪੜਿਆਂ ਦਾ ਅੱਜ ਨਹੀਂ ਦੱਸਿਆ ਕਿ ਆਪਕੇ ਡਰੈਸ ਕਹਾਂ ਸੇ ਆਏ ਹੈ ਇਹ ਬੜਾ ਜ਼ਰੂਰੀ ਹੁੰਦਾ ਹੈ ਹਾਂ ਇਹ ਵੈਸੇ ਜ਼ਰੂਰੀ ਹੈ ਵਰਨਾ ਡਰੈਸ ਆਨੇ ਬੰਦ ਹੋ ਜਾਏਗੇ ਹਾਂ ਨਾ ਲਵੋ ਫੌਰਨ ਨਾ ਲਵੋ ਅੱਜ ਦਾ ਮੇਰਾ ਡਰੈਸ ਇਹ ਦੇਖੇ ਜੀ ਕੱਟ ਇੱਕ ਬਣਾਇਆ ਉਹਨਾਂ ਨੇ ਬੜਾ ਜ਼ਬਰਦਸਤ ਕਿਸਮ ਦਾ ਔਰ ਜੀਨਸ ਕੇ ਸਾਥ ਦਿਆ ਹੈ ਇਹ ਹੈ ਕਾਟਨ ਜੀਨੀ ਦਾ ਜੀਨ ਕੇ ਸਾਥ ਕਾਟਨ ਜੀਨੀ ਤੇ ਮੇਰਾ ਡਰੈਸ ਜਨਾਬ ਤੁਹਾਨੂੰ ਯਾਦ ਹੀ ਹੋ ਗਿਆ ਹੋਣਾ ਗ੍ਰੈਵਿਟੀ ਗ੍ਰੈਵਿਟੀ ਤੋਂ ਆਉਂਦਾ ਭਾਜੀ ਅੱਛਾ ਕਿਆ ਕਹਿ ਰਹੇ ਤੇ ਕਿ ਖੇਲਣੇ ਜਾਣੇ ਬਾਹਰ ਮੈਂ ਕਿਹਾ ਨਹੀਂ 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 ਅਸੀਂ ਸੋਚਿਆ ਕਿ ਕਿਉਂ ਨਹੀਂ ਅੱਜ ਗੇਮ ਦੇ ਬਾਰੇ 'ਚ ਗੱਲ ਹੋਈ ਹੈ ਤੇ ਇਸ ਵੇਲੇ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਨੂੰ ਘਰ ਨੇ ਬੱਚੇ ਚਲੇ ਗਏ ਨੇ ਸਕੂਲ ਜਿਵੇਂ ਮੈਂ ਰੋਜ਼ ਕਹਿਣਾ ਤੇ ਜਿਤਨੇ ਮੇਰੇ ਭਾਈਜਾਨ ਨੇ ਸਾਰੇ ਉਹ ਚਲੇ ਗਏ ਨੇ ਕੋਈ ਦਫ਼ਤਰ ਕੋਈ ਆਪਣੇ ਕੰਮ ਕੋਈ ਮਜ਼ਦੂਰੀਆਂ ਕਰਨ ਉਹ ਸ਼ਾਮੀ ਥੱਕੇ ਆ ਰਹੇ ਆਣਗੇ ਤੇ ਭੈਣਾਂ ਮੇਰੀਆਂ ਜਿਹੜੀਆਂ ਬੈਠੀਆਂ ਨੇ ਬਿਲਕੁਲ ਰਿਲੈਕਸ ਬੈਠੀਆਂ ਭਾਬੀਆਂ ਤੇ ਭੈਣਾਂ ਉਹਨਾਂ ਨੂੰ ਅੱਜ ਜ਼ਰਾ ਦੱਸਣਾ ਅਸੀਂ ਜਨਾਬ ਕਿ ਗੱਲ ਤਾਂ ਹੀ ਕੀਤੀ ਹੈ ਕਿ ਬੱਚਿਆਂ ਦਾ ਜ਼ਰਾ ਹੁਣ ਧਿਆਨ ਕਰਨਗੇ ਟੀਵੀ ਦੇਖਣ ਤੋਂ ਜ਼ਰਾ ਤੋ ਉਸ ਤੋਂ ਬਾਅਦ ਅਸੀਂ ਖੇਡਣ ਦੀਆਂ ਗੱਲਾਂ ਕਰਾਂਗੇ ਤੇ ਉਹਦੇ 'ਚ ਅੱਜ ਸੋਚਿਆ ਜੀ ਕਿ ਕਿਉਂ ਨਾ ਐਸੇ ਮਹਿਮਾਨ ਅਸੀਂ ਬੁਲਾਈਏ ਸਵੇਰੇ ਸਵੇਰੇ ਉੱਠਦੇ ਤਾਂ ਸਵੇਰੇ ਹੀ ਨੇ ਕਿਉਂਕਿ ਜਿਹੜਾ ਪਲੇਅਰ ਹੁੰਦਾ ਜੀ ਉਹ ਜ਼ਿਆਦਾ ਦੇਰ ਸੋ ਨਹੀਂ ਸਕਦਾ ਉਹਦੀ ਆਦਤ ਬਣ ਚੁੱਕੀ ਹੁੰਦੀ ਐਕਟਿਵ ਹੁੰਦੇ ਆ ਨਾ ਐਕਟਿਵ ਆਦਮੀ ਨੇ ਅਸੀਂ ਸੁਸਤ ਬੰਦੇ ਸੋਤੇ ਤੇ ਸੋਤੇ ਹੀ ਰਹੇ ਜਦੋਂ ਤਾਂ ਕੋਈ ਜਗਾਏ ਨਾ ਠੰਡਾ ਪਾਣੀ ਨਾ ਸੁੱਤੇ ਉਹ ਸਵੇਰੇ ਤੱਕ ਅਸੀਂ ਉੱਠਦੇ ਨਹੀਂ ਤੇ ਉਹਨਾਂ ਨੂੰ ਠੰਡਾ ਪਾਣੀ ਕਿਸੇ ਚੀਜ਼ ਦੀ ਜ਼ਰੂਰ ਨਹੀਂ ਉਹ ਟੰਗ ਕਰਕੇ ਆਪੇ ਅੱਖ ਖੁੱਲ ਜਾਂਦੀ ਟਾਈਮ ਦੇਖੋ ਤੇ ਪੂਰੇ ਜਨਾਬ ਅਗਰ 6 ਵਜੇ ਉੱਠਣਾ ਤੇ 6 ਵਜੇ 7 ਵਜੇ ਉੱਠਣਾ ਤੇ 7 ਵਜੇ ਖਵਾਜਾ ਮੁਹੰਮਦ ਜੁਨੇਦ ਇੱਕ ਹਾਕੀ ਦਾ ਬੜਾ ਵੱਡਾ ਨਾਮ ਵਰਲਡ ਚੈਂਪੀਅਨ ਹੈ ਹਾਂਜੀ ਵਰਲਡ ਚੈਂਪੀਅਨ ਜਨਾਬ ਅੱਛਾ ਪਲੇਅਰ ਆਫ ਦੀ ਈਅਰ 1994 'ਚ ਹੋਏ ਨੇ ਜੀ ਪੂਰੀ ਦੁਨੀਆ ਦਾ ਪਲੇਅਰ ਹੋਣਾ ਇੱਕ ਅਜ਼ਾਜ਼ ਛੋਟੀ ਮੋਟੀ ਗੱਲ ਨਹੀਂ ਔਰ 300 ਇੰਟਰਨੈਸ਼ਨਲ ਮੈਚ ਖੇਡ ਚੁੱਕੇ ਨੇ 28 ਇੰਟਰਨੈਸ਼ਨਲ ਮੈਡਲ ਉਹਨਾਂ ਦੇ ਕੋਲ ਨੇ ਜਨਾਬ ਘਰ ਨੇ ਔਰ ਪ੍ਰਾਈਡ ਆਫ ਪਰਫਾਰਮੈਂਸ ਵੀ ਉਹਨਾਂ ਦੇ ਪਾਸ ਹੈ ਪ੍ਰਾਈਡ ਆਫ ਪਰਫਾਰਮੈਂਸ ਵੀ ਨੇ ਔਰ ਪਾਕਿਸਤਾਨ ਤੋਂ ਇਲਾਵਾ ਜੀ ਚਾਈਨਾ ਥਾਈਲੈਂਡ ਇੰਗਲੈਂਡ ਅਮਰੀਕਾ ਦੇ ਕੋਚ ਰਹਿ ਚੁੱਕੇ ਨੇ ਔਰ ਮੌਜੂਦਾ ਐਕਟਿਵ ਕੋਚ ਨੇ ਜੀ ਸਾਡੀ ਜੂਨੀਅਰ ਹਾਕੀ ਟੀਮ ਦੇ ਔਰ ਪ੍ਰਾਈਡ ਆਫ ਪਰਫਾਰਮੈਂਸ ਵੀ ਨੇ ਜਨਾਬ ਇਹਨਾਂ ਦੇ ਨਾਲ ਜ਼ਰਾ ਬੜੀ ਮਜ਼ੇਦਾਰ ਗੱਲਾਂ ਹੋਣਗੀਆਂ ਹਾਕੀ ਦੇ ਬਾਰੇ 'ਚ ਪੁਰਾਣੀ ਸਾਡੀ ਹਾਕੀ
ਵਾਹ 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 ਕੀ ਹਾਕੀ ਹੁੰਦੀ ਸੀ ਹੁਣ ਸਾਡੀ ਹਾਕੀ ਨੂੰ ਕੀ ਮਤਲਬ ਕੀੜਾ ਲੱਗ ਗਿਆ ਕੀ ਹੋਇਆ ਉਹ ਵੀ ਪਤਾ ਕਰਨਾ ਉਨਸੇ ਪੁੱਛेंगे ਨਾ ਅੱਗੇ ਹਮਾਰੀ ਨਹੀਂ ਜ਼ਿਆਦਾ ਦੇਰ ਤੁਸੀਂ ਫਿਊਚਰ ਹੈ ਜ਼ਿਆਦਾ ਦੇਰ ਤੁਸੀਂ ਲੱਕੜ ਨੂੰ ਉਥੋਂ ਚੁੱਕੋ ਨਾ ਨਾ ਹਿਲਾਓ ਨਾ ਤੇ ਹਾਕੀ ਵੀ ਲੱਕੜ ਦੀ ਹੁੰਦੀ ਹੈ ਤੇ ਉਹਨੂੰ ਉਹ ਲੱਗ ਜਾਂਦਾ ਹੁੰਦਾ ਉਹ ਕੀੜਾ ਇੱਕ ਹੁੰਦਾ ਜਿਹੜਾ ਉਹਨੂੰ ਖਾ ਜਾਂਦਾ ਅੰਦਰੋਂ ਅੰਦਰ ਤੇ ਸਾਡੀ ਹਾਕੀ ਕਿਉਂ ਕਮਜ਼ੋਰ ਹੋਈ ਹੈ ਉਹਨਾਂ ਕੋਲੋਂ ਪੁੱਛਾਂਗੇ ਔਰ ਫਿਰ ਵਿੱਚੋਂ ਜਾ ਕੇ ਫਿਰ ਠੀਕ ਵੀ ਹੋਈ ਉਹਦੇ ਵਿੱਚ ਮੇਰਾ ਹੈ ਉਹਨੇ ਸਰੀਆ ਸੁਰੀਆ ਪਾਇਆ ਹਾਕੀ ਮਜ਼ਬੂਤ ਹੋਈ ਹੈ ਪੁੱਛਦੇ ਹਾਂ ਉਨਸੇ ਜੇ ਬ੍ਰੇਕ ਤੋਂ ਬਾਅਦ ਸਾਡੇ ਨਾਲ ਹੋਣਗੇ ਜੀ ਖਵਾਜਾ ਜੁਨੇਦ ਸਾਹਿਬ ਔਰ ਜ਼ਬਰਦਸਤ ਗੱਲਾਂ ਹੋਣਗੀਆਂ ਹਾਕੀ ਦੇ ਬਾਰੇ 'ਚ ਉਹਨਾਂ ਦੇ ਬਚਪਨੇ ਦੇ ਬਾਰੇ 'ਚ ਔਰ ਹੋਰ ਸ਼ੁਗਲ ਮੇਲਾ ਵੀ ਹੋਏਗਾ ਬੜੇ ਮਜ਼ਾਈ ਆਦਮੀ ਨੇ ਉਂਝ ਤਾਂ ਹਾਕੀ ਖੇਡਦੇ ਤੁਸੀਂ ਦੇਖਿਆ ਹੋਏਗਾ ਅੱਜ ਤੁਸੀਂ ਉਹਨਾਂ ਦੀ ਨਾ ਜੁਗਤਾਂ ਵੀ ਸੁਣੋਗੇ ਬਾਕਾਇਦਾ ਜੁਗਤਾਂ ਵੀ ਕਰਦੇ ਨੇ ਜੀ ਯੂ ਆਰ ਵਾਚਿੰਗ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਸਟੇ ਵਿਦ ਅਸ ਬਾਜੀ ਵੇਖਦੇ ਰਹੋ ਆਪਣਾ ਚੈਨਲ ਕੁਝ ਵੀ ਹੋ ਜਾਏ ਆਪਣਾ ਆਪਣਾ ਹੀ ਜੀ ਆਇਆਂ ਨੂੰ ਜੀ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਖਾਂਦੇ ਰਹੋ ਜੀਂਦੇ ਰਹੋ ਤੇ ਜਨਾਬ ਸਾਡੇ ਪ੍ਰਾਹੁਣੇ ਆ ਕੇ ਸਾਡੇ ਸਾਹਮਣੇ ਬਹਿ ਗਏ ਨੇ ਸਵੇਰੇ ਸਵੇਰੇ ਸਾਹਮਣੇ ਬੈਠੇ ਹੋਏ ਹੈ ਤਸ਼ਰੀਫ ਰੱਖਦੇ ਹੈ ਖਵਾਜਾ ਮੁਹੰਮਦ ਜੁਨੇਦ ਸਾਹਿਬ ਖਵਾਜਾ ਮੁਹੰਮਦ ਜੁਨੇਦ ਸਾਹਿਬ ਜੀ ਅਸਲਾਮ ਅਲੈਕੁਮ ਸਰ ਵਾਲੇਕੁਮ ਅਸਲਾਮ ਕੀ ਹਾਲ ਹੈ ਠੀਕ ਹੋ ਬਿਲਕੁਲ ਅੱਲਾ ਦਾ ਸ਼ੁਕਰ ਮਾਸ਼ਾ ਬੜੀ ਮਿਹਰਬਾਨੀ ਜਨਾਬ ਸਵੇਰੇ ਸਵੇਰੇ ਤੁਸੀਂ ਤਾਂ ਸਵੇਰੇ ਉੱਠਦੇ ਹੀ ਹੋ ਮੈਂ ਪਹਿਲੇ ਵੀ ਜ਼ਿਕਰ ਕੀਤਾ ਹਾਂ ਬਿਲਕੁਲ ਠੀਕ ਹੈ ਤੁਸੀਂ ਕਿ ਸਪੋਰਟਸਮੈਨ ਉਹ ਨਹੀਂ ਜਿਹੜਾ ਸਵੇਰ ਨਾ ਉੱਠੇ ਉਹ ਖੇਲ ਨਹੀਂ ਸਕਦਾ ਬਿਲਕੁਲ ਤੁਸੀਂ ਦੇਖੋ ਕਿ ਦੁਨੀਆ ਦੀ ਕੋਈ ਐਸੀ ਜ਼ਬਾਨ ਨਹੀਂ ਹੈ ਜਿਹਦੇ 'ਚ ਮਾਰਨਿੰਗ ਵਾਕ ਦਾ ਤਰਜਮਾ ਨਹੀਂ ਹੋਇਆ ਹਰ ਜਗ੍ਹਾ ਟ੍ਰਾਂਸਲੇਟ ਮਾਰਨਿੰਗ ਵਾਕ ਭਾਵੇਂ ਤੁਸੀਂ ਫ੍ਰੈਂਚ ਪੜ੍ਹ ਲਓ ਤਾਂ ਮਾਰਨਿੰਗ ਵਾਕ ਉਰਦੂ ਪੜ੍ਹੋ ਤਾਂ ਮਾਰਨਿੰਗ ਵਾਕ ਸੁਭਾ ਕੀ ਸਾਹਿਬ ਸੁਭਾ ਦੀ ਜਿਹੜੀ ਇੱਕ ਫਜ਼ਾ ਹੈ ਨਾ ਉਹ ਬੰਦੇ ਨੂੰ ਔਰ ਤੋਂ ਮਹਿਰੂਮ ਨਹੀਂ ਰਹਿਣਾ ਚਾਹੀਦਾ ਭਾਵੇਂ ਉਹ ਖੇਲੇ ਜਾਂ ਨਾ ਖੇਲੇ ਉਹਦੇ ਤੋਂ ਮਹਿਰੂਮ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਸਵੇਰ ਦੀ ਜਿਹੜੀ ਹਵਾ ਹੈ ਜੀ ਅੱਜ ਖਾਇਜ ਸਾਹਿਬ ਨੇ ਦੱਸਿਆ ਔਰ ਇਹ ਗੱਲ ਕੋਈ ਡਾਕਟਰ ਹੀ ਦੱਸ ਸਕਦਾ ਔਰ ਇਹਨਾਂ ਨੇ ਵੀ ਅੱਜ ਦੱਸ ਦਿੱਤੀ ਹੈ ਖਿਲਾੜੀ ਨੇ ਕਿ ਸਵੇਰ ਦੀ ਜਿਹੜੀ ਹਵਾ ਹੈ ਨਾ ਔਰ ਜਿਹੜੀ ਉਹ ਫਿਜ਼ਾ ਹੁੰਦੀ ਹੈ ਸਵੇਰੇ ਸਵੇਰੇ ਸੂਰਜ 'ਚ ਨਿਕਲਣ ਤੋਂ ਪਹਿਲਾਂ ਉਹਦੇ ਤੋਂ ਮਹਿਰੂਮ ਨਹੀਂ ਹੋਣਾ ਚਾਹੀਦਾ ਔਰ ਜਿਹੜਾ ਮਹਿਰੂਮ ਹੁੰਦਾ ਉਹ ਆਪਣਾ ਨੁਕਸਾਨ ਕਰਦਾ ਬਿਲਕੁਲ ਸਹੀ ਠੀਕ ਹੈ ਕਿਉਂਕਿ ਦਰਖਤ ਵਗੈਰਾ ਆਕਸੀਜਨ ਛੋੜ ਰਹੇ ਹੁੰਦੇ ਆ ਤਾਂ ਉਹ ਫਰੈਸ਼ ਆਕਸੀਜਨ ਆਉਂਦੀ ਹੈ ਫਰੈਸ਼ ਹੁੰਦਾ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੈ ਨਾ ਜਦੋਂ ਹਾਂਜੀ ਉਸ ਤੋਂ ਪਹਿਲੇ ਕਾਰਬਨ ਡਾਈਆਕਸਾਈਡ ਹੁੰਦੀ ਹੈ ਜਦੋਂ ਸੂਰਜ ਦੀ ਕਿਰਨ ਪਹਿਲੀ ਪੈਂਦੀ ਹੈ ਬਿਲਕੁਲ ਤਾਜ਼ਾ ਤਾਜ਼ਾ ਸੂਰਜ ਨਿਕਲਦਾ ਉਸ ਵਕਤ ਆਕਸੀਜਨ ਆ ਜਾਂਦੀ ਹੈ ਉਸ ਵੇਲੇ ਆਕਸੀਜਨ ਆ ਜਾਂਦੀ ਹੈ ਅੱਛਾ ਸਭ ਤੋਂ ਪਹਿਲੇ ਮੈਂ ਇਨਸੇ ਕੁਝ ਪੁੱਛਣਾ ਚਾਹ ਰਹੀ ਸੀ ਕਿ ਆਪਕੀ ਜੋ ਕਭੀ ਆਪਕੋ ਕਿਸੇ ਨੇ ਕਹਾ ਹੈ ਕਿ ਆਪਕੀ ਜੋ ਰਿਜ਼ੈਂਬਲੈਂਸ ਹੈ ਉਹ ਪ੍ਰਿੰਸ ਚਾਰਲਸ ਸੇ ਹੈ ਮੇਰਾ ਹੈਲਾ ਪ੍ਰੋਗਰਾਮ ਬੰਦ ਕਰੀ ਤਖਤਾ ਬਚਾਓ ਇੱਥੇ ਹਾਂ ਅਦਾਲਤ ਲਾਈ ਹੈ ਅਦਾਲਤ ਲਾਈ ਹੈ ਬਾ ਖੁਦਾ ਨਹੀਂ ਉਹ ਪ੍ਰਿੰਸ ਦੁਸ਼ਮਣ ਨਹੀਂ ਪ੍ਰਿੰਸ ਚਾਰਲਸ ਅਸੀਂ ਉਹਨੂੰ ਪੰਜਾਬੀ ਚ ਕਰਨਾ ਹੈ ਨਾ ਮੈਂ ਹੀ ਕਰੇ ਪ੍ਰਿੰਸ ਚਾਰਲਸ ਨੂੰ ਅਸੀਂ ਅੰਗਰੇਜ਼ੀ ਹੁਣ ਸਾਹਿਬਾ ਜੀ ਦੀ ਗੱਲ ਨੂੰ ਟਾਲ ਨਹੀਂ ਸਕਦੇ ਠੀਕ ਹੈ ਠੀਕ ਹੈ ਉਹ ਇਮਰਾਨ ਖਾਨ ਸਾਹਿਬ ਨਾਲ ਹੀ ਸ਼ਕਲ ਮਿਲ ਗਈ ਇਮਰਾਨ ਖਾਨ ਸਾਹਿਬ ਕਾਫੀ ਬਹੁਤ ਦਫਾ ਲੋਕਾਂ ਨੇ ਕਿਹਾ ਕਿ ਜੀ ਤੁਸੀਂ ਸਪੋਰਟਸ ਦੇ ਵਧ ਲਿਆਦਾ ਉਹਨਾਂ ਦੀ ਫੈਮਿਲੀ ਤੋਂ ਬਿਲੋਂਗ ਕਰਦੇ ਆ ਮੈਂ ਕਿਹਾ ਜੀ ਫੈਮਿਲੀ ਵੀ ਸਾਡੀ ਇੱਕ ਹੀ ਹੈ ਪਾਕਿਸਤਾਨੀ ਇੱਕ ਫੈਮਿਲੀ ਕੋਈ ਫੈਮਿਲੀ ਹੈ ਤੇ ਠੀਕ ਠੀਕ ਇੱਥੋਂ ਹੀ ਮੈਂ ਗੱਲ ਕਰਾਂਗਾ ਖਾਇਜ਼ ਸਾਹਿਬ ਮੈਂ ਇਹ ਦੱਸੋ ਕਿ ਮਾਸ਼ਾਅੱਲਾ ਹਾਲੇ ਵੀ ਤੁਸੀਂ ਹੈਂਡਸਮ ਖੂਬਸੂਰਤ ਹੋ ਅਤੇ ਥੋੜ੍ਹੇ ਜਿਹਾ ਅਸੀਂ ਅਗਰ ਪਿੱਛੇ ਜਾਂਦੇ ਹਾਂ ਜਿਸ ਵੇਲੇ ਤੁਸੀਂ ਹਾਕੀ ਸ਼ੁਰੂ ਕੀਤੀ ਹੈ ਤਾਂ ਉਦੋਂ ਕੋਈ ਫਿਲਮ ਸ਼ਿਲਮ ਦੀ ਆਫਰ ਨਹੀਂ ਆਈ ਕੋਈ ਹੀਰੋ ਸ਼ੀਰੋ ਤੋਂ ਹਾਕੀ ਵਾਲੇ ਪਾਸੇ ਨਿਕਲ ਗਏ ਜਾਂ ਕਰਨਾ ਨਹੀਂ ਚਾਹੁੰਦੇ ਸੋ ਨਹੀਂ ਬਿਲਕੁਲ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਕਿ ਮੈਂ ਪ੍ਰੋਡਿਊਸਰ ਨਾਮ ਯਾਦ ਨਹੀਂ ਮੈਂ ਖੇਡਦਾ ਸੀ ਮੈਂ ਇੱਕ ਫਿਲਮ ਦੀ ਆਫਰ ਹੋਈ ਦੇਖਾ ਹਮ ਕਿਆਮਤ ਕੀ ਨਜ਼ਰ ਰੱਖਤੇ ਹੈ ਕਿਆ ਕਹਤੇ ਹੈ ਉਸਕੋ ਨਹੀਂ ਨਹੀਂ ਮਾਸ਼ਾਅੱਲਾ ਤੁਸੀਂ ਲੋਗੋ ਤੇ ਇੱਕ ਸਰਮਾਇਆ ਹੋ ਤੁਸੀਂ ਆਪ ਵੀ ਔਰ ਬੜੀ ਪਛਾਣ ਹੋ ਇਸ ਮੁਲਕ ਦੀ ਔਰ ਹੋਈ ਲੇਕਿਨ ਮੇਰੀ ਵਾਲਦਾ ਉਹਨੂੰ ਮੇਰੇ ਖੇਲਣ ਦਾ ਬਹੁਤ ਸ਼ੌਕ ਸੀ ਮੇਰੇ ਵਾਲਦ ਸਾਹਿਬ ਨੂੰ ਇਜਾਜ਼ਤ ਸੀ ਜਾਣਦੇ ਕਾਲਾਂ ਦੇ ਕੋਈ ਗੱਲ ਨਹੀਂ ਸ਼ੌਕ ਪੂਰਾ ਕਰਿਆ ਮੈਂ ਨਾ ਵੀ ਸ਼ੌਕ ਸੀ ਕਿ ਯਾਰ ਦੇਖੀਏ ਜਾ ਕੇ ਹੁੰਦਾ ਕੀ ਹੈ ਤੇ ਲੇਕਿਨ ਉਹ ਖੇਲਣ ਨੇ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਖੇਲ ਅੱਛਾ ਪੇਰੈਂਟਸ ਆਪਕੋ ਪਲੇਅਰ ਹੀ ਬਣਾਉਣਾ ਚਾਹਤੇ ਥੇ ਕਿਉਂਕਿ ਬਹੁਤ ਕਮ ਐਸਾ ਸੁਣਨੇ ਮੇਂ ਆਇਆ ਹੈ ਕਿ ਯਾ ਅਗਰ ਹੀਰੋ ਬਣਾਉਣਾ ਚਾਹਤੇ ਹੋ ਤੋ ਸ਼ੋਬਿਜ਼ ਮੇਂ ਨਹੀਂ ਆਨੇ ਦੇਤੇ ਸਿੰਗਿੰਗ ਮੇਂ ਨਹੀਂ ਆਨੇ ਦੇਤੇ ਔਰ ਕ੍ਰਿਕਟ ਮੇਂ ਔਰ ਲੋ ਜੀ ਇਹਨਾਂ ਦੀ ਗੱਲ ਦੱਸਾਂ ਮੇਰੇ ਵਾਲਦ ਸਾਹਿਬ ਮੈਂ ਤੁਹਾਨੂੰ ਦੱਸਾਂ ਕਿ ਉਹ 100 ਕਿਤਾਬਾਂ ਦੇ ਲਿਖਾ ਰਾਈਟਰ ਨੇ ਔਰ 3 ਗੇਮਾਂ ਉਹਨਾਂ ਨੇ ਇਕੱਠੀਆਂ ਖੇਲੀਆਂ ਹਾਕੀ ਦੇ ਓਲੰਪੀਅਨ ਉਹਦੇ ਬਾਅਦ ਐਥਲੈਟਿਕ ਦੇ ਪਾਕਿਸਤਾਨ ਦਾ ਰਿਕਾਰਡ ਕੀਤਾ ਉਹਨਾਂ ਨੇ ਫਿਰ ਕ੍ਰਿਕਟ ਦੇ ਫਸਟ ਕਲਾਸ ਪਲੇਅਰ ਠੀਕ ਹੈ ਜੀ ਅੱਛਾ ਹਾਕੀ ਦੇ ਵੀ ਪਲੇਅਰ ਤੇ ਕ੍ਰਿਕਟ ਦੇ ਵੀ ਜੀ 3 ਗੇਮਾਂ ਉਹਨਾਂ ਨੇ ਪਾਕਿਸਤਾਨ ਤੋਂ ਪਾਕਿਸਤਾਨ ਐਥਲੈਟਿਕ ਰਿਕਾਰਡ ਕੀਤਾ ਉਹਨਾਂ ਨੇ ਪਾਕਿਸਤਾਨ ਦਾ ਠੀਕ ਹੈ ਉਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਵਾਲਦ ਸਾਹਿਬ ਔਰ ਉਹਨਾਂ ਨੇ ਸਾਡਾ ਇਹੋ ਜਿਹਾ ਟਾਈਮ ਡਿਜ਼ਾਈਨ ਕੀਤਾ ਸੀ ਜਦੋਂ ਸ਼ਾਮ ਦੇ 4 ਵਜੇ ਨਾ ਤਾਂ ਉਹਨਾਂ ਕਹਿੰਦਾ ਪੁੱਤਰ ਕਿਤਾਬਾਂ ਬੰਦ ਕਰ ਤੇ ਗਰਾਊਂਡ ਚੱਲ ਜਾਣ ਨਾ ਛੁੜਾ ਇਹੋ ਜਿਹੇ ਵੱਲ ਜਿਹੜੇ ਆਪਕੋ ਇਤਨੀ ਅੱਛੀ ਕੋਚਿੰਗ ਔਰ ਸਪੋਰਟ ਮਿਲੀ ਔਰ ਆਪਨੇ ਤਾਂ ਬੰਨਾ ਹੀ ਥਾ ਫਿਰ ਭਾਈ ਸਾਡੇ 6 ਅਸੀਂ 6 ਭੈਣ ਭਾਈ ਹਾਂ ਅੱਛਾ 6ਾਂ ਦੇ ਕੋਲ ਪਾਕਿਸਤਾਨ ਦਾ ਕਲਰ ਮਾਸ਼ਾਅੱਲਾ 6 ਦੇ 6 ਤਿੰਨ ਪੜਾ ਤੇ ਬੜੇ ਇਜ਼ਾਜ਼ ਦੀ ਗੱਲ ਹੈ ਜੀ ਵੇਲਾ ਹੋ ਗਿਆ ਜੀ ਬ੍ਰੇਕ ਦਾ ਬ੍ਰੇਕ ਤੋਂ ਆ ਕੇ ਗੱਲ ਕਰਾਂਗੇ ਜੀ 6 ਦੇ 6 ਭਰਾਵਾਂ ਕੋਲ ਪਾਕਿਸਤਾਨ ਦਾ ਰੰਗ ਹੈ ਜੀ ਉਹ ਕੋਟ ਤੁਸੀਂ ਪਾਇਆ ਹੈ ਪਾਕਿਸਤਾਨੀ ਫਖਰ
ਕਿ ਆਪ ਆ ਕੇ ਗੱਲ ਕਰਾਂਗੇ ਔਰ ਘਰ ਵਾਲੇ ਨੇ ਕਦੀ ਇਹ ਨਹੀਂ ਕਿਹਾ ਕਿ ਨਹੀਂ ਕ੍ਰਿਕਟਰ ਨਹੀਂ ਬਣਨਾ ਪਲੇਅਰ ਇਹ ਬੜੀ ਅਜੀਬ ਸੀ ਬਾਤ ਹੈ ਮੈਂ ਪਹਿਲੀ ਦਫਾ ਸੁਣੀ ਵਰਨਾ ਹਮੇਸ਼ਾ ਸਾਰੇ ਕਹਿੰਦੇ ਨਹੀਂ ਸਾਨੂੰ ਪਹਿਲੇ ਰੋਕਿਆ ਗਿਆ ਕਿਹੜੇ ਕੰਮ ਵਿੱਚ ਪੈਣਾ ਡਾਕਟਰ ਬਣਨਾ ਇੰਜੀਨੀਅਰ ਬਣਨਾ ਇਹ ਹੋਤਾ ਅੱਛਾ ਹਰ ਕੋਈ ਡਾਕਟਰ ਹੀ ਬਣੇਗਾ ਤੇ ਬਾਕੀ ਨਿਜ਼ਾਮ ਕਿਵੇਂ ਚੱਲੇਗਾ ਸਹੀ ਹੈ ਬ੍ਰੇਕ ਤੋਂ ਬਾਅਦ ਆਗੇ ਗੱਲ ਕਰਾਂਗੇ ਸਟੇ ਟਿਊਨ ਵੀਲ ਬੀ ਬੈਕ ਸੂਨ ਪਾਜੀ ਹੱਸਦੇ ਵਸਦੇ ਰਹੋ ਖਾਂਦੇ ਰਹੋ ਜੀਉਂਦੇ ਰਹੋ ਤੇ ਵੇਖਦੇ ਰਹੋ ਆਪਣਾ ਚੈਨਲ ਖਾਇ ਸਾਹਿਬ ਜੋ ਮਰਜ਼ੀ ਹੋ ਜਾਏ ਆਪਣਾ ਤੇ ਆਪਣਾ ਹੀ ਆਪਣਾ ਹੀ ਜੀ ਆਏ ਨੂੰ ਜੀ ਮੋਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਖਾਂਦੇ ਰਹੋ ਤੇ ਜਿਉਂਦੇ ਰਹੋ ਜੀ ਇਹ ਇਸ ਕਿਸਮ ਦੀ ਹਰਕਤਾਂ ਕਰਦੇ ਰਹਤੇ ਅੱਛਾ ਆਪਕੋ ਹਸਾਤੇ ਰਹਿਣਗੇ ਅੱਛਾ ਮਾਸ਼ਾਅੱਲਾ ਇਹਨਾਂ ਦਾ ਤੇ ਜੀ ਮਾਸ਼ਾਅੱਲਾ ਮੈਂ ਕਹਿੰਦਾ ਕਿ ਅਸੀਂ ਇਹਨਾਂ ਦਾ ਇੱਕ ਪ੍ਰੋਗਰਾਮ ਲੱਗਦਾ ਹੁੰਦਾ ਸੀ ਜਿਹੜਾ ਬੜਾ ਫੇਮਸ ਗੈਸਟ ਹਾਊਸ ਔਰ ਯਕੀਨ ਕਰੋ ਤੁਸੀਂ ਕਿ ਅਸੀਂ ਉਹ ਸ਼ੌਕ ਨਾਲ ਉਹਨੂੰ ਬੈਠ ਕੇ ਦੇਖਦੇ ਸੀ ਅੱਛਾ ਇਹ ਇਹ ਤੇ ਨਹੀਂ ਕਹਿਣਾ ਪਲੀਜ਼ ਕਿ ਤੁਸੀਂ ਬਚਪਨ 'ਚ ਦੇਖਦੇ ਸੋ ਨਹੀਂ ਨਹੀਂ ਇਹ ਨਹੀਂ ਕਹੋ ਬਚਪਨ 'ਚ ਨਹੀਂ ਦੇਖਦੇ ਸੀ ਮਾਸ਼ਾਅੱਲਾ ਮੇਰੇ ਖਿਆਲ ਜੋ ਅਸੀਂ ਪਾਕਿਸਤਾਨ ਨੂੰ ਖੇਡਦੇ ਸੀ ਉਦੋਂ ਤੁਹਾਨੂੰ ਵੀ ਦੇਖ ਮਾਸ਼ਾਅੱਲਾ ਨਹੀਂ 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 ਬੜੀ ਬੜੀ ਖੁਸ਼ੀ ਦੀ ਗੱਲ ਹੈ ਜੀ ਔਰ ਐਸਾ ਪ੍ਰੋਗਰਾਮ ਹੈ ਜਿਹੜਾ ਹਮੇਸ਼ਾ ਯਾਦ ਰੱਖਿਆ ਜਾਏਗਾ ਬਿਲਕੁਲ ਡਿਫਰੈਂਟ ਕਰੈਕਟਰ ਅੱਛਾ ਮਾਸ਼ਾਅੱਲਾ ਗੱਲ ਹੋ ਰਹੀ ਜੀ ਫਾਦਰ ਸਾਹਿਬ ਵੱਲੋਂ ਕਿ ਸਖਤੀ ਨਾਲ ਗਰਾਉਂਡ ਭੇਜਦੇ ਸਨ ਔਰ 6 ਦੇ 6 ਭਰਾਵਾਂ ਦੇ ਕੋਲ ਭੈਣ ਭਾਈ ਤਿੰਨ ਭੈਣਾਂ ਤਿੰਨ ਭਾਈ ਤਿੰਨ ਭੈਣਾਂ ਤਿੰਨ ਭਾਈ ਕੋਲ ਪਾਕਿਸਤਾਨ ਦਾ ਕਲਰ ਔਰ ਵਾਲਾ ਸਾਹਿਬ ਓਲੰਪੀਅਨ ਸਰ ਮੇਰੀ ਵਾਲਦਾ ਦੇ ਕੋਲ ਇੱਕ ਕਲਰ ਨਹੀਂ ਸੀ ਕੀ ਇੱਥੇ ਕੋਰਟ ਦੇ ਉੱਤੇ ਜਿਹੜਾ ਝੰਡਾ ਬਣਿਆ ਹੁੰਦਾ ਹੈ ਕੀ ਮਜ਼ਾ ਆਉਂਦਾ ਹੈ ਦੇਖੋ ਜੀ ਇਹ ਜਿਹੜਾ ਝੰਡਾ ਨਾ ਪਾਕਿਸਤਾਨ ਦਾ ਹਾਰਟ ਦਿਲ ਦੇ ਉੱਤੇ ਲੱਗਾ ਦਿਲ ਦੇ ਉੱਤੇ ਲੱਗਾ ਕਿ ਇਸ ਤੋਂ ਵੱਡੀ ਮੁਹੱਬਤ ਕੋਈ ਵੀ ਨਹੀਂ ਹੁੰਦੀ ਤੁਸੀਂ ਅਗਰ ਇਸ ਝੰਡੇ ਨੂੰ ਹੋਰ ਉੱਤੇ ਲੈ ਜਾਓ ਤੇ ਤੁਸੀਂ ਇੱਕ ਮਹਿਸੂਸ ਕਰਦੇ ਹੋ ਕਿ ਮੈਂ ਆਪਣੇ ਮੁਲਕ ਵਾਸਤੇ ਕੁਝ ਕੀਤਾ ਬਿਲਕੁਲ ਬਿਲਕੁਲ ਤੇ ਉਹ ਸਾਡਾ ਖਾਨਦਾਨ ਇੱਕ ਨਿੱਜੀ ਖਾਨਦਾਨ ਮੈਂ ਗੱਲ ਕਰ ਰਿਹਾ ਤੁਹਾਡੀ ਤਿੰਨ ਭਰਾ ਬਾਕੀ ਦੋ ਭਰਾ ਕੀ ਖੇਡਦੇ ਸਨ ਹਾਕੀ ਉਹ ਵੀ ਹਾਕੀ ਸਾਡੇ ਮੇਰੇ ਅਸੀਂ ਪੰਜ ਭੈਣ ਭਾਈਆਂ ਨੇ ਹਾਕੀ 'ਚ ਕਲਰ ਲਿੱਤਾ ਅੱਛਾ ਮਾਸ਼ਾਅੱਲਾ ਹਾਂਜੀ ਇੱਕ ਨੇ ਸਾਡੀ ਜਿਹੜੀ ਸੀ ਉਹ ਡਿਫਰੈਂਟ ਗੇਮ ਕਲਰ ਲਿੱਤਾ ਇੱਕ ਵੱਡੀ ਭੈਣ ਤਰਫ ਤੋਂ ਅੱਛਾ ਉਹਨਾਂ ਨੇ ਐਥਲੈਟਿਕ ਕਲਰ ਲਿੱਤਾ ਪਾਕਿਸਤਾਨ ਦਾ ਐਥਲੈਟ ਮਾਸ਼ਾਅੱਲਾ ਅੱਛਾ ਇਸ ਵੇਲੇ ਸਾਰੇ ਸ਼ਾਦੀਸ਼ੁਦਾ ਤਮਾਮ ਦੇ ਤਮਾਮ ਮਾਸ਼ਾਅੱਲਾ ਸ਼ਾਦੀਸ਼ੁਦਾ ਬਾਲ ਬੱਚੇਦਾਰ ਔਰ ਆਪਣੇ ਆਪਣੇ ਘਰਾਂ ਵਿੱਚ ਮਾਸ਼ਾਅੱਲਾ ਵਾਲਦਾ ਮੇਰੇ ਪਿਛਲੇ 2 ਸਾਲ ਪਹਿਲੇ ਵਫਾਤ ਪਾ ਗਏ ਸੀ ਮੇਰੀ ਵਾਲਦਾ ਸੀ ਵਾਲਦ ਸਾਹਿਬ ਜਿਹੜੇ ਮੇਰੇ ਨਾਲ ਰਹਿੰਦੇ ਨੇ ਔਰ ਅੱਜ ਤੱਕ ਉਹ ਮੈਨੂੰ ਗਾਈਡ ਕਰਦੇ ਰਹਿੰਦੇ ਅੱਜ ਤੱਕ ਕਰਦੇ ਔਰ ਆਪਕੀ ਮਾਸ਼ਾਅੱਲਾ ਫੈਮਿਲੀ ਮੈਰਿਡ ਹੈ ਆਪ ਮੈਂ ਮੈਰਿਡ ਜੀ ਹਾਂ ਮੇਰੇ ਕਿੰਨੇ ਬੱਚੇ ਹੋ ਮੇਰੇ 2 ਬੇਟੀਆਂ ਅੱਛਾ ਤਾਂ ਉਹਨਾਂ ਕਿਸ ਤਰ੍ਹਾਂ ਉਹ ਹੈ ਮਤਲਬ ਪੜ੍ਹਾਈ ਮੇ ਜੋ ਮੇਰੀ ਛੋਟੀ ਬੇਟੀ ਬੜੀ ਬੇਟੀ ਮੇਰੀ ਮਾਸ਼ਾਅੱਲਾ ਸ਼ੀ ਵੈਰੀ ਇੰਟੈਲੀਜੈਂਟ ਉਹ ਆਪਣੇ ਸਕੂਲ ਮੇ ਪਿਛਲੇ ਕੁਝ 6-7 ਸਾਲ ਸੇ ਟੌਪ ਕਰਤੀ ਆ ਰਹੀ ਹੈ ਮਾਸ਼ਾਅੱਲਾ ਜੀ ਇਹਨਾਂ ਦਾ ਉਰਦੂ ਬੋਲਣਾ ਤੁਹਾਡਾ ਪੰਜਾਬੀ ਬੋਲਣਾ ਜਿਸ ਤਰ੍ਹਾਂ ਗੱਲ ਕਰਦਾ ਤੁਸੀਂ ਜਿਸ ਤਰ੍ਹਾਂ ਤੇ ਬਲਕਿ ਉਹ ਟੌਪ ਕਰਤੀ ਆ ਰਹੀ ਹੈ ਉਸਮੇ ਔਰ ਜੋ ਛੋਟੀ ਹੈ ਉਸਕੋ ਖੇਲੋਂ ਕੀ ਤਰਫ ਸ਼ੌਕ ਹੈ ਲੇਕਿਨ ਇਹ ਹੈ ਕਿ ਜਿਹੜੀ ਅੱਜ ਕੱਲ੍ਹ ਦੀ ਪੜ੍ਹਾਈ ਹੈ ਨਾ ਇਹ ਬੱਚਿਆਂ ਦੀ ਜਾਨ ਹੀ ਕੱਢ ਦਿੰਦੀ ਹੈ ਖੇਲਣਾ ਬੜਾ ਮੁਸ਼ਕਿਲ ਮੈਂ ਸ਼ੁਰੂ 'ਚ ਵੀ ਗੱਲ ਕੀਤੀ ਬਹੁਤ ਬੜੇ ਬੜੇ ਬੈਗ ਆਉਂਦੇ ਨੇ ਤੇ ਉਹਨਾਂ ਦਾ ਟਾਈਮ ਸ਼ਾਮ ਹੋ ਜਾਂਦੀ ਹੈ ਬੱਚਿਆਂ ਨੇ ਨਾ ਘਰ ਬਹਿ ਕੇ ਹੋਮਵਰਕ ਕਰ ਸਕਦੇ ਨੇ ਮੈਨੂੰ ਇਹ ਸਮਝ ਨਹੀਂ ਆਉਂਦੀ ਸਕੂਲ ਵਾਲੇ ਨਾ ਹੋਮਵਰਕ ਕਰਾਉਂਦੇ ਨੇ ਨਾ ਕੁਛ ਬਲਕਿ ਉਹਨਾਂ ਨੂੰ ਚਾਹੀਦਾ ਕਿ 2 ਘੰਟੇ ਵਧਾ ਲੈਣ ਔਰ ਹੋਮਵਰਕ ਕਰਾ ਕੇ ਬੱਚੇ ਨੂੰ ਘਰ ਭੇਜਣ ਤਾਂ ਕਿ ਬੱਚਾ ਘਰ ਆ ਕੇ ਰਿਲੈ ਸਕੂਲ ਵਿੱਚ ਹੀ ਪੜ੍ਹ ਰਿਹਾ ਘਰ ਆ ਕੇ ਮਾਂ ਪਿਓ ਕਹਿੰਦੇ ਚਲੋ ਬੈਠੋ ਨਿਕਾਲੋ ਅਤੇ ਉਹ 9 ਵੱਜ ਜਾਂਦੇ ਨੇ ਉਹ ਤਾਂ ਉੱਥੇ ਹੀ ਸੁੱਤਾ ਹੁੰਦਾ ਸਵੇਰ ਉੱਠ ਕੇ ਫਿਰ ਸਕੂਲ ਚਲੇ ਇਹ ਸਾਡੀ ਬਦਕਿਸਮਤੀ ਹੈ ਤੁਸੀਂ ਯਕੀਨ ਕਰੋ ਕਿ ਸਾਡਾ ਅੱਜ ਕੱਲ੍ਹ ਕਲਚਰ ਬਣ ਗਿਆ ਨਾ ਕਿ ਬੱਚਾ ਛੋਟਾ 4 ਸਾਲ ਦੇ ਇੰਗਲਿਸ਼ ਬੋਲੇਗਾ ਨਾ ਤਾਂ ਅਸੀਂ ਦੱਸਾਂਗੇ ਜੇ ਮੇਰਾ ਬੱਚਾ ਇੰਗਲਿਸ਼ ਬੋਲ ਰਹੀ ਹਾਂ ਬਿਲਕੁਲ ਉਹਨੂੰ ਭਾਵੇਂ ਤਮੀਜ਼ ਹੋਵੇ ਨਾ ਹੋਵੇ ਸ਼ਬਦ ਦਾ ਗਲਾਸ ਉਲਟਾ ਦੇਵੇ ਕੁਰਸੀ ਉਲਟਾ ਦੇਵੇ ਠੀਕ ਹੈ ਮਹਿਮਾਨ ਦੇ ਨਾਲ ਬਦਤਮੀਜ਼ੀ ਕਰੇ ਲੇਕਿਨ ਅਸੀਂ ਇੰਗਲਿਸ਼ ਅਤੇ ਕੰਪਿਊਟਰ ਜ਼ਰੂਰ ਦੱਸਦੇ ਅਤੇ ਮੈਂ ਇਹੀ ਤੁਹਾਡੇ ਇਸ ਆਪਣਾ ਦੇ ਵੱਲ ਨਾਲ ਜ਼ਰੂਰ ਕਹਾਂਗਾ ਕਿ ਬੱਚੇ ਨੂੰ ਸਭ ਤੋਂ ਪਹਿਲੇ ਜੋ 4 ਸਾਲ ਦਾ ਹੋਵੇ ਤਾਂ ਉਹਨੂੰ ਇਖਲਾਕੀ ਤਮੀਜ਼ ਸਿਖਾਉਣੀ ਚਾਹੀਦੀ ਹੈ ਕਿ ਵਿੱਚ ਬੈਠਣਾ ਕਿੱਠਣਾ ਕਿਸੇ ਨਾਲ ਤਮੀਜ਼ ਕੀ ਹੁੰਦੀ ਹੈ ਔਰ ਪੂਰੀ ਦੁਨੀਆ 'ਚ ਸਭ ਤੋਂ ਪਹਿਲੇ ਇਖਲਾਕੀਆ ਸਿਖਾਈ ਜਾਂਦੀ ਹੈ ਉਹਦੇ ਬਾਅਦ ਐਜੂਕੇਸ਼ਨ ਹੈ ਸਾਡੇ 3 ਸਾਲ ਦੇ ਬੱਚੇ ਨੂੰ ਪੜ੍ਹਾਈ ਸਿਖਾ ਦਿੰਦੇ ਨੇ ਕਿ ਬਈ ABC ਪੜ੍ਹ ਅਲੀ ਬੇ ਪੜ੍ਹ ਕੰਪਿਊਟਰ ਸਿੱਖ ਤੇ ਇੰਗਲਿਸ਼ ਬੋਲ ਉਹ ਬੱਚੇ ਬੜੇ ਵੀ ਹੋ ਜਾਂਦੇ ਆ ਤਾਂ ਸਲਾਮ ਨਹੀਂ ਕਰਦੇ ਬੜੋਂ ਕੋ ਨਹੀਂ ਕਰਦੇ ਉਹ ਨਹੀਂ ਸਿਖਾਉਂਦੇ ਆਦਤ ਨਹੀਂ ਪੈਂਦੀ ਨਾ ਬਿਲਕੁਲ ਤੇ ਉਹ ਹਾਂਜੀ ਅੱਛਾ ਮੈਂ ਗੱਲ ਕਰ ਰਿਹਾ ਸੀ ਮੈਨੂੰ ਥੋੜਾ ਜਿਹਾ ਵਾਪਸ ਜਾਣਾ ਪਏਗਾ ਕਿ ਬੱਚੇ ਹੁੰਦੇ ਨੇ ਸਕੂਲੋਂ ਫੁੱਟਦੇ ਨੇ ਸਕੂਲੋਂ ਫੁੱਟਣਾ ਤੁਹਾਨੂੰ ਪਤਾ ਹੈ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਫੁੱਟਣਾ ਕਿਹਨੂੰ ਕਹਿੰਦੇ ਨੇ ਨਹੀਂ ਜਾ ਉਹ ਜੋ ਸਕੂਲ ਕਰ ਕੇ ਕਹੀਂ ਹੋਰ ਚਲੇ ਜਾਂਦੇ ਹੋਰ ਵਾਹ ਜੀ ਵਾਹ ਬੜੀ ਹੈ ਟ੍ਰਾਂਸਲੇਸ਼ਨ ਉਰਦੂ ਪੰਜਾਬੀ ਦੇ ਉਰਦੂ ਕੀ ਬਾਤ ਅੱਛਾ ਤੁਹਾਨੂੰ ਤੇ ਮਤਲਬ ਖੁਦ ਵਾਲਦ ਸਾਹਿਬ ਕਹਿੰਦੇ ਸਨ ਜੀ ਚਲੋ ਬਾਈ ਛੁੱਟੀ ਨਹੀਂ ਹੋਏਗੀ ਖੇਡੋ ਸਾਨੂੰ ਫੁੱਟਬਾਲ ਦਾ ਸ਼ੌਕ ਹੀ ਨਹੀਂ ਸੀ ਅਸੀਂ ਜਦੋਂ ਹੁੰਦੇ ਸਾਂ ਕਦੇ ਦਿਲ ਕਰੇ ਕਿ ਜਨਾਬ ਥੱਕ ਗਏ ਆ ਘਰੋਂ ਵੀ ਛੁੱਟੀ ਕਰਾਂਗੇ ਨਹੀਂ ਸਕੂਲ ਜਾਓ ਸਕੂਲੋਂ ਵੀ ਤੇ ਅਸੀਂ ਕਦੀ ਬੈਗ ਰੱਖ ਦਿੱਤਾ ਕਿਸੇ ਦੁਕਾਨਦਾਰ ਦੋਸਤ ਯਾਰ ਦੇ ਵਾਕਫ ਮੁਹੱਲੇ ਦੇ ਵਿੱਚ ਤੇ ਐਵੇਂ ਕਿਤੇ ਫਿਰਨ ਟੁਰਨ ਨਿਕਲ ਕੇ ਫੁੱਟੇ ਸਕੂਲੋਂ ਫੁੱਟਦੇ ਵੀ ਹੁੰਦੇ ਸੋ ਸਕੂਲੋਂ ਮਤਲਬ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਆਖਰੇ ਤਾਂ ਸਭ ਕੁਝ ਦੱਸ ਦੇਣਾ ਇੱਕ ਦੋ ਦਫਾ ਜ਼ਰੂਰ ਇਸ ਤਰ੍ਹਾਂ ਕਿਤੇ ਕਿ ਕ੍ਰਿਕਟ ਦਾ ਮੈਚ ਖੇਲਣ
ਲੇਕਿਨ ਕ੍ਰਿਕਟ ਦਾ ਮੈਚ ਖੇਡਣ ਚਲੇ ਗਏ ਅਗੋ ਮੈਚ ਖੇਡਣ ਚਲੇ ਗਏ ਅਗੋ ਮੈਚ ਖੇਡਣ ਦੇਖਣ ਚਲੇ ਗਏ ਛੁੱਟੀ ਤੋਂ ਪਹਿਲੇ ਵਾਪਸ ਵਾਪਸ ਟਾਈਮ ਬਿਲਕੁਲ ਤੇ ਇੱਕ ਦੋ ਦਾ ਫੈਸਲਾ ਕੀਤਾ ਤੇ ਉਸ ਵੇਲੇ ਘਬਰਾਏ ਕਿਤਨੇ ਹੋਣੇ ਸਨ ਕਿ ਐਵੇਂ ਚੋਰੀ ਨਾ ਫੜੀ ਜਾਏ ਨਹੀਂ ਡਰ ਸੀ ਦੇਖੋ ਜੀ ਮਾਂ ਬਾਪ ਦਾ ਤੇ ਇਹੋ ਜਿਹਾ ਡਰ ਸੀ ਭਾਵੇਂ ਉਸਤਾਦਾਂ ਦਾ ਘੱਟ ਸੀ ਲੇਕਿਨ ਮਾਂ ਬਾਪ ਦਾ ਡਰ ਸੀ ਕਿ ਯਾਰ ਅਗਰ ਘਰ ਪਤਾ ਚੱਲ ਗਿਆ ਤਾਂ ਕੀ ਹੋਏਗਾ ਅੱਛਾ ਕਦੀ ਐਵੀ ਇੱਕ ਹੋਰ ਸ਼ਰਾਰਤ ਹੁੰਦੀ ਹੈ ਨਾ ਕਿ ਆਪਣਾ ਟੀਚਰ ਨੇ ਕਿਹਾ ਉਸਤਾਦ ਜੀ ਨੇ ਕਿਹਾ ਕਿ ਚਲੋ ਆਪਣਾ ਵਾਲਦ ਸਾਹਿਬ ਕੋ ਜਾਂ ਬੁਲਾਓ ਘਰ ਅਤੇ ਕਿਸੇ ਨੂੰ ਵੱਡਾ ਭਰਾ ਬਣਾ ਕੇ ਲੈ ਆਏ ਮਹੱਲੇ 'ਚੋਂ ਉਹ ਬੜੀ ਦਫ਼ਾ ਕੀਤਾ ਵੱਡੀ ਭੈਣ ਨੂੰ ਹਮੇਸ਼ਾ ਲੈ ਜਾਂਦਾ ਸੀ ਵੱਡੀ ਭੈਣ ਜਿਹੜੀ ਉਹ ਬਿਲਕੁਲ ਸਮਝੋ ਮਾਂ ਵਾਂਗਰ ਹੀ ਪਿਆਰ ਕਰਦੀ ਹੈ ਤਾਂ ਜਦੋਂ ਵੀ ਗਏ ਉਹਨੂੰ ਲੈ ਜਾਣਾ ਕਿ ਜੀ ਅੰਮੀ ਅੱਬੂ ਜ਼ਰਾ ਬਿਜ਼ੀ ਨੇ ਠੀਕ ਹੈ ਅਤੇ ਇਹੀ ਸਾਡੀ ਮਾਂ ਕੀ ਇਸ ਲਈ ਪੁੱਛ ਰਹੇ ਇਹਨਾਂ ਨੇ ਕਾਫੀ ਦਫ਼ਾ ਐਸੇ ਕਰ ਚੁੱਕੇ ਹੈ ਸਾਰੇ ਕਰਦੇ ਉਹ ਦੇਖੋ ਜੀ ਗੱਲ ਹੈਗੀ ਹੈ ਕਿ ਜੇ ਨਹੀਂ ਕਰਨਾ ਤਾਂ ਫਿਰ ਕਿੰਨੇ ਕਰਨਾ ਮਤਲਬ ਕਹਿੰਦੇ ਜ਼ਿੰਦਗੀ ਦੇ ਹਰ ਲੈਵਲ ਨੂੰ ਇੰਜੋਏ ਕਰਨਾ ਚਾਹੀਦਾ ਬਿਲਕੁਲ ਸਹੀ ਔਰ ਕਿਸੇ ਨੂੰ ਤਕਲੀਫ ਦਿੱਤੇ ਬਗੈਰ ਹੁਣ ਸਕੂਲੋਂ ਫੁੱਟੇ ਤਾਂ ਦੂਸਰੇ ਨੂੰ ਤਕਲੀਫ ਤਾਂ ਨਹੀਂ ਹੋਈ ਨਾ ਬੰਦਾ ਫੁੱਟ ਕੇ ਭਾਵੇਂ ਬਾਹਰੋਂ ਕੇਲੇ ਖਾ ਕੇ ਵਾਪਸ ਆ ਜਾਏ ਕੀ ਫਰਕ ਪੈਂਦਾ ਔਰ ਇਹ ਵੀ ਹੋਤਾ ਹੈ ਕਿ ਇੱਕ ਰਿਸ਼ਤੇਦਾਰ ਕੋ ਕਈ ਦਫਾ ਮਾਰਤੇ ਵੀ ਹੈ ਕਿ ਉਹ ਫਲਾਨਾ ਫੋਤ ਹੋ ਗਿਆ ਤੋ ਹਮ ਸਕੂਲ ਨਹੀਂ ਆਇਆ ਹੋਮਵਰਕ ਕੀਆ ਬੜੇ ਮਰੇ ਨੂੰ ਮਾਰ ਦੋ ਅੱਲਾ ਦੇ ਵਾਲੇ ਲੇਕਿਨ ਜਿੰਦਾ ਨੂੰ ਨਹੀਂ ਮਾਰਦੇ ਨਹੀਂ ਇਹ ਜਿਹੜਾ ਅਸੀਂ ਮਤਲਬ ਗੱਲਾਂ ਇਹ ਮਜ਼ੇਦਾਰ ਜੀਆਂ ਗੱਲਾਂ ਅਸੀਂ ਇਸੇ ਤਰ੍ਹਾਂ ਦੀ ਲਾਈਟ ਜੀਆਂ ਕਰਨੇ ਆ ਤੇ ਤਾਂ ਇਹਵੇਂ ਕਿ ਮਤਲਬ ਜੋ ਅਸੀਂ ਦੇਖਿਆ ਨਾ ਟਾਈਮ ਔਰ ਜੋ ਖੇਡਾਂ ਅਸੀਂ ਖੇਡੀਆਂ ਨੇ ਉਹ ਹੁਣ ਇਹਨਾਂ ਬੱਚਿਆਂ ਨੂੰ ਕਿੱਥੋਂ ਨਸੀਬ ਨੇ ਇਹ ਐਡੇ ਬਸਤਾ ਚੁੱਕਿਆ ਘਰ ਆਉਂਦੇ ਤੇ ਉਹ ਜਾ ਦੇਖੋ ਜੀ ਮੋਬਾਈਲ ਇਨਡੋਰ ਗੇਮ ਜ਼ਿਆਦਾ ਸ਼ੁਰੂ ਹੋ ਗਈ ਵੀਡੀਓ ਗੇਮ ਮੋਬਾਈਲ ਕੇਬਲ ਔਰ ਕੰਪਿਊਟਰ ਮੈਂ ਤੁਹਾਨੂੰ ਦੱਸਾਂ ਇਹ ਚੀਜ਼ਾਂ ਤੁਸੀਂ ਦੇਖੋ ਕਿ ਸਾਡੇ ਬੱਚਿਆਂ ਉੱਤੇ ਇੱਕ ਬੋਝ ਹੈ ਯਕੀਨ ਕਰੋ ਤੁਸੀਂ ਬਿਲਕੁਲ ਸਾਡਾ ਬੱਚਾ ਐੱਫ ਐੱਸ ਸੀ ਪੜ੍ਹ ਕੇ ਤਾਂ 950 ਨੰਬਰ ਲੈਂਦਾ ਠੀਕ ਹੈ ਉਹ ਇਹ ਉਹ ਲੈਵਲ 'ਚ ਪਾ ਕੇ ਨਾ ਅਸੀਂ ਬੱਚਿਆਂ ਦੀ ਜ਼ਿੰਦਗੀ ਨੂੰ ਤਬਾਹ ਕਰਤਾ ਮੇਰੇ ਨਜ਼ਦੀਕ ਦੇਖੋ ਜ਼ਰੂਰ ਪੜ੍ਹਨਾ ਚਾਹੀਦਾ ਐਜੂਕੇਸ਼ਨ ਮਸਟ ਹੈ ਲੇਕਿਨ ਅਗਰ ਤੁਹਾਡੀ ਹੈਲਥ ਨਾਲ ਨਹੀਂ ਐਜੂਕੇਸ਼ਨ ਦੇ ਤਾਂ ਉਹ ਐਜੂਕੇਸ਼ਨ ਕਿਸ ਕੰਮ ਦੀ ਹੈ ਮੈਂ ਤੁਹਾਨੂੰ ਦੱਸਣਾ ਇੱਕ ਬੜੀ ਅੱਛੀ ਇਗਜ਼ਾਮਪਲ ਹੈ ਕਿ ਮਾਇੰਡ ਐਂਡ ਬੋਡੀ ਕੋਆਰਡੀਨੇਸ਼ਨ ਇੱਕ ਬੱਚਾ ਕੰਪਿਊਟਰ ਦਾ ਮਾਸਟਰ ਲੇਕਿਨ ਢਿੱਡ ਉਹਦਾ ਮੇਜ਼ ਨੂੰ ਲੱਗਣ ਡਿਆ ਹੁੰਦਾ ਠੀਕ ਹੈ ਉਹ 6-6 ਬਰਗਰ ਖਾਂਦਾ ਜੋ ਚੱਕ ਮਾਰਦਾ ਤਾਂ ਬਰਗਰ ਦਾ ਚੰਦ ਬਣਾ ਦਿੰਦਾ ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਸੀ ਨਾ ਕਿ ਹਲਕਾ ਜਿਹਾ ਜੁਗਤ ਪਾਣੀ ਵੀ ਚੱਲੇਗਾ ਦੇਖੋ ਜੀ ਗੱਲ ਕਹਿੰਦੀ ਹੈਗੀ ਹੈ ਕਿ ਮਦਰ ਤਾਂ ਆਸ ਹੈ ਕਿ ਬੱਚੇ ਦੇਖੋ ਫਿਜ਼ੀਕਲੀ ਫਿੱਟ ਹੋਣ ਠੀਕ ਹੈ ਔਰ ਉਹਨਾਂ ਨੂੰ ਦੁਨੀਆ ਦੀ ਇਨਫੋਰਮੇਸ਼ਨ ਵੀ ਹੋਵੇ ਯਾਰ ਇਹ ਨਹੀਂ ਹੋਣਾ ਚਾਹੀਦਾ ਕਿ ਉਹਨੂੰ ਬਾਕੀ ਦੁਨੀਆ ਦੀ ਇਨਫੋਰਮੇਸ਼ਨ ਹੈਗੀ ਲੇਕਿਨ ਆਪਣੇ ਘਰ ਦੀ ਇਨਫੋਰਮੇਸ਼ਨ ਸਿਹਤਮੰਦ ਦਿਮਾਗ ਤੇ ਸਿਹਤਮੰਦ ਜਿਸਮ ਹੋਣਾ ਚਾਹੀਦਾ ਔਰ ਸਿਹਤਮੰਦ ਜਿਸਮ ਦੇ ਵਿੱਚ ਹੀ ਸਿਹਤਮੰਦ ਦਿਮਾਗ ਪਰਵਰਿਸ਼ ਪਾਉਂਦਾ ਹੈ ਮਾਸ਼ਾਅੱਲਾ ਇਹ ਬੜੀ ਜ਼ਰੂਰੀ ਗੱਲ ਹੈ ਜੀ ਔਰ ਖਾਇਦ ਸਾਹਿਬ ਨੇ ਜਿਵੇਂ ਦੱਸਿਆ ਕਿ ਅਸੀਂ ਬੱਚਿਆਂ ਨੂੰ ਮਾਰ ਮਾਰ ਕੇ ਹਰ ਵੇਲੇ ਕਿਤਾਬ ਦਾ ਕੀੜਾ ਬਣਾਉਣ ਦੇ ਚੱਕਰਾਂ 'ਚ ਪਏ ਹਾਂ ਫਿਜ਼ੀਕਲ ਟ੍ਰੇਨਿੰਗ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਔਰ ਤੁਸੀਂ ਯਕੀਨ ਕਰੋ ਮੈਂ ਤਾਂ ਮੇਰੇ ਜ਼ਾਤੀ ਤਜਰਬਾ ਜਿਹੜਾ ਬੱਚਾ ਸ਼ਰਾਰਤੀ ਹੁੰਦਾ ਨਾ ਹਾਂਜੀ ਤੁਸੀਂ ਉਹਨੂੰ ਬਦਤਮੀਜ਼ੀ ਵਾਲੇ ਪਾਸੇ ਨਹੀਂ ਜਾਣਾ ਬਦਤਮੀਜ਼ੀ ਔਰ ਸ਼ਰਾਰਤ ਬਹੁਤ ਫਰਕ ਬੜਾ ਫਰਕ ਹੈ ਠੀਕ ਹੈ ਜੇ ਬੱਚਾ ਸ਼ਰਾਰਤੀ ਹੈ ਉਹੀ ਇੰਟੈਲੀਜੈਂਟ ਹੁੰਦਾ ਉਹ 6-5 ਸਾਲ ਦੇ ਬੱਚੇ ਨੇ ਅਸੀਂ ਕਹਿੰਦੇ ਤਮੀਜ਼ ਨਾਲ ਸੋਫੇ 'ਤੇ ਬਹਿ ਜਾ ਹੁਣ ਮੇਰੇ ਵਾਲ ਸਾਹਿਬ ਸਾਨੂੰ ਦੱਸਦੇ ਨੇ ਕਹਿੰਦੇ ਬੱਚੇ ਤੁਸੀਂ ਛੋਟੇ ਛੋਟੇ ਜਦੋਂ ਤਾਮੇ ਕਿਤੇ ਲੈ ਜਾਂਦਾ ਸੀ ਨਾ ਉਹ ਤੁਸੀਂ ਸੋਫੇ 'ਤੇ ਛਲਾਂਗਾ ਮਾਰਦੇ ਸੀ ਠੀਕ ਹੈ ਅਤੇ ਮੈਨੂੰ ਖੁਸ਼ੀ ਹੁੰਦੀ ਸੀ ਕਿਸੇ ਦੇ ਘਰ ਜਾ ਕੇ ਛਲਾਂਗਾ ਮਾਰਨਾ ਜਿਹੜਾ ਸੋਫਾ ਸੀ ਉਹਨੂੰ ਕਿੰਨੀ ਤਕਲੀਫ ਹੁੰਦੀ ਹੋਏਗੀ ਕਹਿੰਦਾ ਉਹਨੇ ਕਹਿਣਾ ਕਿ ਇਹਨਾਂ ਨੂੰ ਬਿਠਾਓ ਬੱਚੇ ਗਿਰ ਪੈਣਗੇ ਅਤੇ ਮੇਰੇ ਵਾਲ ਸਾਹਿਬ ਕਹਿੰਦਾ ਬੱਚੇ ਤਾਂ ਨਹੀਂ ਗਿਰਦੇ ਬੜੇ ਟ੍ਰੇਨ ਨੇ ਸੋਫਾ ਟੁੱਟ ਜਾਏਗਾ ਆਪਣਾ ਪਲੇਅਰ ਸਨ ਨਾ ਉਹਨਾਂ ਨੂੰ ਪਤਾ ਸੀ ਉਹਨਾਂ ਦੇ ਬੱਚੇ ਜਿਹੜੇ ਐਕਟਿਵ ਨੇ ਤੇ ਗੱਲ ਹੈ ਕਿ ਅੰਦਰ ਬੱਚਾ ਜੋ ਬੱਚੇ ਐਕਟਿਵ ਹੋਤੇ ਨਾ ਜ਼ਿਆਦਾ ਹਾਈਪਰ ਹੋਤੇ ਹਨ ਉਹਨੇ ਲਗਾਉਣਾ ਚਾਹੀਏ ਇਸ ਤਰ੍ਹਾਂ ਕੀ ਗੇਮਸ ਮੇ ਲਗਾਉਣਾ ਚਾਹੀਏ ਬਿਲਕੁਲ ਆਪ ਦੇਖੇ ਫਿਜ਼ੀਕਲ ਫਿਟਨੈਸ ਮੈਂ ਜ਼ਰੂਰ ਜ਼ਿਕਰ ਕਰੂੰਗਾ ਵੀ ਆਪ ਦੇਖੇ ਕਿ ਹਮਾਰੀ ਜੋ ਟੀਮ ਹੈ ਯੂਥ ਟੀਮ 올림픽 ਚ ਜਿੱਤ ਕੇ ਫਾਈਨਲ ਚ ਆਈ ਹੈ ਹਾਂ ਮਾਸ਼ਾਅੱਲਾ ਫਾਈਨਲ ਹੁਣ ਤਾਂ ਦੂਸਰੇ ਨੰਬਰ ਤੇ ਆਈ ਦੂਸਰੇ ਨੰਬਰ ਤੇ ਆਈ ਹੈ ਪੂਰੇ ਕੌਮ ਦੀ ਇੱਕ ਵਾਸਤੇ ਖੁਸ਼ੀ ਹੈ ਇਸੇ ਤਰ੍ਹਾਂ ਇਸਾਮੁਲਾਕ ਹੁਣੇ ਟੈਨਿਸ 'ਚ ਫਾਈਨਲ ਖੇਲ ਕੇ ਆਇਆ ਅਮਰੀਕਨ ਓਪਨ ਪੂਰੀ ਪਾਕਿਸਤਾਨ ਦੀ ਪ੍ਰਾਈਡ ਹੈ ਠੀਕ ਹੈ ਨਾ ਤੇ ਬੱਚਿਆਂ ਨੂੰ ਖੇਲਾਂ ਦਾ ਤਾਂ ਰੋਕਣਾ ਨਹੀਂ ਚਾਹੀਦਾ ਖੇਡ ਤੋਂ ਨਹੀਂ ਰੋਕਣਾ ਚਾਹੀਦਾ ਪੂਰੀ ਕੌਮ ਵਾਸਤੇ ਉਹ ਇੱਜ਼ਤ ਲਿਆਉਂਦਾ ਕੰਪਿਊਟਰ ਬੜੀ ਅੱਛੀ ਗੱਲ ਹੈ ਕਿ ਕੰਪਿਊਟਰ ਬੜੀ ਜ਼ਰੂਰੀ ਹੈ ਤਰੱਕੀ ਵੀ ਦੇ ਰਿਹਾ ਲੇਕਿਨ ਕੰਪਿਊਟਰ ਨੇ ਸਾਡੀ ਆਉਣ ਵਾਲੀ ਜਿਹੜੀ ਨਸਲ ਹੈ ਨਾ ਇੱਕ ਤਾਂ ਉਹਦੀਆਂ ਅੱਖਾਂ ਖਰਾਬ ਕਰ ਰਿਹਾ ਦੂਸਰਾ ਉਹਨਾਂ ਨੂੰ ਸੁਸਤ ਬੜਾ ਦਿਮਾਗ ਵੀ ਖਰਾਬ ਕਰ ਰਿਹਾ ਦੇਖੋ ਜੀ ਕੰਪਿਊਟਰ ਨਾਲ ਸਾਫ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਕੰਪਿਊਟਰ ਵਿੱਚ ਐਸੀ ਐਸੀ ਚੀਜ਼ਾਂ ਹੈਗੀਆਂ ਜਿਹੜਾ ਤੁਸੀਂ ਨਹੀਂ ਫੜ ਸਕਦੇ ਹੋ ਬਿਲਕੁਲ ਠੀਕ ਔਰ ਸਾਨੂੰ ਇਸਤੇਮਾਲ ਕਰਨਾ ਵੀ ਨਹੀਂ ਆਉਂਦਾ ਬੱਚਿਆਂ ਨੂੰ ਆਉਂਦਾ ਬੱਚਿਆਂ ਨੂੰ ਆਉਂਦਾ ਮੈਂ ਤਾਂ ਕਦੀ ਕੋਈ ਚੀਜ਼ ਖੋਲ੍ਹਣੀ ਹੋਵੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਪੰਜ ਆਪਣਾ 11 ਸਾਲ ਦਾ ਬੱਚਾ ਮੈਨੂੰ ਕਹਿੰਦਾ ਬੇਟਾ ਇਹ ਜ਼ਰਾ ਨਿਕਾਲ ਦਿਓ ਤੇ ਮੈਨੂੰ ਕਿਹਾ ਜੀ ਬੱਚਿਆਂ ਨੇ ਬੇਟਾ ਬਾਬਾ ਕੰਪਿਊਟਰ ਖੋਲ੍ਹਣਾ ਤੇ ਮੈਂ ਕੰਪਿਊਟਰ ਪੇਜ ਦਾ ਲੈ ਖੋਲ੍ਹਤਾ ਅਸੀਂ ਇਹ ਨਹੀਂ ਕਿਹਾ ਇਹਨੂੰ ਉਂਝ ਖੋਲ੍ਹਣਾ ਤੇ ਗੱਲ ਕਹਿੰਦੀ ਤੇ ਮੈਨੂੰ ਇੱਕ ਛੋਟੀ ਜੀ ਗੱਲ ਲਤੀਫਾ ਯਾਦ ਆਇਆ ਕਿਉਂਕਿ ਤੁਸੀਂ ਜ਼ਰਾ ਇੰਜ ਮਜ਼ਾਜ ਦੇ ਬੰਦੇ ਹੋ ਮੇਰਾ ਦਿਲ ਕਰ ਰਿਹਾ ਮੈਂ ਸੁਣਾਵਾਂ ਇੱਕ ਢਾੜੀ ਆਪਣਾ ਉਸਤਾਦ ਖਾਨ ਸਾਹਿਬ ਲੋਕ ਉਹ ਕਿਸੇ ਨੇ ਆ ਕੇ ਕਿਹਾ ਕਿ ਯਾਰ ਹੁਣ ਜ਼ਮਾਨਾ ਜਿਹੜਾ ਹੈ ਇਹ ਢੋਲਕੀਆਂ ਢਾਲਕੀਆਂ ਇਹ ਸਾਰਾ ਕੁਝ ਕੰਪਿਊਟਰ 'ਚ ਆ ਗਿਆ ਤੁਸੀਂ ਇੱਥੇ ਬੈਠੋ ਇੰਜ ਕਰਕੇ ਜਿਹੜੀ ਟਿਊਨ ਬਣਾਉਣੀ ਹੈ ਕੰਪਿਊਟਰ 'ਤੇ ਬਣ ਜਾਂਦੀ ਹੈ ਉਹ ਕਹਿੰਦਾ ਵੈਰੀ ਗੁੱਡ ਮੈਨੂੰ
ਇਹ ਜਿਹੜਾ ਜਨਾਬ ਕੀ ਆਪਣਾ ਕੀ ਪੈਡ ਹੈ ਔਰ ਇਹ ਜਿਹੜਾ ਇਹ ਮੋਨੀਟਰ ਹੈ ਇਹਦੇ 'ਚ ਨਜ਼ਰ ਆਉਂਦਾ ਹੈ ਇਹ ਫਲਾਣਾ ਇਹਨੂੰ ਔਨ ਕਰੋਗੇ ਤੁਸੀਂ ਤਾਂ ਇਹ ਪੂਰਾ ਸਿਸਟਮ ਹੈ ਉਹ ਕਿਹਾ ਜੀ ਅੱਛਾ ਉਹ ਕਿਹਾ ਜੀ ਇਹ ਤੂੰ ਇਹ ਟ੍ਰੇਨਿੰਗ ਕਰ ਲੈ ਅਤੇ ਦੋ ਤਿੰਨ ਦਿਨ ਬਾਅਦ ਮੈਂ ਤੁਹਾਨੂੰ ਦੱਸਾਂਗਾ ਅਤੇ ਇਹਦੇ 'ਤੇ ਹੱਥ ਚਲਾਉਣੇ ਸਿੱਖ ਲੈ ਏ ਐੱਫ ਡੀ ਐੱਫ ਓ ਜਿਹੜੀ ਟੈਪ ਟਾਈਪਿੰਗ ਹੈ ਉਹ ਕਹਿੰਦਾ ਠੀਕ ਹੈ ਜੀ ਦੋ ਦਿਨ ਬਾਅਦ ਟੀਚਰ ਆਇਆ ਉਹਦੇ ਕੋਲ ਖਾਨ ਸਾਹਿਬ ਦੇ ਕੋਲ ਉਹਨੇ ਕਿਹਾ ਹਾਂ ਬਾਈ ਦੱਸ ਕਹਿੰਦਾ ਜੀ ਇਹ ਮਾਊਸ ਹੈ ਇਹ ਯੂ ਪੀ ਐੱਸ ਹੈ ਇਹ ਮੋਨੀਟਰ ਹੈ ਇਹ ਆਪਣਾ ਕੀਬੋਰਡ ਪੈਡ ਹੈ ਜੋ ਵੀ ਹੈ ਸਾਰਾ ਕੁਛ ਹੈ ਕਹਿੰਦਾ ਅਤੇ ਕਿ ਆਪਣਾ ਸਿੱਖ ਰਿਹਾ ਕਹਿੰਦਾ ਹਾਂ ਜੀ ਸਿੱਖ ਰਿਹਾ ਅਤੇ ਇਹ ਜ਼ਰਾ ਉਂਗਲੀਆਂ ਤੇਜ਼ ਚੱਲ ਰਹੀਆਂ ਨੇ ਕਹਿੰਦਾ ਜੀ ਇੱਕ ਪ੍ਰੋਬਲਮ ਹੈ ਇਹ ਅਗਰ ਕੀ ਪੈਡ ਜਿਹੜਾ ਇੱਥੇ ਆ ਜਾਏ ਨਾ ਤਾਂ ਫਿਰ ਮੈਂ ਸਹੀ ਚਲਾ ਸਕਦਾ ਤੁਸੀਂ ਉਰਦੂ ਤੇ ਪੰਜਾਬੀ ਬੋਲਣ ਦੇ ਮੈਨੂੰ ਗੱਲ ਯਾਦ ਆ ਰਹੀ ਹੈ ਉਹ ਮੈਡਮ ਨੇ ਕਰਾਚੀ ਜਾ ਕੇ ਮੈਡਮ ਨੂਰ ਜਾਂ ਬੜੀ ਵੱਡੀ ਪਾਕਿਸਤਾਨ ਦਾ ਨਾਮ ਉਹਨਾਂ ਨੇ ਇੱਕ ਗਾਣਾ ਗਾਇਆ ਪੰਜਾਬੀ 'ਚ ਅਤੇ ਜਿਹੜੀ ਕੰਪੇਅਰ ਸੀ ਜਿਹੜੀ ਮੇਜ਼ਬਾਨੀ ਕਰਨ ਲਈ ਸੀ ਉਹ ਜੋ ਗਾਣਾ ਖਤਮ ਕੀਤਾ ਉਹਨਾਂ ਕਿਹਾ ਜੀ ਅਭੀ ਆਪਕੇ ਸਾਹਮਣੇ ਮੈਡਮ ਨੇ ਇੱਕ ਗਾਣਾ ਪੇਸ਼ ਕੀਆ ਹੁਣ ਉਹ ਪੰਜਾਬੀ ਦਾ ਸੀ ਔਰ ਪੰਜਾਬੀ ਦਾ ਅਲਫਾਜ਼ ਸੀ ਜਦੋਂ ਹੌਲੀ ਜੀ ਨਹੀਂ ਜਦੋਂ ਹੌਲੀ ਜੀ ਨਹੀਂ ਲੈਣੀ ਮੇਰਾ ਨਾਮ ਹੈ ਥਾਂ ਮਰ ਜਾਂਦੀ ਹੈ ਹੁਣ ਉਹਨੂੰ ਪੰਜਾਬੀ ਨਹੀਂ ਆਉਂਦੀ ਸੀ ਤਾਂ ਉਹਨਾਂ ਕਿਹਾ ਜੀ ਅਭੀ ਉਹਨਾਂ ਨੇ ਗਾਣਾ ਗਾਇਆ ਜਿਸ ਕੇ ਬੋਲ ਯੇ ਥੇ ਜਬ ਕਭੀ ਵੀ ਆਪ ਮੇਰਾ ਆਹਿਸਤਾ ਸੇ ਨਾਮ ਲੇਤੇ ਮੈਂ ਖੁਦਾ ਕੀ ਕਸਮ ਵਾਈਫ ਫੌਤ ਹੋ ਜਾਤੀ ਹੈ ਤੁਹਾਡੇ ਦੋਨਾਂ ਦਾ ਹੁਣ ਇੱਕ ਪੰਜਾਬੀ ਉਰਦੂ ਇਸੀ ਬਾਤ ਪਰ ਲੇਤੇ ਹੈ ਬ੍ਰੇਕ ਆ ਰਹੇ ਹੈ ਛੋਟੇ ਸੇ ਬ੍ਰੇਕ ਕੇ ਬਾਅਦ ਸਟੇ ਵਿਦ ਅਸ ਪਾਜੀ ਹੱਸਦੇ ਵਸਦੇ ਰਹੋ ਖਾਂਦੇ ਰਹੋ ਜਿੰਦੇ ਰਹੋ ਤੇ ਵੇਖਦੇ ਰਹੋ ਆਪਣਾ ਚੈਨਲ ਆਪਣਾ ਆਪਣਾ ਹੀ ਹੁੰਦਾ ਜੀ ਕੋਈ ਸ਼ੱਕ ਜੀ ਮੋਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਸਾਡੇ ਨਾਲ ਨੇ ਜੀ ਖਵਾਜਾ ਜੁਨੇਦ ਸਾਹਿਬ ਔਰ ਬੜੀਆਂ ਮਜ਼ੇਦਾਰ ਗੱਲਾਂ ਹੋ ਰਹੀਆਂ ਜਿਸ ਤਰ੍ਹਾਂ ਤੁਸੀਂ ਦੇਖਿਆ ਹਸਾ ਵੀ ਰਹੇ ਨੇ ਔਰ ਮੇਰੇ ਤੋਂ ਜ਼ਿਆਦਾ ਹਸਾ ਰਹੇ ਨੇ ਅੱਛਾ ਬੱਚੋਂ ਕੋ ਹਾਕੀ ਕੀ ਤਰਫ ਕੈਸੇ ਲਾਇਆ ਜਾਏ ਕਿਉਂਕਿ ਹਰ ਬੱਚੇ ਕੋ ਮੈਨੇ ਦੇਖਾ ਹੈ ਜ਼ਿਆਦਾਤਰ ਕ੍ਰਿਕਟ ਕਾ ਸ਼ੌਕ ਹੈ ਤੋ ਹਾਕੀ ਕੀ ਤਰਫ ਕੈਸੇ ਇਨਕਰੇਜ ਕਰਨਾ ਦੇਖੋ ਜੀ ਜਿਸ ਤਰ੍ਹਾਂ ਬੱਚੇ ਨੂੰ ਅਸੀਂ ਡਾਕਟਰ ਬਣਾਉਣਾ ਚਾਹੁੰਦੇ ਹਾਂ ਇੰਜੀਨੀਅਰ ਬਣਾਉਣਾ ਚਾਹੁੰਦੇ ਹਾਂ ਠੀਕ ਹੈ ਐਸੇ ਤਰ੍ਹਾਂ ਤੁਸੀਂ ਹਾਕੀ ਪਲੇਅਰ ਬਣਾ ਸਕਦੇ ਹੋ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਮੌਜੂਦਾ ਇਸ ਦੌਰ ਵਿੱਚ ਸਾਡੀ ਹਾਕੀ ਅਕੈਡਮੀਆਂ ਬਣ ਚੁੱਕੀਆਂ ਹੋਈਆਂ ਹਾਕੀ ਕਲੱਬ ਖਤਮ ਹੋ ਗਈ ਹਾਕੀ ਦਾ ਡਿਪਾਰਟਮੈਂਟ ਖਤਮ ਹੋ ਗਏ ਸਾਡੀ ਫੈਡਰੇਸ਼ਨ ਨੇ ਹੁਣ ਕਲੱਬਾਂ ਜਿਹੜੀਆਂ ਨਹੀਂ ਚੱਲਦੀਆਂ ਸੀ ਆਪਣੀ ਅਕੈਡਮੀਆਂ ਬਣਾ ਲਈਆਂ ਤਕਰੀਬਨ ਇਸ ਵਕਤ 18 ਅਕੈਡਮੀਆਂ ਪੂਰੇ ਪਾਕਿਸਤਾਨ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ 'ਚ ਇਸ ਵਕਤ ਉਹ 40 ਅਕੈਡਮੀਆਂ ਟਾਰਗੇਟ ਕੀਤਾ ਹੋਇਆ ਮੇਨ ਸ਼ਹਿਰਾਂ ਵਿੱਚ ਉੱਥੋਂ ਫਿਰ ਤੁਸੀਂ ਚੁੱਕਦੇ ਹੋ ਬੱਚੇ ਬਿਲਕੁਲ ਉਹ ਬੱਚੇ ਜਿਹੜੇ ਸ਼ੌਕੀਨ ਹੈ ਜਿਨ੍ਹਾਂ ਦੇ ਮਾਂ ਬਾਪ ਸ਼ੌਕ ਰੱਖਦੇ ਜਿਨ੍ਹਾਂ ਉਹਨਾਂ ਨੇ ਕਿਹਾ ਉਹ ਅਕੈਡਮੀਆਂ ਜਾਣ ਔਰ ਬੱਚਿਆਂ ਨੂੰ ਖਿਲਾਉਣ ਔਰ ਯਕੀਨ ਕਰੋ ਹਾਕੀ ਮੈਂ ਸਮਝਣਾ ਕਿ ਐਸੀ ਗੇਮ ਹੈ ਇੰਨੀ ਆਲਾ ਸਕਿੱਲ ਹੈਗੀ ਹੈ ਕਿ ਇੱਕ ਤਾਂ ਤੁਸੀਂ ਆਪ ਇੰਜੋਏ ਕਰਦੇ ਹੋ ਦੂਸਰਾ ਤੁਹਾਡਾ ਬੱਚਾ ਜੋ ਵੱਡਾ ਹੋ ਕੇ ਮੈਡਲ ਲਿਆਉਂਦਾ ਉਦੋਂ ਸਾਰਾ ਪਾਕਿਸਤਾਨ ਫਖਰ ਕਰਦਾ ਬੜਾ ਲੇਕਿਨ ਬਾਤ ਇਹ ਹੈ ਨਾ ਕਿ ਫਾਇਦਾ ਜ਼ਿਆਦਾ ਅੱਜ ਕੱਲ੍ਹ ਕ੍ਰਿਕਟ ਮੈਂ ਫਾਇਦਾ ਕ੍ਰਿਕਟ ਵਿੱਚ ਅੱਛਾ ਇਹ ਤਾਂ ਪਬਲਿਕ ਗੇਮ ਕ੍ਰਿਕਟ ਮੈਂ ਕਹੂੰਗਾ ਕਿ ਉਹ ਹਾਕੀ ਨੈਸ਼ਨਲ ਗੇਮ ਹੈ ਕ੍ਰਿਕਟ ਇੱਕ ਪਬਲਿਕ ਗੇਮ ਹੈ ਇੱਕ ਪਬਲਿਕ ਗੇਮ ਬਣ ਚੁੱਕੀ ਹੈ ਹਰ ਬੰਦਾ ਉਸਕੋ ਪਸੰਦ ਕਰਤਾ ਹੈ ਔਰ ਮੈਂ ਸਮਝਦਾ ਹਾਂ ਕਿ ਪਸੰਦ ਕਰਨਾ ਵੀ ਚਾਹੀਏ ਚਾਹੇ ਉਹ ਕ੍ਰਿਕਟ ਹੋ ਹਾਕੀ ਹੋ ਬੇਸਿਕਲੀ ਨਾਮ ਤੋਂ ਪਾਕਿਸਤਾਨ ਅੱਛਾ ਇਹ ਬਾਤ ਕਿ ਹਾਕੀ ਮੇਂ ਵੀ ਕ੍ਰਿਕਟ ਕੀ ਤਰ੍ਹਾਂ ਕੋਈ ਚੱਕਰ ਹੈ ਮੈਚ ਫਿਕਸਿੰਗ ਵਗੈਰਾ ਕਾ ਦੇ ਮੇਰੇ ਖਿਆਲ ਨਾਲ ਜੀ ਅਜੇ ਤੱਕ ਤਾਂ ਬਿਲਕੁਲ ਨਹੀਂ ਹੈ ਹਾਕੀ ਇੰਨੀ ਫਾਸਟ ਗੇਮ ਹੈ ਕਿ ਇਹਦੇ 'ਚ ਅਗਰ ਕੋਈ ਪਲੇਅਰ ਹਲਕਾ ਖੇਲਣਾ ਚਾਹੇ ਨਾ ਸਾਡੀ ਰੋਲਿੰਗ ਸਬਸਟੀਟਿਊਸ਼ਨ ਜਿਨ ਮਰਜ਼ੀ ਬਾਹਰ ਕੱਢ ਲਓ ਜਿਨ ਮਰਜ਼ੀ ਅੰਦਰ ਭੇਜ ਦਿਓ ਕੋਈ ਹਲਕਾ ਖੇਲੇਗਾ ਕਮਜ਼ੋਰ ਖੇਲੇਗਾ ਤਾਂ ਕੋਚ ਦਾ ਕੰਮ ਔਰ ਬਾਹਰ ਉਸੇ ਵਕਤ ਅੱਛਾ ਅੱਛਾ ਮੈਂ ਅਗਰ ਅਸੀਂ ਗੱਲ ਕਰੀਏ 1980 ਤੋਂ ਲੈ ਕੇ 1994-95 ਤੱਕ ਅਤੇ ਸਾਡੀ ਹਾਕੀ ਦੇ ਵਿੱਚ ਇੱਕ ਨਾਂ ਬੋਲਦੇ ਸਨ ਇੱਕ ਪੂਰੀ ਦੁਨੀਆ 'ਤੇ ਸਾਡੇ ਮੁਲਕ ਦਾ ਨਾਂ ਵੱਜਦਾ ਸੀ ਬਕਾਇਦਾ ਔਰ ਮੇਰਾ ਖਿਆਲ ਹੈ ਕਿ ਅੱਲਾਹ ਦੇ ਫਜ਼ਲ ਨਾਲ ਸਾਡਾ ਕਿਸੇ ਦੇ ਨਾਲ ਕਿਸੇ ਟੀਮ ਦਾ ਸਾਡੀ ਟੀਮ ਨਾਲ ਜਦੋਂ ਮੈਚ ਹੁੰਦਾ ਸੀ ਉਹਦੀ ਰਾਤ ਦੀਆਂ ਨੀਂਦਾਂ ਆਰਾਮ ਹੋ ਜਾਂਦੀਆਂ ਸਨ ਬਿਲਕੁਲ ਜੀ ਅਸਨ ਸਰਦਾਰ ਸਾਹਿਬ ਇਸਲਾਉਦੀਨ ਸਾਹਿਬ ਆਪਣਾ ਇਹ ਬੜੇ ਵੱਡੇ ਵੱਡੇ ਨਾਂ ਅਸਨ ਸਰਦਾਰ ਬਿਲਕੁਲ ਇਹ ਉਹ ਨਾਂ ਸਨ ਕਿ ਮੈਨੂੰ ਯਾਦ ਹੈ ਅਸੀਂ ਸਕੂਲ ਟਾਈਮ 'ਤੇ ਸਨਾਟੇ ਹੋ ਜਾਂਦੇ ਸਨ ਜੀ ਮੈਚ ਅਗਰ ਸ਼ਾਮ ਨੂੰ ਹੈ ਅਤੇ ਸ਼ਾਮ ਨੂੰ ਦੁਪਹਿਰ ਨੂੰ ਸਵੇਰ ਦੇ ਟਾਈਮ ਕਿਉਂਕਿ ਬਾਹਰ ਦੇ ਮੁਲਕਾਂ 'ਚ ਮੈਨੂੰ ਯਾਦ ਹੈ ਟੀ ਵੀ 'ਤੇ ਆਉਂਦਾ ਹੁੰਦਾ ਸੀ ਕਿ ਅਭੀ ਹਮ ਆਪਕੋ ਬਰਾਏ ਰਾਸਤ ਅਭੀ ਹਮਾਰਾ ਰਾਬਤਾ ਨਹੀਂ ਹੋ ਰਹਾ ਹਮ ਆਪਕੋ ਅਭੀ ਲੀਏ ਚਲਤੇ ਹੈ
فلاں ہاکی گراؤنڈ میں فلاں ملک میں ہاکی کا بہت پیک پیریڈ تھا وہ سناٹا اس لیے کرکٹ نو نے کوئی پوچھتا سی تے کرکٹ 10 10 دن ہو ہی جا رہی ہے تے کوئی دیکھدا نہیں ہوندا بالکل صحیح کہہ تو ہاکی دا ٹائم سی کی ہویا ساڈی ہاکی دے نال کوئی سازش ہوئی ہے انٹرنیشنلی یا ساڈیاں کوئی اپنی غلطیاں نے کہ اسی ایڈا بوم دیکھ کے دنیا دی بہترین ٹیم ہون دے باوجود اسی ایک دم انج ہو گئے ہیں کہ ہن سانو جتنا مشکل ہو گیا دیکھو جی تسی ایک بڑی پیاری گل کیتی ہے کہ ایک انٹرنیشنل سازش بھی تسی کہہ سکدے ہو مثال دے طور تے ਸਾਡੇ ਅਸੀਂ ਤਕਰੀਬਨ 16 ਸਾਲ ਦਾ ਅਰਸਾ ਹੈ ਕਿ ਸਾਡੀ ਹਾਕੀ 'ਚ ਕੋਈ ਮੈਡਲ ਨਹੀਂ ਆਇਆ 1994 ਤੋਂ ਲੈ ਕੇ ਉਹਦੇ ਬਾਅਦ 94 ਤੋਂ ਲੈ ਕੇ ਅਤੇ 2009 ਤੋਂ ਬਾਅਦ ਮੈਡਲ ਆਉਣੇ ਸ਼ੁਰੂ ਹੋ ਗਏ ਨੇ ਠੀਕ ਹੈ 15-16 ਸਾਲ ਗਏ ਬਿਲਕੁਲ 15-16 ਸਾਲ ਅਸੀਂ ਕੁਛ ਨਹੀਂ ਲਿਆ ਸਕੇ ਠੀਕ ਹੈ ਉਹਦੇ ਵਿੱਚ ਵਜ੍ਹਾ ਕੀ ਸੀ ਨੰਬਰ ਇੱਕ ਵਜ੍ਹਾ ਇਹ ਸੀ ਕਿ ਜੋ ਟੀਮ ਨਹੀਂ ਜਿੱਤੀ ਨਾ ਤਾਂ ਉਹ ਤੁਸੀਂ ਮੁੰਡੇ ਵੀ ਚੇਂਜ ਕਰ ਦਿੰਦੇ ਹੋ ਉਹਦੇ ਬਾਅਦ ਕੋਚ ਵੀ ਚੇਂਜ ਕਰ ਦਿੰਦੇ ਹੋ ਆਪਸ 'ਚ ਉਹਨਾਂ ਨੂੰ ਐਡਜਸਟ ਨਹੀਂ ਹੋਣ ਦਿੱਤਾ ਠੀਕ ਹੈ ਤੁਸੀਂ ਕੋਚ ਬਣੇ ਅਤੇ ਤੁਹਾਡਾ ਸਿਸਟਮ ਮੈਂ ਕੋਚ ਬਣਿਆ ਅਤੇ ਮੇਰਾ ਸਿਸਟਮ ਪਲੇਅਰ ਕਹਿੰਦਾ ਕਿ ਰੈਂਬੋ ਸਾਹਿਬ ਠੀਕ ਨੇ ਕਿ ਖਵਾਜਾ ਜੁਨੇਦ ਸਾਹਿਬ ਠੀਕ ਨੇ ਉਹ ਇਸ ਕਰਕੇ ਡਬਲ ਮਾਈਂਡਡ ਹੋ ਕੇ ਉਹ ਖੇਡ ਨਹੀਂ ਸਕਿਆ ਉਹਦੇ ਬਾਅਦ ਗੋਰਾ ਖੇਡਦਾ ਸੀ ਗੋਰਾ ਸਟਾਈਲ ਅਸੀਂ ਸਾਡਾ ਸਟਾਈਲ ਸੀ ਏਸ਼ੀਅਨ ਸਕਿੱਲ ਹਾਲਾਂਕਿ ਸਾਡਾ ਸਟਾਈਲ ਉਹਨਾਂ ਨੇ ਕਾਪੀ ਕੀਤਾ ਸੀ ਇੱਕ ਟਾਈਮ ਸੀ ਕਿ ਏਸ਼ੀਅਨ ਸਾਡਾ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਅਸੀਂ ਸੁਣਦੇ ਹੁੰਦੇ ਸਾਂ ਕਿ ਜੀ ਹੁਣ ਯੂਰਪੀਅਨ ਟੀਮਾਂ ਨੇ ਨਾ ਸਾਡਾ ਸਟਾਈਲ ਜਿਹੜਾ ਏਸ਼ੀਅਨ ਕਾਪੀ ਕਰਨਾ ਸ਼ੁਰੂ ਕੀਤਾ ਬਸ ਠੀਕ ਹੋ ਗਿਆ ਸਾਡਾ ਸਟਾਈਲ ਉਹ ਲੈ ਗਏ ਉਹਨਾਂ ਦਾ ਸਟਾਈਲ ਅਸੀਂ ਲੈ ਲਿਆ ਜਿਸ ਸਟਾਈਲ ਅਸੀਂ ਜਿੱਦਾਂ ਸੀ ਉਹਨਾਂ ਨੇ ਸਾਡੇ ਸਟਾਈਲ ਨਾਲ ਸਾਨੂੰ ਜਿੱਤਣਾ ਸ਼ੁਰੂ ਕਰਤਾ ਇੱਥੇ ਗਲਤੀ ਹੋਈ ਸਾਡੇ ਕੋਚਾਂ ਨੇ ਉਹਨਾਂ ਦਾ ਸਟਾਈਲ ਲਿਆ ਕੇ ਪਾਕਿਸਤਾਨ ਸ਼ੁਰੂ ਕਰਾਤਾ ਜਿਹਦੀ ਵਜ੍ਹਾ ਨਾਲ ਪਾਕਿਸਤਾਨ ਨੂੰ ਬੜੀ ਮਾਰ ਪਈ ਹੈ ਸਾਨੂੰ ਆਪਣੀ ਏਸ਼ੀਅਨ ਸਕਿੱਲ ਨਹੀਂ ਛੱਡਣੀ ਚਾਹੀਦੀ ਏਸ਼ੀਅਨ ਸਕਿੱਲ ਜਿਹੜੀ ਡ੍ਰਿਬਲਿੰਗ ਡੋਜਿੰਗ ਔਰ ਸ਼ਾਰਟ ਪਾਸਿੰਗ ਹੈ ਨਾ ਉਹ ਅਸੀਂ ਬਿਲਕੁਲ ਬੰਦ ਕਰਤੀ ਸੀ ਅਗੇਨ ਹੁਣ ਅਸੀਂ ਵਾਪਸ ਲਿਆਉਂਦੀ ਹੈ ਅਤੇ ਅੱਲਾਹ ਦਾ ਸ਼ੁਕਰ ਹੈ ਕਿ ਹੁਣ ਅਸੀਂ ਏਸ਼ੀਅਨ ਸਟਾਈਲ 'ਚ ਵਾਪਸ ਆਏ ਏਸ਼ੀਅਨ ਸਟਾਈਲ 'ਚ ਵਾਪਸ ਇਹ ਸਾਡੀ ਗਲਤੀ ਹੋਈ ਹੈ ਇਹ ਬਹੁਤ ਵੱਡੀ ਗਲਤੀ ਸੀ ਸਾਡੇ ਨਾਲ ਸਾਜ਼ਿਸ਼ ਕਿੱਥੇ ਹੋਈ ਸਾਡੇ ਨਾਲ ਸਾਜ਼ਿਸ਼ ਇਹ ਹੋਈ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਰੈਪਿਡਲੀ ਕੋਚ ਚੇਂਜ ਹੋਏ ਉੱਥੇ ਜਿਹੜੇ ਕੋਚ ਬਾਹਰੋਂ ਨਵੇਂ ਨਵੇਂ ਪੜ੍ਹ ਕੇ ਆਉਂਦੇ ਸੀ ਉਹ ਆਪਣੇ ਕੰਮ ਸ਼ੁਰੂ ਕਰ ਦਿੰਦੇ ਸੀ ਉਹਨਾਂ ਨੇ ਆਪਣੀ ਏਸ਼ੀਅਨ ਸਟਾਈਲ ਹਾਕੀ ਨੂੰ ਆਪ ਮਾਰਿਆ ਠੀਕ ਹੈ ਉਹ ਮਾਰਨ ਦੀ ਵਜ੍ਹਾ ਨਾਲ ਮੈਂ ਸਮਝਦਾ ਕਿ ਸਾਡਾ ਪਲੇਅਰ ਵੀ ਡਾਊਨ ਮਾਈਂਡ ਸਾਡੇ ਪਲੇਅਰ ਸਾਡੇ ਜਿਹੜੇ ਕੌਮ ਹੈ ਨਾ ਐਗਰੈਸਿਵ ਕੌਮ ਹੈ ਇਹਨਾਂ ਨੂੰ ਤੁਸੀਂ ਤੇਜ਼ੀ ਨਾਲ ਕੰਮ ਦਿਓ ਨਾ ਇਹ ਨੱਠ ਕੇ ਕਰਨਗੇ ਇਹ ਤੁਸੀਂ ਦਿਮਾਗ ਤੁਸੀਂ ਕਹੋ ਨਾ ਜ਼ਰਾ ਘੰਟੇ ਬਾਅਦ ਜਾਣਾ ਅਤੇ ਬੈਠ ਕੇ ਭਾਵੇਂ ਦੂਸਰੇ ਦੇ ਖਿਲਾਫ ਹੀ ਬੋਲਦਾ ਰਹੇ ਠੀਕ ਹੈ ਨਾ ਅਤੇ ਇਹ ਐਗਰੈਸਿਵ ਕੌਮ ਹੈ ਇਹਨਾਂ ਨੂੰ ਐਗਰੈਸਿਵ ਸਟਾਈਲ ਪਸੰਦ ਨੇ ਅਤੇ ਐਗਰੈਸਿਵਨੈਸ ਤੋਂ ਬਾਹਰ ਨਹੀਂ ਆਉਣਾ ਚਾਹੀਦਾ ਮੈਂ ਸਮਝਦਾ ਔਰ ਮੈਂ ਆਪ ਇਹ ਸਮਝਣਾ ਮੈਂ ਸਾਜ਼ਿਸ਼ ਇਸ ਵਜ੍ਹਾ ਤੋਂ ਕਿਹਾ ਅਗਰ ਅਸੀਂ ਆਪਣੀ ਤਾਰੀਖ ਵੱਲ ਪਿੱਛੇ ਨਜ਼ਰ ਮਾਰੀਏ ਸੰਨ 1965 ਦੀ ਜੰਗ ਤੋਂ ਬਾਅਦ ਅਸੀਂ ਪੂਰੀ ਦੁਨੀਆ ਦੀ ਨਜ਼ਰ 'ਚ ਆਏ ਜਿਹਨੂੰ ਕਹਿੰਦੇ ਮੂੰਹ 'ਚ ਆ ਜਾਣਾ ਬਿਲਕੁਲ ਸਹੀ ਓਏ ਹੋਏ ਹੋਏ ਕਿਹੜੀ ਕੌਮ ਹੈ ਬਾਈ ਡੰਡਿਆਂ ਨਾਲ ਜੰਗ ਜਿੱਤ ਗਏ ਨੇ ਉਸ ਬਾਅਦ ਅਸੀਂ ਫੋਕਸ ਹੋਏ ਸਾਡੇ ਉੱਤੇ ਜਨਾਬ ਵਾਲੀ ਪਾਬੰਦੀਆਂ ਲਾਉਣਾ ਉਹਨਾਂ ਕਿਹਾ ਜੀ ਇਹਨਾਂ ਨੂੰ ਪਕੜੋ ਇਹ ਤਾਂ ਪੂਰੀ ਦੁਨੀਆ 'ਤੇ ਨਿਕਲਣ ਵਾਲੀ ਕੌਮ ਹੈ ਅਸੀਂ ਹਾਕੀ 'ਚ ਨੰਬਰ 1 ਅਸੀਂ 0 ਹੋਏ ਅਸੀਂ ਸਕੁਐਸ਼ 'ਚ ਨੰਬਰ 1 ਅਸੀਂ 0 ਹੋਏ ਅਸੀਂ ਕ੍ਰਿਕਟ 'ਚ ਨੰਬਰ 1 ਅਸੀਂ ਬਿਲਕੁਲ 0 ਹੋਏ ਸਨੂਕਰ 'ਚ ਫਿਰ ਅਸੀਂ ਵਰਲਡ ਸਨੂਕਰ 'ਚ ਅਸੀਂ ਸਾਡੇ ਨਾਲ ਫਿਰ ਸਾਜ਼ਿਸ਼ ਹੋਈ ਫਿਲਮੋਂ ਮੇ ਵੀ ਫਿਲਮੇ ਕਿਤਨੀ ਅੱਛੀ ਬਣਤੀ ਸਾਡੀ ਬਹੁਤ ਬਹੁਤ ਜ਼ਬਰਦਸਤ ਸਹੀ ਬਾਤ ਜਿਸ ਚੀਜ਼ ਮੇ ਵੀ ਹਮ ਉੱਪਰ ਆਏ ਹਾਂ ਤਾਂ ਹਮੇ ਇੱਕਦਮ ਕਿਉਂ ਦਬਾਇਆ ਗਿਆ ਇਹਦੇ ਤੁਸੀਂ ਇਸ ਮੇਰੇ ਨਾਲ ਇਤਫਾਕ ਕਰੋਗੇ ਕਿ ਸਾਡਾ ਇੰਟਰਨੈਸ਼ਨਲੀ ਸਾਜ਼ਿਸ਼ ਹੋ ਰਹੀ ਹੈ ਔਰ ਜਿਹਦੇ 2-3 ਮੁਲਕ ਜਿਹੜੇ ਨੇ ਨਾ ਉਹ ਇਕੱਠੇ ਹੋ ਗਏ ਦੇਖੋ ਜੀ ਤੁਸੀਂ ਇਸ ਵੇਲੇ ਵੀ ਸਾਡੀ ਕ੍ਰਿਕਟ ਨੂੰ ਬਕਾਇਦਾ ਬਦਨਾਮ ਕੀਤਾ ਜਾ ਰਿਹਾ ਜਾਣ ਬੁੱਝ ਕੇ ਕਾਰਨ ਹੈ ਔਰ ਦੇਖੋ ਕੋਈ ਐਵੀਡੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਸਿਰਫ ਇੰਨੀ ਮੀਡੀਆ ਹਾਈਪ ਦਿੱਤੀ ਹੈ ਅੱਜ ਮੈਂ ਕਹਿੰਦਾ ਚਲੋ ਜੀ ਕੋਈ ਚੀਜ਼ ਪ੍ਰੂਵ ਹੋਵੇ ਨਾ ਤਾਂ ਫਿਰ ਤੁਸੀਂ ਯਾਨੀ ਹਾਈਪ ਦਿਓ ਅਜੇ ਕੁਛ ਪ੍ਰੂਵ ਹੀ ਨਹੀਂ ਹੋਇਆ ਤੁਸੀਂ ਪਾਕਿਸਤਾਨ ਨੂੰ ਸਿਰਫ ਬਦਨਾਮ ਕਰਨ ਵਾਸਤੇ ਉਹ ਮੈਚ ਫਿਕਸਿੰਗ ਦਾ ਐਲੀਗੇਸ਼ਨ ਲਾਤਾ ਠੀਕ ਹੈ ਔਰ ਬਿਲਕੁਲ ਗਲਤ ਔਰ ਤੁਹਾਡੀ ਗੱਲ ਬਜਾ ਹੈ ਕਿ 2-3 ਐਸੇ ਮੁਲਕ ਨੇ ਜਿਹੜੇ ਸਾਡੇ ਉੱਤੇ ਸਾਜ਼ਿਸ਼ ਕਰਦੇ ਨੇ ਹਾਕੀ ਵਿੱਚ ਨਾ ਐਸੇ ਰੂਲ ਨਵੇਂ ਆ ਜਾਂਦੇ ਨੇ ਜਿਹੜਾ ਸਾਨੂੰ ਪਤਾ ਨਹੀਂ ਹੁੰਦਾ ਬਾਹਰ ਦੇ ਯੂਰਪੀਅਨ ਕੰਟਰੀਆਂ ਪਹਿਲੇ ਆਪਸ 'ਚ ਵੋਟਿੰਗ ਕਰਕੇ ਰੂਲ ਪਾਸ ਕਰਾਉਂਦੀਆਂ ਉਹਨੂੰ ਖੇਲਦੀਆਂ ਫਿਰ ਸਾਨੂੰ ਦੇ ਦਿੰਦੀਆਂ ਹੁਣ ਤੁਸੀਂ ਵੀ ਐਸੇ ਨਹੀਂ ਖੇਡਦੇ ਤੇ ਇਹ ਸਾਜ਼ਿਸ਼ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਾਜ਼ਿਸ਼ ਬਿਲਕੁਲ ਅਲਹਮਦੁਲਿਲਾ ਅਸੀਂ ਜਦੋਂ ਡੰਡਿਆਂ ਨਾਲ ਜੰਗ ਜਿੱਤ ਸਕਨੇ ਹਨ ਖਾਲੀ ਡੰਡਿਆਂ ਨਾਲ ਦੇਖੋ ਜੀ ਗੱਲ ਤੇ ਮੈਂ ਤਾਂ ਬੜੀ ਹਾਕੀ ਨਾਲ ਤੇ ਹਾਕੀ ਬੰਦਾ ਖੇਡਦਾ ਤੇ ਹਾਕੀ ਨਹੀਂ ਜਿੱਤ ਸਕਦਾ ਨਾ ਕਿਉਂ ਨਹੀਂ ਬੱਲੇ ਨਾਲ ਬੰਦਾ ਛੱਕੇ ਮਾਰਦਾ ਛੱਕੇ ਨਹੀਂ ਮਾਰਦਾ ਕਿਉਂ ਨਹੀਂ ਮਾਰ ਸਕਦਾ ਬੰਦੂਕ ਨਾਲ ਜੰਗ ਜਿੱਤਦਾ ਨਾ ਅਸੀਂ ਤੇ ਡੰਡੇ ਨਾਲ ਜਿੱਤੀ ਬਿਲਕੁਲ ਉਥੋਂ ਇਹਨਾਂ ਵੱਡੀਆਂ ਕੋ ਤਾਕਤਾਂ ਨੇ ਗਿਆ ਓਏ ਹੋਏ ਇਹਨਾਂ ਨੂੰ ਪੜੋ ਬਾਈ ਆ ਕਿਹੜੀ ਕੌਮ ਉੱਠ ਪਈ ਹੈ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਬੜੀ ਕਲੀਅਰ ਹੈ ਕਿ ਸਾਰੀ ਦੁਨੀਆ ਜਾਣਦਾ ਇਤਫਾਕ ਹੋਇਆ ਅਰਜਨਟੀਨਾ ਤੋਂ ਲੈ ਕੇ ਕੈਨੇਡਾ ਕੈਨੇਡਾ ਤੋਂ ਨਾਰਵੇ ਯੂ ਨੋ ਪੂਰੀ ਪੂਰੀ ਦੁਨੀਆ ਨੂੰ ਘੁੰਮਿਆ ਹੋਇਆ ਤੁਸੀਂ ਯਕੀਨ ਕਰੋ ਕਿ ਹਰ ਦੁਨੀਆ ਦੇ ਹਰ ਮੁਲਕ ਵਿੱਚ ਹਰ ਖਿੱਤੇ ਵਿੱਚ ਡਾਕਟਰ ਜਿਹੜਾ ਵੱਡਾ ਉਹ ਵੀ ਪਾਕਿਸਤਾਨੀ ਹੈ ਜਿਹੜਾ ਇੰਜੀਨੀਅਰ ਵੱਡਾ ਉਹ ਵੀ ਪਾਕਿਸਤਾਨੀ ਹੈ ਜਿਹੜਾ ਕੋਚਿੰਗ ਕਰਨ ਡਿਆ ਉਹ ਵੀ ਪਾਕਿਸਤਾਨੀ ਹੈ ਬਿਲਕੁਲ ਤੇ ਪਾਕਿਸਤਾਨੀ ਕੌਮ ਮੈਂ ਤੁਹਾਨੂੰ ਬੜੇ ਮਸੂਮ ਨਾਲ ਕਹਿੰਦਾ ਦੁਨੀਆ ਦੀ ਬਿਹਤਰੀਨ ਕੌਮ 'ਚ ਹੈ ਔਰ ਜਿਹੜਾ ਸਾਡਾ ਇੰਡੀਵਿਜੁਅਲ ਹੈ ਨਾ ਪਾਕਿਸਤਾਨੀ ਉਹ ਦੁਨੀਆ ਦੇ ਹਰ ਇੰਡੀਵਿਜੁਅਲ ਕੋਲ ਬਿਹਤਰ ਹੈਗਾ ਔਰ ਸਾਨੂੰ ਇਸ ਚੀਜ਼ 'ਤੇ ਫਖਰ ਹੈ ਵਕਤੀ ਤੌਰ 'ਤੇ ਸਾਨੂੰ ਤਕਲੀਫਾਂ ਆਈਆਂ ਨਾ ਠੀਕ ਲੇਕਿਨ ਸਾਨੂੰ ਅੱਲਾਹ ਪਾਕ ਕੋਲੋਂ ਬੜੀ ਉਮੀਦ ਹੋਈ ਹੈ ਕਿ ਆਉਣ ਵਾਲੇ ਦਿਨਾਂ ਤੁਸੀਂ ਦੇਣਾ ਹਰ ਪਾਕਿਸਤਾਨੀ ਜੋ ਆਪਣਾ ਆਪਣਾ ਹੱਕ ਅਦਾ ਕਰੇਗਾ ਨਾ ਇੰਡੀਵਿਜੁਅਲੀ ਇਹ ਕੌਮ ਦੁਨੀਆ ਦੀ ਅਗੇਨ ਬਿਹਤਰੀਨ ਕੌਮ ਹੋ ਜਾਏ
ਡ੍ਰੀਮ ਖਾਬ ਵਰਲਡ ਚੈਂਪੀਅਨ ਤੁਸੀਂ ਯਕੀਨ ਕਰੋ ਮੈਂ ਤੁਹਾਨੂੰ ਆਪਣੀ ਫੀਲਿੰਗ ਦੱਸਣਾ ਕਿ ਸ਼ਾਇਦ ਮੈਂ ਤੁਹਾਨੂੰ ਬਿਆਨ ਨਾ ਕਰ ਸਕਾਂ ਕਿ ਵਰਲਡ ਚੈਂਪੀਅਨ ਸੁਣਿਆ ਸੀ ਛੋਟੇ ਹੁੰਦੇ ਦੇਖਦੇ ਸੀ ਯਾਰ ਅਖਤਰ ਰਸੂਲ ਵਰਲਡ ਚੈਂਪੀਅਨ ਹੈ ਯਾਰ ਹਨੀਫ ਖਾਨ ਵਰਲਡ ਚੈਂਪੀਅਨ ਹੈ ਯਾਰ ਹਸਨ ਸਰਦਾਰ ਇਹਨਾਂ ਨੂੰ ਫਲਾਇੰਗ ਹਾਰਸ ਕਿਹਾ ਜਾਂਦਾ ਬਿਲਕੁਲ ਉਹਨੂੰ ਸਮੀਉਲਾ ਸਮੀਉਲਾ ਜਦੋਂ ਬਿਲਕੁਲ ਅਸੀਂ ਜਦੋਂ ਦੇਖਦੇ ਸੀ ਕਹਿੰਦੇ ਯਾਰ ਕਿੰਨੇ ਵੱਡੇ ਪਲੇਅਰ ਨੇ ਯਾਰ ਠੀਕ ਹੈ ਤੁਸੀਂ ਯਕੀਨ ਕਰੋ ਕਿ 1994 ਜਦੋਂ ਸਿਡਨੀ ਅਸੀਂ ਖੇਲ ਰਹੇ ਸੀ ਫਾਈਨਲ ਖੇਲੇ ਫਿਰ ਜਿੱਤ ਗਏ ਅਤੇ ਮੈਂ ਤੁਹਾਨੂੰ ਆਪ ਦੱਸਣ ਲੱਗਾ ਮੈਨੂੰ ਇੰਝ ਮਹਿਸੂਸ ਹੋਇਆ ਜਦੋਂ ਮੇਰੇ ਪੈਰ ਜ਼ਮੀਨ 'ਤੇ ਨਹੀਂ ਗਏ ਤੁਸੀਂ ਯਕੀਨ ਕਰੋ ਮੈਂ ਤੁਹਾਨੂੰ ਦੱਸਣਾ ਪਿਆ ਕਿ ਅੱਲਾ ਪਾਕ ਵੱਲੋਂ ਇੱਕ ਐਸਾ ਸਨ ਜੋ ਸਾਡਾ ਪਰਚਮ ਲਹਿਰਾਇਆ ਤਰਨਾ ਵੱਜਿਆ ਕੌਮੀ ਤਰਾਨਾ ਮਤਲਬ ਸਾਡੀਆਂ ਅੱਖਾਂ 'ਚੋਂ ਆਂਸੂ ਗਿਰੇ ਮੈਂ ਤੁਹਾਨੂੰ ਵਾਕਿਆ ਦੱਸਾਂ ਸਾਡੇ ਉੱਥੇ ਲੋਕ ਜਿਹੜੇ ਪਾਕਿਸਤਾਨੀ ਸੀ ਤੁਸੀਂ ਸੋਚ ਨਹੀਂ ਸਕਦੇ ਕਿ ਪੂਰਾ ਸਟੇਡੀਅਮ ਪੈਕ ਸੀ ਔਰ ਚੰਦ ਮੁੱਠੀ ਵਾਰ ਪਾਕਿਸਤਾਨੀ ਸੀ ਉਹਨਾਂ ਨੇ ਪੂਰੇ ਸਟੇਡੀਅਮ ਨੂੰ ਅੱਗੇ ਲਾਤਾ ਹੋਇਆ ਸੀ ਪਾਕਿਸਤਾਨੀ ਕੌਮ ਨੇ ਮਿਸਾਲ ਦਿੱਤੀ ਹੈ ਨਾ ਲਾਂਦੀ ਅੱਗੇ ਜਿਵੇਂ ਮੈਂ ਤੁਹਾਨੂੰ ਮਿਸਾਲ ਪੈਣ ਦੀ ਦਿੱਤੀ ਹੈ ਲਾਂਦੀ ਅੱਗੇ ਬਿਲਕੁਲ ਅਸੀਂ ਤਾਂ 10 ਬੰਦੇ ਵੀ ਇਕੱਠੇ ਹੋ ਜਾਈਏ ਨਾ ਇੱਕ ਹੋ ਜਾਈਏ ਗੱਲ ਇਹ ਕਿ ਅਸੀਂ ਇੱਕ ਹੋ ਜਾਈਏ ਨਾ ਅਗਰ ਅਸੀਂ ਪੂਰੀ ਦੁਨੀਆ ਨੂੰ ਅੱਗੇ ਲਾ ਸਕਦੇ ਹਾਂ ਤੇ ਸਟੇਡੀਅਮ ਕੀ ਹੈ ਕੁਛ ਵੀ ਨਹੀਂ ਯਕੀਨ ਤੁਸੀਂ ਆਪ ਕਿਹਾ ਕਿ 5 ਕਿੰਨੇ ਕੋ ਬੰਦੇ ਸਨ ਮੈਂ ਕਹਿੰਦਾ ਮੁੱਠੀ ਭਰ ਬੰਦੇ ਪੂਰੇ ਸਟੇਡੀਅਮ ਬਾਕੀ ਸਾਰਾ ਗੋਰਾ ਬੈਠਾ ਹੋਇਆ ਯਕੀਨ ਕਰੋ ਕਿ ਮੈਨੂੰ ਅੱਜ ਤੱਕ ਉਹ ਨਾਰੇ ਮੇਰੇ ਕੰਨਾਂ 'ਚ ਵੱਜਦੇ ਪਏ ਨੇ ਇੱਕ ਪਾਸੇ ਪੂਰਾ ਸਟੇਡੀਅਮ ਇੱਕ ਪਾਸੇ ਚੰਦ ਬੰਦੇ ਉਹਨਾਂ ਝੰਡੇ ਫੜੇ ਹੋਏ ਔਰ ਲਹਿਰਾ ਰਹੇ ਨੇ ਜਦੋਂ ਅਸੀਂ ਖੇਲਦੇ ਪਏ ਸੀ ਸਾਡੀ ਨਜ਼ਰ ਪੈ ਜਾਂਦੀ ਝੰਡੇ ਵੱਲ ਤੇ ਸਾਡੇ ਅੰਦਰ ਇੰਝ ਲੱਗਦਾ ਸੀ ਜਿਸ ਤਰ੍ਹਾਂ ਲੋਡ ਸ਼ੈਡਿੰਗ ਖਤਮ ਹੋ ਗਈ ਬਿਜਲੀ ਆ ਗਈ ਉੱਥੋਂ ਬਿਜਲੀ ਇੱਕ ਚੜਦੀ ਸੀ ਇੱਕਦਮ એનર્ਜੀ ਬਹੁਤ ਜ਼ਿਆਦਾ ਤੇ ਵਰਲਡ ਚੈਂਪੀਅਨ ਫਿਰ ਪ੍ਰਾਈਡ ਆਫ ਪਰਫਾਰਮੈਂਸ ਮੈਂ ਸਮਝਣਾ ਕਿ PhD ਹੈ ਸਾਡੀ ਖੇਲਣ ਦੇ ਵਿੱਚ ਕਿ ਤੁਸੀਂ ਵਰਲਡ ਚੈਂਪੀਅਨ ਹੋ ਕੇ ਪ੍ਰਾਈਡ ਆਫ ਮਾਸ਼ਾਅੱਲਾ ਅੱਛਾ ਬ੍ਰੇਕ ਦਾ ਵੇਲਾ ਹੋ ਗਿਆ ਜਾਂਦੇ ਜਾਂਦੇ ਮੈਂ ਗੱਲ ਕਰਾਂਗਾ ਫਲਾਇੰਗ ਹਾਰਸ ਕਿਹਨੂੰ ਕਹਿੰਦੇ ਸਨ ਸਮੀਉੱਲਾ ਸਮੀਉੱਲਾ ਸਾਹਿਬ ਦੇ ਕੋਲ ਬੇਗਮ ਸਾਹਿਬ ਤੁਸੀਂ ਬਹੁਤ ਛੋਟੇ ਹੋਵੋਗੇ ਜਦੋਂ ਉਹਨਾਂ ਦੇ ਗੇਂਦ ਹਾਕੀ ਦੇ ਨਾਲ ਲੱਗਦੀ ਸੀ ਨਾ ਲੱਗਦਾ ਸੀ ਕਿ ਐਲਫੀ ਲੱਗੀ ਹੈ ਅਤੇ ਬਸ ਹੁਣ ਗੇਂਦ ਹਾਕੀ ਦੇ ਕੋਲੋਂ ਦੂਰ ਨਹੀਂ ਹੋਣੀ ਉਹ ਆਪਣੀ ਡੀ 'ਚੋਂ ਲੈ ਕੇ ਅਤੇ ਉਸ ਡੀ ਤੱਕ ਜਾਂਦੇ ਸਨ ਅਤੇ ਗੋਲ ਕਰਕੇ ਵਾਪਸ ਆਉਂਦੇ ਸਨ ਐਸੇ ਐਸੇ ਸ਼ੇਰ ਸਾਡੇ ਪਾਕਿਸਤਾਨ ਬਿਲਕੁਲ ਸਾਡੇ ਅਗਰ ਉਹ ਦੇਖ ਰਹੇ ਨੇ ਤਾਂ ਨਹੀਂ ਵੀ ਦੇਖ ਰਿਹਾ ਕੋਈ ਵੀ ਉਹਨਾਂ ਦਾ ਰਿਸ਼ਤੇਦਾਰ ਦੇਖ ਰਿਹਾ ਸਲੂਟ ਇਹਨਾਂ ਸ਼ੇਰਾਂ ਨੂੰ ਔਰ ਇਹ ਸ਼ੇਰ ਅਸੀਂ ਚਾਹੁੰਦੇ ਹਾਂ ਕਿ ਇਸ ਵੇਲੇ ਤੁਹਾਡੇ ਹੱਥ 'ਚ ਤੁਸੀਂ ਇਹ ਸ਼ੇਰ ਦੁਬਾਰਾ ਬਣਾਉਣੇ ਨੇ ਆਣਗੇ ਜੀ ਇਨਸ਼ਾਅੱਲਾ ਬੱਬਰ ਸ਼ੇਰ ਆਣਗੇ ਬੱਬਰ ਸ਼ੇਰ ਆਣਗੇ ਜ਼ਿੰਦਾਬਾਦ ਬਾਕੀ ਇੱਕ ਬਾਤ ਇਹ ਕਿ ਬ੍ਰੇਕ ਤੇ ਬ੍ਰੇਕ ਸੇ ਵਾਪਸ ਆ ਕੇ ਡਿਸਕਸ ਕਰਾਂਗੇ ਕਿ ਹਮਾਰੇ ਸਕੂਲ ਮੇ ਫੁੱਟਬਾਲ ਖਿਲਾਇਆ ਜਾਤਾ ਹੈ ਕ੍ਰਿਕਟ ਖਿਲਾਇਆ ਜਾਤਾ ਹੈ ਲੇਕਿਨ ਹਾਕੀ ਨਹੀਂ ਖਿਲਾਈ ਜਾਤੀ ਇਹ ਕਿਆ ਚੱਕਰ ਹੈ ਬਾਸਕਟਬਾਲ ਵੀ ਖਿਲਾਇਆ ਜਾਤਾ ਬਿਲਕੁਲ ਨਹੀਂ ਹੁਣ ਕੁਝ ਵੀ ਨਹੀਂ ਖਿਲਾਇਆ ਜਾਂਦਾ ਇਹ ਵੀ ਦੱਸਾਂਗਾ ਤੁਹਾਨੂੰ ਮੈਂ ਗੇਮਾਂ ਖਤਮ ਵੀ ਹੋ ਗਈਆਂ ਨੇ ਗਰਾਊਂਡ ਹੀ ਅਗਲੇ ਨੇ ਮੁਕਾ ਕੇ 4 ਕਮਰੇ ਪਾ ਲੈਣ ਕਿ ਜ਼ਿਆਦਾ ਬੱਚੇ ਬੈਠਣਗੇ 4 ਪੈਸੇ ਆਣਗੇ ਲਵੋ ਬ੍ਰੇਕ ਚਲਦੇ ਹਾਂ ਬ੍ਰੇਕ ਪੇ ਸਟੇ ਵਿਦ ਅਸ ਭਾਜੀ ਹੱਸਦੇ ਰਹੋ ਵਸਦੇ ਰਹੋ ਖਾਂਦੇ ਰਹੋ ਜੀਂਦੇ ਰਹੋ ਤੇ ਵੇਖਦੇ ਰਹੋ ਆਪਣਾ ਚੈਨਲ ਆਪਣੇ ਖਿਲਾੜੀ ਆਪਣਾ ਪਾਕਿਸਤਾਨ ਆਪਣੀ ਹਾਕੀ ਹਾਂਜੀ Again, you are watching Morning with Rambo and Sahiba और हमारे साथ हैं ख्वाजा जुनैद साहब अच्छा ब्रेक पे जाने से पहले एक सवाल मैंने आपसे पूछा था कि हमारे मेरे अपने बच्चों के स्कूल में बास्केटबॉल होती है क्रिकेट होती है फुटबॉल मैचेस होते हैं इवन के स्विमिंग भी होती है क्रिकेट तो होती है तो ये हॉकी क्यों नहीं खिलाई जाती ये स्कूल्स में स्पेशली होना चाहिए क्योंकि हमारी नेशनल गेम है ये बिल्कुल मैं समझना जी कि बदकिस्मती है ਕਿ ਨੈਸ਼ਨਲ ਗੇਮ ਦੇ ਹੁੰਦੇ ਹੋਏ ਸਕੂਲਾਂ ਦੇ ਵਿੱਚ ਜਿਹੜਾ ਨਾ ਹਾਕੀ ਨਹੀਂ ਹੁੰਦੀ ਪੂਰੀ ਖਾਸ ਵਜ੍ਹਾ ਮੈਂ ਕਹਾਂਗਾ ਕਿ ਇਸ ਵਕਤ ਜਿੰਨੇ ਸਕੂਲ ਨੇ ਵੱਡੇ ਵੱਡੇ ਠੀਕ ਹੈ ਉਹ ਇਮਾਰਤਾਂ 'ਚ ਆ ਗਏ ਨੇ ਬਿਲਡਿੰਗ 'ਚ ਆ ਗਏ ਗਰਾਊਂਡਾਂ ਨੂੰ ਉਹਨਾਂ ਨੇ ਚੇਂਜ ਕਰਕੇ ਬਿਲਡਿੰਗਾਂ ਬਣਾ ਬਿਲਡਿੰਗਾਂ ਬਣਾ ਔਰ ਬਿਲਡਿੰਗਾਂ ਵਿੱਚ ਉਹਨਾਂ ਨੇ ਕਮਰੇ ਪਾ ਕੇ ਅਤੇ ਸਟੂਡੈਂਟ ਨੂੰ ਜ਼ਿਆਦਾ ਇਨਵਾਈਟ ਕੀਤਾ ਤਾਂ ਕਿ ਜ਼ਿਆਦਾ ਪੈਸੇ ਕਮਾਉਣ ਔਰ ਬਦਕਿਸਮਤੀ ਕੰਜੈਸਟਿਡ ਸਾ ਹੋ ਗਿਆ ਕੰਜੈਸਟਿਡ ਹੋ ਗਿਆ ਸ਼ੋਭੇ ਜਿਹੜੇ ਦੋਸਤ ਹਨ ਨਾ ਡਾਕਟਰ ਦਾ ਨਰਸ ਦਾ ਉਹ ਇੱਕੋ ਹੀ ਸ਼ੋਭਾ ਹੋ ਗਿਆ ਇੱਕ ਹੈ ਤਾਲੀਮ ਦਾ ਹਾਂਜੀ ਇਹ ਸਨ ਆਪਣਾ ਕੀ ਕਹਿੰਦੇ ਨੇ ਕਮਾਊ ਤਰੀਕੇ ਦਾ ਰਸਤਾ ਨਹੀਂ ਸੀ ਕੀ ਕਹਿੰਦੇ ਨੇ ਖਿਦਮਤ ਖਿਦਮਤ ਹਾਂ ਖਿਦਮਤ ਦੇ ਸ਼ੋਭੇ ਸਨ ਦੋਵੇਂ ਬਿਲਕੁਲ ਠੀਕ ਹੈ ਇਹਨਾਂ ਨੇ ਜਨਾਬ ਆਪਣਾ ਉਹ ਪ੍ਰੋਫੈਸ਼ਨਲ ਬਣਾ ਲਿਆ ਉਹਨਾਂ ਨੇ ਬਿਲਕੁਲ ਠੀਕ ਹੈ ਖੱਬੂ ਸਮੇਟਣਾ ਸ਼ੁਰੂ ਕਰ ਦਿੱਤੇ ਬਦਕਿਸਮਤੀ ਇਹੀ ਹੈ ਕਿ ਦੇਖੋ ਤੁਸੀਂ ਕਿ ਤੁਹਾਡੀ ਜਿਹੜੀ ਯੰਗ ਜਨਰੇਸ਼ਨ ਹੈ ਉਹ ਇਸ ਵਕਤ ਬਰਗਰ 'ਚ ਬੈਠੀ ਹੋਈ ਹੈ ਮੋਬਾਈਲ 'ਚ ਬੈਠੀ ਹੋਈ ਹੈ ਕਿਉਂਕਿ ਪਲੇ ਗਰਾਊਂਡਾਂ ਖਤਮ ਹੋ ਗਈਆਂ ਉਹ ਕਿਸੇ ਨੇ ਬੜੇ ਸਿਆਣੇ ਨੇ ਅੱਛੀ ਮਿਸਾਲ ਦਿੱਤੀ ਸੀ ਕਿ ਜਿਨ੍ਹਾਂ ਮੁਲਕਾਂ 'ਚ ਮੈਦਾਨ ਭਰੇ ਹੁੰਦੇ ਨੇ ਉਹਨਾਂ ਦੇ ਹਸਪਤਾਲ ਖਾਲੀ ਹੁੰਦੇ ਨੇ ਔਰ ਜਿਨ੍ਹਾਂ ਦੇ ਮੈਦਾਨ ਖਾਲੀ ਹੁੰਦੇ ਨੇ ਉਹਨਾਂ ਦੇ ਹਸਪਤਾਲ ਇਹ ਸਾਡੀ ਬਦਕਿਸਮਤੀ ਇਹ ਹੈ ਕਿ ਸਾਨੂੰ ਮੈਦਾਨ ਵਧਾਉਣੇ ਚਾਹੀਦੇ ਨੇ ਤਾਂ ਕਿ ਸਿਹਤਮੰਦ ਕੌਮ ਹੋਵੇ ਮੈਦਾਨ
ਪਹਿਲੇ ਤਾਂ ਅਸੀਂ ਘੱਟ ਰੱਖੇ ਨੇ, ਫਿਰ ਉਹ ਖਾਲੀ ਨੇ, ਖਾਲੀ ਨੇ, ਔਰ ਅਸੀਂ ਹਸਪਤਾਲ ਚਲੇ ਜਾਈਏ, ਅੱਲਾ ਨਾ ਕਿਸੇ ਨੂੰ ਹਸਪਤਾਲ ਤੇ ਥਾਂ ਨਾ ਲੈ ਕੇ ਦੋਹਾਂ ਜਗ੍ਹਾ, ਉੱਥੇ ਜਗ੍ਹਾ ਨਹੀਂ ਮਿਲਦੀ, ਔਰ ਬੰਦੇ ਇੱਕ ਇੱਕ ਬੈਡ ਤੇ ਤਿੰਨ ਤਿੰਨ ਬੱਚੇ ਬਣੇ ਚਿਲਡਰਨ ਹਸਪੀਟਲ ਮੈਂ ਦੇਖਿਆ, ਬੜਾ ਦੁੱਖ ਹੁੰਦਾ ਦੇਖ ਕੇ। ਔਰ ਤੁਸੀਂ ਯਕੀਨ ਕਰੋ, ਇਹ ਜਿਹੜੀ ਐਕਸਰਸਾਈਜ਼ ਕਰਨਾ ਜਾਂ ਖੇਡਣਾ, ਇਹ ਸਿਰਫ ਪਾਕਿਸਤਾਨ ਟੀਮ 'ਚ ਖੇਡਣ ਵਾਸਤੇ ਨਹੀਂ ਹੁੰਦੀ, ਇਹ ਆਪਣੇ ਆਪ ਨੂੰ ਸਿਹਤਮੰਦ ਰੱਖਣ ਵਾਸਤੇ ਔਰ ਆਪਣੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਗੁਜ਼ਾਰਨ ਵਾਸਤੇ ਹੁੰਦੀ ਹੈ। ਜਿਸ ਤਰ੍ਹਾਂ ਪਸ਼ੁਰੂ ਤੁਸੀਂ ਗੱਲ ਕੀਤੀ, ਇਹ ਨੈਸ਼ਨਲ ਗੇਮ ਹੈ, ਇਸਕੋ ਤਾਂ ਪ੍ਰਮੋਟ ਕਰਨਾ ਚਾਹੀਏ, ਔਰ ਇਹ ਸਕੂਲੋਂ ਕੀ ਬਿਲਕੁਲ ਸਰਕਾਰ ਸਰਕਾਰ ਦਾ ਕੰਮ ਹੈ, ਸਰਕਾਰ ਕਿਸੇ ਗੌਰਮੈਂਟ ਨੇ ਨਹੀਂ ਕੀਤਾ ਇਸ ਪਾਸੇ। ਦੇਖੋ ਜੀ, ਮੈਂ ਸਮਝਣਾ ਇਹਨੂੰ ਲਾਜ਼ਮੀ ਕਰਾਰ ਦਿੱਤਾ ਜਾਏ, ਜਿਵੇਂ ਲਾਜ਼ਮੀ ਮਜ਼ਮੂਨ ਕੰਪਲਸਰੀ ਜਿਹੜਾ ਨਾ, ਹਾਕੀ ਨੂੰ ਤਮਾਮ ਖੇਲਾਂ ਹੋਣੀ ਚਾਹੀਦੀ ਹੈ, ਲੇਕਿਨ ਹਾਕੀ ਕੰਪਲਸਰੀ ਹੋਣੀ ਕੰਪਲਸਰੀ ਹੋਣੀ ਚਾਹੀਦੀ। ਅਗਰ ਦੇਖੋ ਜੀ, ਹਾਕੀ ਨੇ, ਮੈਂ ਤੁਹਾਨੂੰ ਦੱਸਣਾ ਕਿ 1947 ਤੋਂ ਲੈ ਕੇ ਅੱਜ ਤੱਕ ਸਭ ਤੋਂ ਜ਼ਿਆਦਾ ਮੈਡਲ ਹਾਕੀ ਲਿਆ, ਠੀਕ ਹੈ, ਪੂਰੀ ਗੇਮਾਂ ਦੇ ਵਿੱਚੋਂ ਪਾਕਿਸਤਾਨ ਸਭ ਤੋਂ ਜ਼ਿਆਦਾ ਹਾਕੀ, ਉਹ ਵੱਡੇ ਮੈਡਲ ਨੇ, ਜੇ ਵਰਲਡ ਕੱਪ ਨੇ, ਓਲੰਪਿਕਸ ਹੈ, ਫਿਰ ਏਸ਼ੀਅਨ ਏਸ਼ੀਆ ਕੱਪ, ਠੀਕ ਹੈ, ਫਿਰ ਐਸੇ ਐਸੇ ਨਾਮ ਪੈਦਾ ਕੀਤੇ ਨੇ ਕਿ ਜਿਹੜੀ ਪੂਰੀ ਦੁਨੀਆ ਦੀ ਪਛਾਣ ਹੈ, ਜਿਹਨਾਂ ਨੂੰ ਦੇਖ ਕੇ ਲੋਕਾਂ ਨੇ ਕਿਹਾ ਕਿ ਪਾਕਿਸਤਾਨ ਵੀ ਗਿਆ। ਹੁਣ ਮੇਰਾ ਹੁੰਦਾ ਕਹਿੰਦਾ ਉਹਦੇ ਨਾਲ ਇਹੋ ਜਿਹਾ ਸਲੂਕ ਨਹੀਂ ਹੋਣਾ ਚਾਹੀਦਾ ਕਿ ਉਹ ਬਿਲਕੁਲ ਸਫ਼ੇ ਹੱਥੀ ਤੋਂ ਮਿਟ ਜਾਵੇ, ਔਰ ਸਾਡੇ ਮੌਜੂਦਾ ਜਿਹੜੇ ਸਾਡੇ ਹਕੂਮਤ ਹੈ ਉਹਨਾਂ ਨੇ ਸਾਨੂੰ ਸਪੋਰਟ ਕੀਤਾ, ਔਰ ਸਾਡੀ ਅਕੈਡਮੀਆਂ ਬਣਾਉਣ ਵਿੱਚ ਸਾਨੂੰ ਫਾਈਨੈਂਸ ਵੀ ਕੀਤਾ। ਲੇਕਿਨ ਮੈਂ ਉਸ ਦੇ ਬਾਵਜੂਦ ਤੁਹਾਡੇ ਸਕੂਲੋਂ ਦੇ ਹਵਾਲੇ ਨਾਲ ਕਹਾਂਗਾ ਕਿ ਜਿਹੜੇ ਮੁਖੈਰ ਹਜ਼ਰਾਤ ਜਿਹਨਾਂ ਕੋਲ ਬੇਪਨਾਹ ਪੈਸਾ, ਨੰਬਰ ਇੱਕ, ਨੰਬਰ ਟੂ, ਜਿਹੜੀ ਵੱਡੀ ਵੱਡੀ ਫੈਕਟਰੀਆਂ ਮਿਲਾਂ ਚਲਾਉਂਦੇ ਨੇ, ਸਾਡੇ ਫਰੈਂਚਾਈਜ਼ ਨੇ ਜਿਹੜੇ ਐਡੇ ਵੱਡੇ ਬਿਲਕੁਲ ਸਾਰੇ, ਉਹਨਾਂ ਦਾ ਕੰਮ ਹੈ ਕਿ ਇਸ ਗੇਮ ਨੂੰ ਸੰਭਾਲਣ, ਔਰ ਬੱਚੇ ਜਿਹੜੇ ਨਾ, ਤੁਸੀਂ ਯਕੀਨ ਕਰੋ, ਮੈਂ ਤੁਹਾਨੂੰ ਗੱਲਬਾਤ ਦੀ ਪਈ ਹੈ ਕਿ ਜਿਹੜੇ ਬੱਚੇ ਨੇ ਉਹ ਬੜੇ ਗਰੀਬ ਖਾਨਦਾਨ ਤੋਂ ਆਉਂਦੇ ਨੇ, ਸਪੋਰਟਸ ਅਮੀਰਾਂ ਦਾ ਬੱਚਾ ਨਹੀਂ ਕਰਦਾ, ਅਮੀਰਾਂ ਦਾ ਬੱਚਾ ਤਾਂ ਮੰਮੀ ਡੈਡੀ ਹੈ ਨਾ, ਉਹ ਕਰੇਗਾ ਤਾਂ ਕਾਰ ਰੇਸਿੰਗ ਕਰੇਗਾ ਜਾਂ ਘੋੜਿਆਂ 'ਤੇ ਬੈਠੇਗਾ, ਠੀਕ ਹੈ, ਨੇਜ਼ੇਬਾਜ਼ੀ ਕਰੇਗਾ। ਇਹ ਜਿਹੜੀ ਹਾਕੀ, ਕ੍ਰਿਕਟ ਹੈ ਜਾਂ ਤੁਸੀਂ ਸਕੋਸ਼, ਜਿਹੜੀ ਮਰਜ਼ੀ, ਜਿਹਨੇ ਮੈਡਲ ਲਿਆਉਂਦੇ ਨੇ, ਤਮਾਮ ਗਰੀਬ ਬੱਚੇ ਨੇ, ਗਰੀਬ ਗਰੀਬ ਬੱਚਿਆਂ ਨੂੰ। ਨੈਸ਼ਨਲ ਗੇਮ ਦੀ ਬਾਤ ਕਰ ਰਹੇ ਹਾਂ, ਯਹਾਂ ਤੋਂ ਸਕੂਲਸ ਮੇਂ ਨੈਸ਼ਨਲ ਐਂਥਮ ਹੀ ਖਤਮ ਕਰ ਦਿਆ, ਵੀ ਖਤਮ ਹੋ ਗਿਆ, ਉਹ ਵੀ ਅੱਜ ਕੱਲ੍ਹ ਨਹੀਂ ਹੁੰਦਾ, ਨਹੀਂ ਹੁੰਦਾ, ਸਹੀ ਕਹਿੰਦੇ ਮੈਂ, ਬਿਲਕੁਲ, ਸਾਡੇ ਹਰ ਪਾਸੇ ਕਿਤੇ ਵੀ ਹੁੰਦਾ। ਇਹ ਤਾਂ ਜਿੰਨੀ ਅਸੀਂ ਰਿਕੁਐਸਟ ਕਰਾਂਗੇ ਜੀ ਆਪਣੀ ਵਜ਼ੀਰ ਤਾਲੀਮ ਨੂੰ ਕਿ ਜੀ ਇਹ ਸਖਤੀ ਨਾਲ ਨੋਟਿਸ ਲੈਣ, ਔਰ ਕੌਮੀ ਤਰਾਨਾ, ਔਰ ਜਿਹੜੀ ਪਹਿਲੇ ਤਲਾਵਤ ਹੁੰਦੀ ਹੈ, ਔਰ ਜਿਹੜੀ ਦੁਆ ਪੜ੍ਹੀ ਜਾਂਦੀ ਸੀ, ਭਾਵੇਂ ਇੰਗਲਿਸ਼ ਮੀਡੀਅਮ ਹੈ, ਭਾਵੇਂ ਉਰਦੂ ਮੀਡੀਅਮ ਹੈ, ਭਾਵੇਂ ਪੰਜਾਬੀ, ਭਾਵੇਂ ਸਿੰਧੀ, ਕੋਈ ਮੀਡੀਅਮ ਹੈ ਜੀ, ਇਹ ਤਿੰਨ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ। ਸਹੀ ਗੱਲ, ਔਰ ਬੜੇ ਦੁੱਖ ਦੀ ਗੱਲ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਵਾਕਈ ਮੈਂ ਖੁਦ ਦੇਖ ਕੇ ਆਈ ਹੁਣ ਸਕੂਲਸ ਮੈਂ, ਤਾਂ ਇਸ ਲਈ ਮੈਨੂੰ ਪਤਾ ਹੈ, ਉਹ ਰੱਬੇ ਜ਼ਮੀਲ ਮਾਰ ਰੱਬੇ ਜ਼ਮੀਲ ਮਾਰ ਕਹਾ ਜਾਤਾ ਤਾ, ਔਰ ਦੁਆ, ਕੌਮੀ ਤਰਾਨਾ, ਤਲਾਵਤ, ਔਰ ਦੁਆ। ਅਸੀਂ ਜਨਾਬ ਆਪਣੇ ਵਜ਼ੀਰ ਤਾਲੀਮ ਨੂੰ ਗੁਜ਼ਾਰਿਸ਼ ਕਰਾਂਗੇ, ਰਿਕੁਐਸਟ ਕਰਾਂਗੇ ਜੀ, ਨੋਟਿਸ ਲੈ, ਨੋਟੀਫਿਕੇਸ਼ਨ ਜਾਰੀ ਕਰਨਗੇ ਜੀ, ਹਰ ਸਕੂਲ ਵਿੱਚ, ਭਾਵੇਂ ਉਹ ਇੰਗਲਿਸ਼ ਮੀਡੀਅਮ ਹੈ, ਭਾਵੇਂ ਉਰਦੂ ਹੈ, ਭਾਵੇਂ ਜਿਹੜਾ ਮੀਡੀਅਮ ਹੈ ਵੀ ਹੈ, ਉਹਦੇ 'ਚ ਤਿੰਨ ਚੀਜ਼ਾਂ ਜ਼ਰੂਰੀ ਨੇ। ਹਾਂਜੀ, ਬੜੀ ਅੱਛੀ ਗੱਲ ਤੁਸੀਂ ਕੀਤੀ, ਔਰ ਦੇਖੋ ਜਿਹੜੀ ਸਾਡੀ ਇੱਕ ਰਵਾਇਤ ਹੈ ਨਾ, ਉਹ ਨਹੀਂ ਭੁੱਲਣੀ ਚਾਹੀਦੀ, ਬਸ ਸਕਾਫਤ ਕਿਉਂ, ਰਵਾਇਤ ਕਿਉਂ ਅਸੀਂ ਛੱਡਦੇ? ਅੱਜ ਦੇਖੋ ਇਖਲਾਕੀ ਕਿਤਾਬ ਪੂਰੀ ਪਮਾਲੀ ਕਿਉਂ ਹੋ ਰਹੀ ਹੈ ਕਿ ਜਿਹੜੀ ਸਾਡੀ ਤਲੀਮ ਹੈ ਉਹਦੇ 'ਚ ਇੰਨੀ ਮਾਡਰਨਾਈਜੇਸ਼ਨ ਆ ਗਈ ਹੈ, ਅਸੀਂ ਬਹੁਤ ਉਹਨੂੰ ਐਡਵਾਂਸ ਕਰ ਲਿਆ, ਹੋਣੀ ਚਾਹੀਦੀ ਐਡਵਾਂਸਮੈਂਟ, ਲੇਕਿਨ ਐਡਵਾਂਸਮੈਂਟ ਦਾ ਮਤਲਬ ਬਦਤਮੀਜ਼ੀ ਨਹੀਂ ਹੋਣੀ ਚਾਹੀਦੀ ਕਿ ਬੱਚਾ ਆਪਣੇ ਆਪ ਨੂੰ ਇੱਕ ਬਹੁਤ ਲਾਇਕ ਬੱਚਾ ਹੈ, ਲੇਕਿਨ ਅਗਰ ਉਹ ਅੱਛਾ ਇਨਸਾਨ ਨਹੀਂ ਹੈ ਨਾ, ਉਸ ਤਲੀਮ ਦਾ ਕੀ ਫਾਇਦਾ, ਉਸ ਤਲੀਮ ਦਾ ਫਾਇਦਾ, ਲਿਆਦਾ ਤਲੀਮ ਬਣਾਉਂਦੀ ਇਨਸਾਨ, ਬਿਲਕੁਲ, ਸਾਨੂੰ ਅੱਛੇ ਇਨਸਾਨ ਪੈਦਾ ਕਰਨੇ ਚਾਹੀਦੇ ਨੇ ਸਕੂਲਾਂ 'ਚ ਵੀ, ਘਰਾਂ 'ਚ ਵੀ, ਅੱਛੇ ਲਾਇਕ ਬੱਚੇ ਆਪੇ ਪੈਦਾ ਹੋ ਜਾਂਦੇ, ਅੱਛਾ ਇਨਸਾਨ ਹੋਏਗਾ ਤੇ। ਔਰ ਤੁਸੀਂ ਯਕੀਨ ਕਰੋ, ਜੇ ਮੈਂ ਕੋਚਿੰਗ ਕਰਦਾ, ਤੁਸੀਂ ਯਕੀਨ ਕਰੋ, ਮੇਰਾ ਇੱਕ ਸਭ ਤੋਂ ਪਹਿਲਾ ਜੋ ਨਾਰਾ ਬੱਚਿਆਂ ਨੂੰ ਵੱਜਦਾ ਜਾਂ ਉਹਨਾਂ ਨੂੰ ਮੇਰਾ ਸਬਕ ਹੁੰਦਾ, ਉਹ ਇਹ ਹੁੰਦਾ ਕਿ ਬੱਚਿਓ, ਅੱਛੇ ਇਨਸਾਨ ਤੁਸੀਂ ਬਣ ਗਏ ਨਾ, ਤਾਂ ਤੁਹਾਨੂੰ 6 ਮਹੀਨਿਆਂ 'ਚ ਚੰਗਾ ਪਲੇਅਰ ਅਸੀਂ ਬਣਾ ਦੇਵਾਂਗੇ, ਅੱਲਾ ਦੀ ਮਾਸ਼ਾਅੱਲਾ। ਜੇ ਅੱਛਾ ਇਨਸਾਨ ਸਗੋਂ ਹੁੰਦਾ, ਹਜ਼ਰਤ ਇਮਾਮ ਹੁਸੈਨ ਦਾ ਕੌਲ ਹੈ ਕਿ ਆਪਣੀ ਤਨਹਾਈ ਨੂੰ ਬਿਹਤਰ ਕਰੋ, ਆਪਣੀ ਮਹਿਫਿਲ ਨੂੰ ਬਿਹਤਰ ਨਾ ਕਰੋ, ਠੀਕ ਹੈ, ਉਹ ਅੱਛਾ ਇਨਸਾਨ ਹੁੰਦਾ, ਬੜੀ ਵੱਡੀ ਗੱਲ ਹੈ, ਜਿਹਦੀ ਤਨਹਾਈ ਅੱਛੀ ਹੈ ਉਹ ਅੱਛਾ ਇਨਸਾਨ, ਅੱਛਾ ਇਨਸਾਨ, ਰਸ਼ 'ਚ ਬਹਿ ਕੇ ਤਾਂ ਸਾਰੇ ਹੀ ਨੇਕ ਹੋ ਜਾਂਦੇ ਨੇ, ਸਾਰੇ ਨੇਕ ਹੋ, ਅੱਛੀ ਗੱਲ ਕਰਨਗੇ, ਦੇਖੋ ਜੀ ਨਮਾਜ਼ ਪੜ੍ਹਨੀ ਚਾਹੀਦੀ ਹੈ, ਬੰਦਾ ਉਹ ਜੀ ਜਿਹੜਾ ਤਨਹਾਈ, ਜਿਹਦੀ ਤਨਹਾਈ ਪਾਕੀਜ਼ਾ ਹੈ, ਪਾਕੀਜ਼ਾ, ਬਿਲਕੁਲ, ਤਨਹਾਈ ਮੇਂ ਸਿਰਫ ਆਪਕੋ ਅੱਲਾ ਦੇਖ ਰਹਾ ਹੋਤਾ ਹੈ, ਬਿਲਕੁਲ ਬਿਲਕੁਲ ਜੀ। ਅੱਛਾ, ਰੈਸਪੀ ਵਾਲੇ ਪਾਸੇ ਚਲੀਏ, ਬੜੀ, ਔਰ ਰੈਸਪੀ ਲੇਟ ਹੋਣ ਦਾ ਇੱਕ ਫਾਇਦਾ ਸਾਨੂੰ ਹੋਇਆ ਕਿ ਵੀ ਗੱਲ ਸਾਹਮਣੇ ਆਈ ਹੈ ਜਿਹੜੀ ਮੈਨੂੰ ਨਹੀਂ ਪਤਾ ਸੀ, ਮੈਂ ਹੁਣ ਸਕੂਲ ਜਾ ਕੇ ਚੈੱਕ ਕਰਾਂਗਾ ਮੇਰੇ ਬੱਚਿਆਂ ਦੇ ਸਕੂਲ ਤਰਾਨਾ ਹੁੰਦਾ ਜਾਂ ਨਹੀਂ ਹੁੰਦਾ, ਬੜਾ ਜ਼ਰੂਰੀ ਹੈ, ਸਟ੍ਰਿਕਟਲੀ ਨੋਟਿਸ ਲੈਣਾ ਚਾਹੀਏ ਹਮਾਰੀ ਗਵਰਨਮੈਂਟ ਕੋ। ਅੱਛਾ, ਦੇਖੇ ਜੀ ਰੈਸਪੀ, मक्खनी चिकन बनाने के अज्जा, चिकन ब्रेस्ट आधा किलो, मक्खन 50 ग्राम, अदरक लहसुन पेस्ट एक खाने का चम्मच, नमक हस्ब ज़ौक। सॉस बनाने के लिए लीमू 2 अदद, शिमला मिर्च 2 से 3 अदद, चिली गार्लिक सॉस 1 कप, कुटी लाल मिर्च 1 चाय का चम्मच, अदरक लहसुन पेस्ट 1 खाने का चम्मच, ऑयस्टर सॉस 1 खाने का चम्मच, पिसी काली मिर्च आधा चाय का चम्मच और नमक हस्ब ज़ौक। मक्खनी चिकन बनाने की तरकीब,
चिकन ब्रेस्ट को लंबाई में काट कर अदरक लहसुन पेस्ट और नमक से मैरिनेट करें। अब शिमला मिर्च क्यूब्स में काटें, फिर चिकन को शिमला मिर्च के साथ सीखों में परोकर कोयलों पर ग्रिल करें। ग्रिल करते हुए उन पर मक्खन लगाएं और सॉस बनाने के लिए बर्तन में तेल गरम करके अदरक लहसुन पेस्ट, कुटी लाल मिर्च, पिसी काली मिर्च, चिली गार्लिक सॉस, ऑयस्टर सॉस और नींबू का रस शामिल करें और थोड़ा सा पका लें। सॉस तैयार है। अब तैयार चिकन को प्लेटर में निकाल कर सॉस के साथ सर्व करें। जी रेसिपी तो नोट हो गई होगी। अच्छा, बेगम खाना पकाती तो होंगी, लेकिन आपने कभी बेगम को खाना पका के खिलाया कि सिर्फ हॉकी खेलते हैं आप? मेरा ख्याल है कि खाना बेगम ही पकावे तो चंगी गल जे। अच्छा। मतलब मैंने चाहता है घर को डुइयां शुइयां चमचे चलन तो कदी नहीं। अच्छा बड़ा ये सवाल है, मारना बाद में लव मैरिज हो गई थी। ये सबसे अच्छी रहती है, बाद में लव हो जाए तो ज्यादा अच्छा। अच्छा ये हमारा रैपिड फायर है, इसमें से साथ आपको ऑप्शंस भी मिलेंगे। ठीक है, एक जवाब देना। ठीक है, दे दे। तैयार हो? रेडी? तैयार है जनाब। अगर आपको कोई चुड़ैल मिल जाए तो आप क्या करेंगे? उसको हॉकी से मारेंगे, चलाकी से मारेंगे या भाग जाएंगे? नठियां तो पीछे आ जाएगी। मेरा ख्याल है कि हॉकी वाले कुटिया चंगा है, चलानी आती है। हॉकी चलानी आती है। हॉकी आने चलेगी, पता नहीं लगेगा उन्हें भी, समझ नहीं आएगी कि मेरे नाल होया क्या। उन्हें भी कभी खेली नहीं और ना उन्हें खेली है। सही गल। अच्छा जी, अजकल किसी नूं पैगाम देना होवे, मेरी भैन घर देख रहे ने, भाभी मेरी, वो अगर ना सुनन, समझ लो कि एवें गल कर रहे हैं। चलो तुसीं 20 साल दे हो, 2 मिनट टीवी बंद कर लो, शादी नहीं हो, 2 मिनट भाभी जरा टीवी बंद करो। अच्छा, तुसीं 20 साल दे मुंडे खुंडे हो और तुसीं किसी नूं पैगाम अजकल देना चाहते हो, रुका लिख के भेजोगे, SMS करोगे या फोन डायरेक्ट करोगे? नहीं, मेरा ख्याल है आपे जाके डायरेक्ट कह दोगे। अजकल तो माहौल इन्ना खुला है, शर्माने की जरूरत ही नहीं है। कहाँ जाना पसंद करेंगे, हैं? जंगल में, सहरा में या पहाड़? फुर्सत के लम्हा, फुर्सत का लेयर टाइम में मेरा ख्याल है कि जो पहाड़ है ना ये बेहतर है। पहाड़ से फिर भी गुबार होगी, सर आज जाके पैर सड़ने एक जंगल जाके शेर लबने मौत ले पासे कौन जाते। ठीक है, नहीं वो डेजर्ट में वो वाला कह रही हूँ, वो जो दुबई में होता है, दुबई वाला वो जो ते जीप जूप ले नाल, नाल दुबई भी लाओ ना, सफारी पार डेजर्ट कह रहे हो, मुल्तान दा डेजर्ट हो गया, दुबई नाल लाओ तो फिर दुबई दा डेजर्ट, दुबई दा डेजर्ट, चलो दुबई दा डेजर्ट उथे जाओगे और दुबई डेजर्ट जरा मजा आंदा है, वो काम करदे हो बिल्कुल, जीप जूप पुट्ठी सिद्धी वो ते पुट्ठियां भी हो जांदियां ने। सही गल, मतलब फिर भी रेत होंगी ना, धुन धुन बच जाती है, लेकिन डेजर्ट जो कवर होती है सफारी जबरदस्त। अच्छा जनाब अली, साढ़े अपना 3 बड़े अच्छे खिलाड़ी रहे अपने वक्त के, फिर बहुत अच्छे कोच भी रहे, तुहाडे हिसाब नाल इन्हां तिन्हां दे कोचां दे विचों किहदी कोच की वजह तो हाकी नूं ज़्यादा नुकसान पहुँचा अपने दौर? इस्लाउद्दीन साहब, शनाज शेख साहब या ताहिर जमान साहब? हाकी फायदा तो सारे ने दिता है, नुकसान भी तो किसी ने पहुँचाया होना है ना। देखो जी, मैं यह कहूँगा कि मेरे काबिले तराम, बिल्कुल देखो जी, नुकसान हो सकता मैं भी पहुँचाया हो, ठीक है, लेकिन काबिले तराम साथी ने, लेकिन यह तिना के दौर जी नुकसान पहुँचे, तिना के दौरे बिल्कुल पहुँचे, ऐसा नहीं पहुँचे सबसे ज्यादा। मैं कहूँ देखो जी, प्लस माइनस नहीं करना चाहिए, ठीक है, क्योंकि मैं कहूँ इन्हों का भी कसूर नहीं, गल है कि तुम साल एन ला लिया, 6 महीने ला लिया, कभी फायदा नहीं होता, पैरों से नहीं खिलाने, नहीं खिलाने, उन्होंने टीम बढ़ाई बिल्कुल, तिना के दौरे नुकसान होया, नुकसान होया बिल्कुल होया, तो यह कसूर है फिर लाने वाले का, हटाने वाले का लाने बिल्कुल कसूर है 100%। ठीक, अच्छा जी, अच्छा जी, एक सवाल है, रोमांटिक सा सवाल भी पूछे ना, अगर कोई पुराने जो आशिक थे हमारे, रांझा, मजनू, महीवाल, इनमें से अगर आप कोई बनना चाहें तो कौन सा बनेंगे? पढ़िया सब नू है, हाथ किसी से कुछ भी नहीं आया, ख्याल है
ਤੈਨੂੰ ਮਜਨੂੰ ਜਾ ਨੱਠ ਨੱਠ ਕੇ ਸਹਿਰਾਂ 'ਚ ਪਾਗਲ ਹੋ ਗਿਆ, ਕਿਸੇ ਕੋਈ ਕਿਸੇ ਦਾ ਘੜਾ ਟੁੱਟ ਗਿਆ ਅਤੇ ਉਹਦੇ ਵਿੱਚ ਰੁੜ ਗਈ, ਅਤੇ ਮੇਰਾ ਮਤਲਬ ਕਹਿਣ ਦਾ ਹੈਗਾ ਕਿ ਇਨਸਾਨ ਹਕੀਕਤ ਨਾਲ ਪਿਆਰ ਕਰੇ ਨਾ ਅਤੇ ਉਹ ਬਿਹਤਰ ਹੈ। ਨਹੀਂ ਇਹਨਾਂ 'ਚੋਂ ਅਗਰ ਕੋਈ ਰੋਲ ਤੁਸੀਂ ਬਣਨਾ ਚਾਹੁੰਦੇ ਹੋ ਤਾਂ ਰਾਂਝਾ ਮੇਰਾ ਖਿਆਲ ਠੀਕ ਸੀ, ਚੋਰੀਆਂ 'ਤੇ ਖਾਂਦਾ ਸੀ। ਰਾਂਝਾ ਬਿਹਤਰ ਹੈ ਬਿਲਕੁਲ, ਮੈਂ ਤੁਹਾਨੂੰ ਇਤਫਾਕ ਕਰਾਂਗਾ, ਠੀਕ ਹੈ ਨਾ, ਕਿਉਂਕਿ ਤੁਸੀਂ ਵੀ ਰਾਂਝੇ ਨੂੰ ਪਸੰਦ ਕੀਤਾ ਤਾਂ ਮੈਂ ਵੀ ਰਾਂਝੇ ਹੀ ਪਸੰਦ ਕਰਦਾ। ਕਮ ਅਜ ਕਮ ਚੋਰੀਆਂ 'ਤੇ ਖਾਂਦਾ ਰਹੇ, ਦੇਸੀ ਘਿਓ ਦੀਆਂ, ਬਿਲਕੁਲ ਸਹੀ ਗੱਲ ਰਾਂਝਾ ਜੀ। ਅੱਛਾ ਅੱਛਾ ਜਨਾਬ, ਬਿਹਤਰੀਨ ਤੁਹਾਡੇ ਦੋਸਤ ਤੁਹਾਡੇ ਨਾਲ ਜਿਹੜੇ ਤੁਹਾਡੇ ਕਲੀਗ ਤੁਹਾਡੇ ਹਾਣੀ ਹਾਣੀ ਹੁੰਦੇ ਨੇ ਨਾ, ਹਾਣੀ ਜੀ ਹਾਣੀ ਜਿਹਦੇ ਨਾਲ ਖੇਡਦੇ ਰਹੇ ਨੇ। ਅਸੀਂ ਕਹਿੰਦੇ ਬਚਪਨ 'ਚ ਟੀਮਾਂ ਬਣਾਉਂਦੇ ਸਾਂ, ਕਹਿੰਦੇ ਆਪਣੇ ਆਪਣੇ ਹਾਣੀ ਲੱਭ ਲਓ ਯਾਰ, ਅਤੇ ਜ਼ਰਾ ਨਹੀਂ ਬਣਾਈ। ਮੈਂ ਜ਼ਰੂਰ ਕਹਾਂਗਾ ਜੀ, ਮੇਰੇ ਨਾਲ ਜਿਹੜਾ ਬੜਾ ਮੇਰੀ ਦੋਸਤੀ ਰਹੀ ਉਹ ਖਾਲਦ ਬਸ਼ੀਰ। ਅੱਛਾ, ਪਾਕਿਸਤਾਨ ਦੀ ਹਾਕੀ ਦਾ ਬੜਾ ਵੱਡਾ ਨਾਮ। ਅਤੇ ਲੇਕਿਨ ਇਹਨਾਂ ਤਿੰਨਾਂ 'ਚੋਂ ਸਾਡੇ ਕੋਲ ਜਿਹੜੇ ਆਪਸ਼ਨ ਆਏ ਨੇ ਨਾ, ਇਹਨਾਂ ਤਿੰਨਾਂ 'ਚੋਂ ਤੁਹਾਡੇ ਨਾਲ ਜਿਹੜੇ ਬਿਹਤਰੀਨ ਦੋਸਤ ਆ ਉਹ ਕੌਣ ਸਨ? ਬਿਹਤਰੀਨ ਹਾਣੀ, ਬਿਹਤਰੀਨ ਸਾਥੀ, ਬਿਹਤਰੀਨ ਦੋਸਤ, ਬਿਹਤਰੀਨ ਕਲੀਗ, ਸ਼ਬਾਜ਼ ਸੀਨੀਅਰ, ਆਸਿਫ ਬਾਜਵਾ, ਮਨਜ਼ੂਰ ਅਹਿਮਦ। ਇੱਕ ਨਾਮ ਲੈਣਾ ਹੁਣ ਮੇਰੇ ਆਨੇ, ਬਿਲਕੁਲ ਇੱਕ ਨਾਮ ਹੀ ਹੈਗਾ ਆਸਿਫ ਬਾਜਵਾ। ਆਸਿਫ ਬਾਜਵਾ ਬਿਲਕੁਲ ਰਿਹਾ, ਬਿਲਕੁਲ ਰਿਹਾ। ਔਰ ਨਾਲ ਇਸ ਕਰਕੇ ਵੀ ਰਿਹਾ ਕਿ ਅਸੀਂ ਤਕਰੀਬਨ ਕਾਫੀ ਅਰਸਾ ਇਕੱਠੇ ਖੇਡਦੇ ਰਹੇ। ਅੱਛਾ, ਬਹੁਤ ਅਰਸਾ, ਬਹੁਤ ਅਰਸਾ। ਔਰ ਅਸੀਂ ਗੱਪ ਸ਼ੱਪ ਵੀ ਰਹੀ, ਫਿਰ ਦੋਸਤੀ ਯਾਰੀ ਵੀ ਰਹੀ, ਔਰ ਹੁਣ ਤੱਕ ਰਹੀ। ਅੱਛਾ ਜੀ, ਬੇਗਮ ਸੇ ਡਰਤੇ ਤੋ ਨਹੀਂ ਆਪ? ਬੇਗਮ ਬੋਲੋ ਕੌਣ ਨਹੀਂ ਡਰਦਾ, ਇਹਨਾਂ ਨੂੰ ਪੁੱਛ ਲਓ। ਸਹੀ ਕਹਿੰਦੇ, ਸਹੀ ਕਹਿੰਦੇ। ਚਲੇ ਫਿਰ ਆਪ ਘਰ ਜਾਏਗੇ ਨਾ, ਪਤਾ ਚਲੇਗਾ ਆਪਕੋ। ਠੀਕ ਹੈ। ਕਾਫੀ ਕਿਸ ਕੇ ਸਾਥ ਪਸੰਦ ਕਰੇਂਗੇ ਪੀਣਾ, ਮੀਰਾ ਕੇ ਸਾਥ, ਰੇਸ਼ਮ ਕੇ ਸਾਥ ਜਾਂ ਰੀਮਾ ਕੇ ਸਾਥ? ਮੀਰਾ, ਰੇਸ਼ਮ, ਰੀਮਾ, ਬੜੀ ਗੱਲ ਹੋਈ ਹੈ, ਦੋ ਰੇਵਾਂ, ਮੀਰਾ, ਰੇਸ਼ਮ, ਰੀਮਾ। ਅੱਛਾ, ਮੇਰਾ ਖਿਆਲ ਹੈ ਕਿ ਰੀਮਾ ਕੇ ਸਾਥ ਪੀਣੀ ਚਾਹੀਦੀ। ਰੀਮਾ ਕੇ ਸਾਥ, ਰੀਮਾ, ਰੀਮਾ ਨਾਲ ਪੀਣੀ ਚਾਹੀਦੀ, ਕਾਫੀ ਵਿਦ ਰੀਮਾ। ਸਾਰੇ ਰੀਮਾ ਕਾਫੀ ਵਿਦ ਰੀਮਾ ਪੀਣਾ ਚਾਹੁੰਦੇ ਨੇ। ਨਹੀਂ ਉਹ ਬਿਹਤਰ ਸਾ ਕਿਉਂ ਹੈ? ਹਾਂਜੀ, ਇਸ ਕਰਕੇ ਬਿਹਤਰ ਹੈ ਕਿ ਬਾਕੀਆਂ ਨਾਲ ਪੀ ਕੇ ਤਾਂ ਫਸਣ ਵਾਲੀ ਗੱਲ ਜੀ। ਜਦੋਂ ਤੁਸੀਂ ਆਏ ਹੋ ਤੇ ਕੁਛ ਸੀਨੀਅਰ ਤੁਹਾਡੇ ਹੈ ਸਨ, ਜਦੋਂ ਜ਼ਾਹਿਰ ਬਹੁਤ ਸਾਰੇ ਨਾਂ ਸਨ, ਤਿੰਨ ਸੀਨੀਅਰ ਤੁਹਾਡੇ ਨਾਂ ਆਏ ਨੇ ਜੀ, ਜਦੋਂ ਤੁਸੀਂ ਇਹਨਾਂ ਨਾਲ ਥੋੜਾ ਥੋੜਾ ਖੇਡੇ ਵੀ ਹੋ, ਫਿਰ ਉਹ ਰਿਟਾਇਰ ਹੋ ਰਹੇ ਸਨ ਤੇ ਤੁਸੀਂ ਯੰਗ ਬਲੱਡ ਆਇਆ ਸੀ, ਅਤੇ ਕਿਹਨਾਂ ਦੇ ਬਾਰੇ ਸਮਝਦੇ ਹੋ ਕਿ ਥੋੜ੍ਹਾ ਜਿਹਾ ਉਹਨਾਂ ਨੂੰ ਨਵੇਂ ਆਉਣ ਨਾਲ ਜਾਂ ਆਪਣੇ ਜਾਣ ਦਾ ਦੁੱਖ ਹੋ ਕੇ, ਅਤੇ ਨਵਿਆਂ ਕੋਲੋਂ ਥੋੜ੍ਹਾ ਜਿਹਾ ਆਉਂਦੇ ਸਨ, ਯਾਰ ਹੈ ਕਿੱਧਰ ਆ ਗਏ, ਸਾਡੀ ਵਾਰੀ ਜਾ ਰਹੀ ਹੈ, ਹਲਕੀ ਜਿਹੀ ਜੈਲਸੀ ਹੁੰਦੀ ਹੈ ਨਾ, ਯਾਰ ਹੁਣ ਮੇਰੀ ਇਨਿੰਗ ਖਤਮ ਹੋ ਰਹੀ ਹੈ ਅਤੇ ਨਵੇਂ ਆ ਰਹੇ ਨੇ। ਤੁਸੀਂ ਫੀਲ ਕੀਤਾ ਇਹਨਾਂ ਤਿੰਨਾਂ 'ਚੋਂ ਕਿਸੇ ਹੈ ਸੀ ਕਲੀਮੁੱਲਾ, ਹਸਨ ਸਰਦਾਰ ਅਤੇ ਕਾਸਮ ਜ਼ਿਆਦ? ਜੈਲਸੀ, ਜੈਲਸੀ। ਮੈਂ ਦੇਖੋ ਤਿੰਨੋਂ ਨਾਮ ਬੜੇ ਵੱਡੇ ਨੇ, ਨਹੀਂ ਲੇਕਿਨ ਦੇਖੋ ਮੈਂ ਤੁਹਾਨੂੰ ਦੱਸਣਾ ਕਿ ਜੈਲਸੀ ਆਪਣੀ ਸਾਈਡ 'ਤੇ ਹੋ ਸਕਦੀ, ਜਿਸ ਸਾਈਡ 'ਤੇ ਮੈਂ ਖੇਡਦਾ ਸੀ ਨਾ ਉੱਥੇ ਹੋ ਸਕਦੀ ਹੈ। ਇਹ ਤਿੰਨੋਂ ਨਾਮ ਐਸੇ ਨੇ, ਇਹਨਾਂ ਨੇ ਸਾਨੂੰ ਸਪੋਰਟ ਬਹੁਤ ਕੀਤਾ, ਬਹੁਤ ਸਪੋਰਟ, ਦੋਨੋਂ ਬਹੁਤ ਸਪੋਰਟ ਕੀਤਾ, ਹਸਨ ਸਰਦਾਰ ਨੇ ਵੀ, ਕਾਸਮ ਜ਼ਿਆ ਨੇ ਵੀ, ਔਰ ਕਲੀਮ ਉੱਲਾ ਵੀ। ਮੈਂ ਸਮਝਦਾ ਕਿ ਇਹਨਾਂ ਨਾਲ ਜੈਲਸੀ ਦਾ ਕੋਈ ਐਲੀਮੈਂਟ ਨਹੀਂ ਸੀ, ਨਹੀਂ ਸੀ, ਜਿਹੜੀ ਸਾਈਡ 'ਤੇ ਮੈਂ ਖੇਡਦਾ ਉਹ ਸ਼ਾਇਦ ਹੋ ਸਕਦਾ, ਉਧਰ ਜੈਲਸੀ ਹੋ ਸਕਦੀ। ਅੱਛਾ, ਇਹਨਾਂ 'ਚੋਂ ਸਭ ਤੋਂ ਜ਼ਿਆਦਾ ਸਪੋਰਟ ਕੌਣ ਕਰਦਾ ਸੀ? ਚਲੋ ਇਹ ਕਰਦੇ ਨੇ ਅਸੀਂ, ਮੇਰੇ ਖਿਆਲ ਸਭ ਤੋਂ ਜ਼ਿਆਦਾ ਨਵੇਂ ਆਉਣ ਵਾਲਿਆਂ ਨੂੰ ਕਿ ਹਰ ਗੱਲ ਦੱਸਣੀ, ਹਰ ਬਰੀਕੀ ਦੱਸਣੀ। ਕਾਸਮ ਜ਼ਿਆ ਬਹੁਤ ਨਹੀਂ ਰਹੇ, ਕਾਸਮ ਨਹੀਂ, ਕਾਸਮ ਜ਼ਿਆ ਬਹੁਤ ਫਰੈਂਡਲੀ ਸੀ, ਕਾਸਮ ਜ਼ਿਆ ਬਿਲਕੁਲ ਬਹੁਤ, ਇਸ ਵੇਲੇ ਵੀ ਉਹ ਬਹੁਤ ਜ਼ਿਆਦਾ ਹਾਕੀ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਨੇ। ਮਤਲਬ ਜਿੰਨੀ ਵੀ ਮੈਂ ਦੱਸਾਂ ਤੁਹਾਨੂੰ ਚੇਂਜਾਂ ਆਈਆਂ, ਜਿੰਨੀ ਅਕੈਡਮੀਆਂ ਲੱਗੀਆਂ, ਇਹ ਸਾਰੀ ਕਾਸਮ ਜ਼ਿਆ ਦੀ ਸਰਪ੍ਰਸਤੀ ਹੈ, ਕਾਸਮ ਜ਼ਿਆ ਸਾਹਿਬ ਨੇ ਕੀਤੀ ਹੈ, ਬਹੁਤ ਉਹਨੇ ਐਫਰਟ ਕੀਤੀ ਹੈ, ਬਹੁਤ ਕੋਸ਼ਿਸ਼ ਕੀਤੀ, ਬਹੁਤ ਐਕਟਿਵ ਨਜ਼ਰ ਆਉਂਦੇ ਨੇ, ਪਤਾ ਕੰਮ ਕਰਨ ਵਾਲਾ ਬੰਦਾ ਨਜ਼ਰ ਆ ਜਾਂਦਾ। ਗੱਲ ਇਹ ਹੁੰਦੀ ਹੈ ਕਿ ਦੇਖੋ ਪਾਕਿਸਤਾਨ ਵਾਸਤੇ ਯਾਰ, ਨਾ ਤੁਹਾਡੇ ਵਾਸਤੇ ਨਾ ਮੇਰੇ ਵਾਸਤੇ, ਬਿਲਕੁਲ। ਅਗਰ ਪਾਕਿਸਤਾਨ ਨੂੰ ਕਿਸੇ ਜਗ੍ਹਾ ਤੋਂ ਤੁਸੀਂ ਅਸੀਂ ਇੱਜ਼ਤ ਦੇ ਸਕਦੇ ਹਾਂ, ਕਿਉਂ ਨਾ ਦੇਈਏ? ਇਹਨੇ ਸਾਨੂੰ ਇਹ ਥੋੜ੍ਹੀ ਇੱਜ਼ਤ ਦਿੱਤੀ ਹੈ, ਬਹੁਤ, ਅਸੀਂ ਥੋੜ੍ਹੀ ਜਿਹੀ ਇੰਨੀ ਜੀ ਇਹਦੇ ਵਾਸਤੇ ਮਿਹਨਤ ਕਰ ਦੇਵਾਂਗੇ ਤਾਂ ਮੇਰਾ ਖਿਆਲ, ਬਿਲਕੁਲ ਸਹੀ ਗੱਲ ਜੀ। ਅੱਛਾ ਜੀ, ਨੈਕਸਟ ਹੈ, ਅੱਛਾ ਹਮਨੇ ਆਪਕੋ ਪ੍ਰਿੰਸ ਬਣਾਇਆ, ਹਮਨੇ ਆਪਕੋ ਰਾਂਝਾ ਬਣਾਇਆ, ਅਬ ਹਮ ਆਪਕੋ ਫਿਲਮੀ ਹੀਰੋ ਬਣਾ ਦੇਤੇ ਹੈ, ਠੀਕ ਹੈ? ਅਗਰ ਫਿਲਮੀ ਹੀਰੋ ਬਣਨਾ ਹੋ, ਅਗਰ ਆਪ ਹਮਾਰੇ ਸੀਨੀਅਰਸ ਮੇਂ ਚਲੇ ਜਾਏ, ਤੋ ਕੌਨ ਸਾ ਹੀਰੋ ਬਣਨਾ ਪਸੰਦ ਕਰੇਂਗੇ? ਮੁਹੰਮਦ ਅਲੀ ਕੀ ਸਮਝਦੇ ਕਿ ਤੁਸੀਂ ਇਹਨਾਂ ਦੇ ਸਾਹਮਣੇ ਇਹਨਾਂ ਦੇ ਕਿਹਦੀ ਜਗ੍ਹਾ ਤੇ ਤੁਸੀਂ ਹੁੰਦੇ, ਠੀਕ ਹੈ ਜਨਾਬ? ਅਗਰ ਤੁਸੀਂ ਇਹਨਾਂ ਸੀਨੀਅਰ ਚ ਹੁੰਦੇ, ਮੁਹੰਮਦ ਅਲੀ ਸਾਹਿਬ, ਨਦੀਮ ਸਾਹਿਬ ਜਾਂ ਵਹੀਦ ਮੁਰਾਦ, ਕਿਸ ਟਾਈਪ ਦੇ ਹੁੰਦੇ? ਕੀ ਲੱਗਦਾ ਮੇਰਾ ਖਿਆਲ ਹੈਗਾ ਕਿ ਟਾਈਪ ਕਿਆ ਹੁੰਦਾ? ਮੇਰਾ ਖਿਆਲ ਹੈ ਚਾਕਲੇਟ ਰਹੀ ਹੁੰਦਾ, ਵਹੀਦ ਮੁਰਾਦ, ਵਹੀਦ ਮੁਰਾਦ, ਬਿਲਕੁਲ। ਅੱਛਾ, ਉਹ ਗੱਲ ਤੇ ਇਹ ਫਿਰ ਤੇ ਕੰਮ ਕਰਨਾ ਤਾਂ ਪੂਰਾ ਕਰ ਦੋ, ਮੈਂ ਪਾ ਹੀ ਦੋ। ਅੱਛਾ, ਅੱਜ ਕੱਲ ਕੇ ਹੀਰੋਜ਼ ਮੇਂ ਸੇ ਦੇਖਤੇ ਹੈਂ, ਅਗਰ ਤੁਸੀਂ ਆ ਜਾਂਦੇ 90 ਔਰ 2000 ਦੇ ਵਿੱਚ, ਠੀਕ ਹੈ, ਫਿਰ ਤੁਸੀਂ ਕਿਹਦੀ ਜਗ੍ਹਾ ਤੇ ਹੁੰਦੇ? ਸ਼ਾਨ, ਮੁਹੰਮਦ ਰਾਣਾ ਜਾਂ ਬਾਬਰ ਅਲੀ? ਨਹੀਂ ਜੀ, ਸ਼ਾਨ, ਵਨ ਐਂਡ ਓਨਲੀ ਸ਼ਾਨ ਬਿਹਤਰ ਹੈ, ਸ਼ਾਨ ਐਕਟਰ ਵੀ ਅੱਛਾ ਹੈ, ਇਸ ਟਾਈਪ ਦੇ ਹੁੰਦੇ ਤੁਸੀਂ? ਬਿਲਕੁਲ, ਸ਼ਾਨ ਮੌਜੂਦਾ ਦੌਰ ਮੇਂ ਵੀ ਅੱਛਾ। ਜੀ ਜੀ, ਠੀਕ ਹੈ ਜੀ। ਰੈਪਿਡ ਫਾਇਰ ਦਾ ਬੜਾ ਮਜ਼ਾ ਆਇਆ ਜੀ, ਮਜ਼ਾ ਆ ਗਿਆ, ਤੁਹਾਨੂੰ ਅੱਛਾ ਲੱਗਿਆ? ਬਹੁਤ ਅੱਛਾ, ਮੈਂ ਸਮਝਣਾ ਕਿ ਤੁਹਾਡਾ ਜਿਹੜਾ ਸੈਗਮੈਂਟ ਸੀ ਦੈਟ ਇਜ਼ ਵੈਰੀ ਵੈਰੀ ਗੁੱਡ, ਔਰ ਬੜਾ ਡਿਫਰੈਂਟ ਹੈ, ਔਰ ਮੈਂ ਐਕਸਪੈਕਟ ਨਹੀਂ ਕਰਦਾ ਸੀ ਕਿ ਇੱਕਦਮ
ਇਹੋ ਜਿਹੇ ਸਵਾਲ ਆ ਬਾਰਿਸ਼ ਹੋ ਜਾਏਗੀ ਰੈਪਿਡ ਨਹੀਂ ਬਹੁਤ ਮਜ਼ਾ ਆਇਆ ਔਰ ਇਹ ਤੁਹਾਡੇ ਪ੍ਰੋਗਰਾਮ ਦੀ ਮੈਂ ਸਮਝਦਾ ਜਾਨ ਹੈ ਅੱਛਾ ਬੜੀ ਮਿਹਰਬਾਨੀ ਬਹੁਤ ਅੱਛਾ ਜਨਾਬ ਹੁਣ ਇੱਕ ਸਾਡਾ ਰਹਿ ਗਿਆ ਜੀ ਐਕਟ ਆਫ ਦਾ ਡੇ ਉਹਦੇ 'ਚ ਨਾ ਕੋਈ ਬੰਦਾ ਬਚ ਕੇ ਨਹੀਂ ਗਿਆ ਐਕਟਿੰਗ ਕਰਨੀ ਪੈਂਦੀ ਐਕਟਿੰਗ ਨਹੀਂ ਕਰੋਗੇ ਕੋਈ ਸ਼ੇਰ ਸੁਣਾਓਗੇ ਸ਼ੇਰ ਨਹੀਂ ਸੁਣਾਓਗੇ ਕੋਈ ਗਾਣਾ ਗੁਣਗੁਣਾਓਗੇ ਅਤੇ ਗਾਣਾ ਕਿਹਨੂੰ ਨਹੀਂ ਆਉਂਦਾ ਸਹੀ ਗੱਲ ਹੈ ਗਾਣਾ ਅਸੀਂ ਸੁਣਾਂਗੇ ਤੁਹਾਡੇ ਠੰਡ ਸ਼ੁਰੂ ਹੋ ਗਈ ਹਮ ਯਹਾਂ ਖਿਲਾ ਨਹੀਂ ਸਕਤੇ ਕਿਉਂਕਿ ਜਗ੍ਹਾ ਛੋਟੀ ਹੈ ਐਕਟ ਆਫ ਦਾ ਡੇ 'ਚ ਅਸੀਂ ਸੁਣਾਂਗੇ ਜੀ ਆਪਣਾ ਜੁਨੈਦ ਭਾਈ ਕੋਲੋਂ ਗਾਣਾ ਚੱਲੀਏ ਜ਼ਰਾ ਐਕਟ ਆਫ ਦਾ ਡੇ ਚਲੇ ਚਲੋ ਜੀ ਜੀ ਜਨਾਬ ਜੁਨੈਦ ਭਾਈ ਗਾਣਾ ਸੁਣੇਗੇ ਆਪ ਸੇ ਗਾਣਾ ਸੁਣਾਂਗੇ ਅਸੀਂ ਅੱਛਾ ਮੈਂ ਤਾਂ ਸਮਝਿਆ ਤੁਸੀਂ ਮਜ਼ਾਕ ਕਰਨ ਡਿਓ ਨਹੀਂ ਵਾਕਈ ਗਾਣਾ ਸੁਣਨਾ ਥੋੜ੍ਹਾ ਜਿਹਾ ਸੁਣੋ ਸੁਣਾਓਗੇ ਤੁਸੀਂ ਕ੍ਰਿਕਟਰ ਆਵੇ ਪਲੇਅਰ ਆਵੇ ਸਿੰਗਰ ਆਵੇ ਸਿੰਗਰ ਤਾਂ ਗਾਉਂਦਾ ਹੀ ਹੈ ਐਕਟਰ ਆਵੇ ਸ਼ਾਇਰ ਆਵੇ ਅਸੀਂ ਜ਼ਰੂਰ ਗਾਣਾ ਸੁਣਦੇ ਹਾਂ ਗੱਲ ਹੈਗੀ ਆ ਉਹ ਗਾਣਾ ਤੇ ਕਹਿੰਦੇ ਨੇ ਮੈਂ ਸ਼ੁਰੂ ਤੇ ਕਰ ਦਾਂਗਾ ਬਰਦਾਸ਼ਤ ਤੁਸੀਂ ਕਰਨਾ ਕੋਈ ਗੱਲ ਨਹੀਂ ਅਸੀਂ ਕਰਾਂਗੇ ਮੈਂ ਥੋੜ੍ਹੀ ਜਿਹੀ ਚਾਹ ਪੀ ਲਓ ਅਸੀਂ ਕਰਾਂਗੇ ਸਾਡੀ ਕਿਹੜੀ ਆਰਟਿਸਟ ਸੀ ਉਹਨੇ ਗਾਣਾ ਗਾਇਆ ਅਤੇ ਮੈਂ ਕਿਹਾ ਤੂੰ ਤੇਰੇ 'ਚ ਇੰਨੀ ਆਵਾਜ਼ ਦੇ ਆਵਾਜ਼ 'ਚ ਇੰਨਾ ਦਰਦ ਕਿ ਉਹ ਮੇਰੇ ਸਿਰੇ 'ਚ ਹੋ ਗਿਆ ਪਰੇਸ਼ਾਨੀ ਜਿਹੋ ਜਿਹੀ ਆਵਾਜ਼ ਬਰਦਾਸ਼ਤ ਕਰ ਅੱਛੀ ਹੋਏਗੀ ਹੋ ਸਕੇ ਤੋ ਮੇਰਾ ਇੱਕ ਕਾਮ ਕਰੋ ਸ਼ਾਮ ਕਾ ਇੱਕ ਪਹਿਰ ਮੇਰੇ ਨਾਮ ਕਰੋ ਹੋ ਸਕੇ ਤੋ ਮੇਰਾ ਇੱਕ ਕਾਮ ਕਰੋ ਅੱਗੇ ਵੀ ਗਾਣਾ ਗਾਓ ਨਾ ਗਾਓ ਮਜ਼ਾ ਆ ਰਿਹਾ ਦਿਲ ਤੋਂ ਪਹਿਲੀ ਨਜ਼ਰ ਮੈਂ ਤੁਮਾਰਾ ਹੁਆ ਤੁਮ ਹੋ ਜੀਤੇ ਹੋਏ ਔਰ ਮੈਂ ਹਾਰਾ ਹੁਆ ਮੇਰੇ ਜਜ਼ਬਾਤ ਕਾ ਇਹਤਰਾਮ ਕਰੋ ਹੋ ਸਕੇ ਤੋ ਮੇਰਾ ਇੱਕ ਕਾਮ ਕਰੋ ਵਾਹ ਜੀ ਵਾਹ ਬਾਤ ਹੈ ਗੁਜ਼ਾਰਾ ਉਦਾਰਾ ਸੀ ਨਹੀਂ ਨਹੀਂ ਬਹੁਤ ਅੱਛਾ ਬਹੁਤ ਅੱਛਾ ਔਰ ਇਹ ਦਲੇਰੀ ਹੈ ਕਿ ਗਾਣਾ ਜਿਨ੍ਹਾਂ ਨੇ ਗਾਇਆ ਹੋਇਆ ਮੈਂ ਸਮਝਦਾ ਹਾਂ ਕਿ ਇਹ ਸ਼ੌਕ ਹੋਤਾ ਗਾਣੇ ਸੁਣਤੇ ਹੈ ਬੈਸਟ ਸੌਂਗ ਬਹੁਤ ਅੱਛਾ ਸੌਂਗ ਬੜਾ ਅੱਛਾ ਸਾਡੇ ਹੀਰੋ ਤੇ ਹੋਇਆ ਜੀ ਅਰਬਾਜ਼ ਖਾਨ ਤੇ ਅਰਬਾਜ਼ ਖਾਨ ਨੇ ਤੇ ਉਹ ਗਾਣਾ ਗਾ ਕੇ ਤੇ ਮੈਂ ਕਿਹਾ ਕੀ ਕੰਮ ਕਰਾਇਆ ਸੀ ਕਹਿੰਦਾ ਸਾਈਕਲ ਠੀਕ ਕਰਾਈ ਸੀ ਸਾਈਕਲ ਪੈਂਚਰ ਹੋਈ ਸੀ ਮੈਂ ਕਿਹਾ ਠੀਕ ਆ ਉਹ ਤਾਂ ਮੈਨੂੰ ਯਾਦ ਆ ਗਿਆ ਨਾ ਉਹ ਅਸੀਂ ਤਾਂ ਸਾਈਕਲ ਤੋਂ ਉਹ ਇੱਕ ਸਰਦਾਰ ਜਾ ਰਿਹਾ ਹੁੰਦਾ ਹੱਥ 'ਚ ਪੈਡਲ ਫੜਿਆ ਹੁੰਦਾ ਉਹ ਪੁੱਛਿਆ ਸਰਦਾਰ ਜੀ ਕਿੱਥੇ ਚੱਲੇ ਹੋ ਕਹਿੰਦਾ ਜੀ ਪੈਡਲ ਲੱਭ ਕੇ ਸਾਈਕਲ ਪਵਾਉਣ ਚੱਲੇ ਜੀ ਵੇਲਾ ਹੋ ਗਿਆ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਆ ਕੇ ਅਸੀਂ ਹੋਰ ਮਜ਼ੇਦਾਰ ਗੱਲਾਂ ਕਰਾਂਗੇ ਜੀ ਜੁਨੈਦ ਭਾਈ ਦੇ ਨਾਲ ਲਵੋ ਇੱਕ ਬ੍ਰੇਕ ਬ੍ਰੇਕ ਮੈਂ ਆਪ ਹੀ ਜਾਏ ਜ਼ਰਾ ਕਿਵੇਂ ਜਾਏਗੇ ਆਪ ਬ੍ਰੇਕ ਮਿਲਤੇ ਹੈ ਬ੍ਰੇਕ ਕੇ ਬਾਅਦ ਬਸ ਗੱਲ ਮੁੱਕ ਗਈ ਜੀ ਆਇਆਂ ਨੂੰ ਜੀ ਮੋਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਸਾਡੇ ਨਾਲ ਨੇ ਜੀ ਜੁਨੈਦ ਸਾਹਿਬ ਖਵਾਜਾ ਜੁਨੈਦ ਸਾਹਿਬ ਔਰ ਬੜੀਆਂ ਮਜ਼ੇਦਾਰ ਗੱਲਾਂ ਹੋਈਆਂ ਨੇ ਨਾਲ ਨਾਲ ਲਤੀਫਾ ਵੀ ਸੁਣਾਈ ਜਾਂਦੇ ਨੇ ਇੱਕ ਲਤੀਫਾ ਵੀ ਸੁਣਾ ਦਿੰਦੇ ਬ੍ਰੇਕ ਮੇਂ ਵੀ ਹਸਾ ਦਿੱਤੇ ਹਮੇ ਅੱਛਾ ਜੀ ਇੱਕ ਇੱਕ ਇਜ਼ਾਜ਼ ਅੱਲਾਹ ਤਾਲਾ ਨੇ ਤੁਹਾਨੂੰ ਦਿੱਤਾ ਹੈ ਜਨਾਬ 21 ਸਾਲ ਬਾਅਦ ਏਸ਼ੀਆ ਕੱਪ ਏਸ਼ੀਆ ਕੱਪ 21 ਸਾਲ ਤੋਂ ਬਾਅਦ ਤੁਹਾਡੀ ਜ਼ੇਰੇ ਨਿਗਰਾਨੀ ਰੱਬੁਲ ਆਲਮੀਨ ਨੇ ਇੱਜ਼ਤ ਦਿੱਤੀ ਪਾਕਿਸਤਾਨ ਨੂੰ ਇੱਕ ਵਾਰੀ ਫਿਰ ਅਤੇ ਕੀ ਮਤਲਬ 21 ਸਾਲ ਬਾਅਦ ਕਾਮਯਾਬੀ ਅਤੇ ਉੱਥੇ ਤੁਸੀਂ ਅਤੇ ਫਿਰ ਜੀ ਮੈਂ ਸਮਝਦਾ ਕਿ ਜਿਸ ਤਰ੍ਹਾਂ ਅਸੀਂ ਪਹਿਲੇ ਗੱਲਾਂ ਕਰਦੇ ਆ ਰਹੇ ਹਾਂ ਕਿ ਇਸ ਮੁਲਕ ਹੈ ਪਾਕਿਸਤਾਨ ਠੀਕ ਹੈ ਦੁਨੀਆਂ ਦਾ ਖੂਬਸੂਰਤ ਤਰੀਨ ਮੁਲਕ ਕੀ ਬਾਤ ਠੀਕ ਹੈ ਔਰ ਉਹਦੇ ਵਾਸਤੇ ਕੁਛ ਅੱਲਾਹ ਪਾਕ ਤੁਹਾਡੇ ਜ਼ਰੀਏ ਕੋਈ ਐਸੀ ਚੀਜ਼ ਹੋ ਜਾਏ ਕਿ ਜੇ ਸਾਡੇ ਮੁਲਕ ਦੀ ਇੱਜ਼ਤ 'ਚ ਇਜ਼ਾਫਾ ਹੋਵੇ ਤਾਂ ਉਸ ਤੋਂ ਵੱਡਾ ਕੋਈ ਦਿਨ ਨਹੀਂ ਹੁੰਦਾ ਠੀਕ ਹੈ ਅਤੇ ਅਸੀਂ ਬਰਮਾ 'ਚ ਹੋਇਆ ਸੀ 2009 ਨਵੰਬਰ 'ਚ ਔਰ ਸਾਡੀ ਖੁਸ਼ਕਿਸਮਤੀ ਸੀ ਜਿਸ ਫਲਾਈਟ 'ਤੇ ਅਸੀਂ ਗਏ ਸਾਹਿਬਾ ਜੀ ਵੀ ਉਸ ਫਲਾਈਟ 'ਤੇ ਸਾਡੇ ਨਾਲ ਸੀ ਔਰ ਤੁਹਾਡੇ ਦੋ ਛੋਟੇ ਬਾਲਕੇ ਵੀ ਨਾਲ ਸੀ ਅੱਛਾ ਅੱਛਾ ਤੁਸੀਂ ਆ ਰਹੇ ਸੋ ਬੈਂਕਾਕ ਆ ਰਹੇ ਸੋ ਮੈਂ ਬੈਂਕਾਕ ਮੈਂ ਸ਼ੂਟਿੰਗ ਤੇ ਗਿਆ ਸਾਂ ਬਸ 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 ਇਹਨਾਂ ਨੇ ਲੇਟ ਇਹਨਾਂ ਦੇ ਵੀਜ਼ੇ ਦਾ ਪ੍ਰੋਬਲਮ ਤੇ ਮੈਂ ਸਮਝਦਾ ਕਿ ਇਹਨਾਂ ਨੇ ਸਾਡੀ ਟੀਮ ਤੇ ਕੋਈ ਫੂਕ ਮਾਰੀ ਸੀ ਅੱਛਾ ਤੋ ਜਿੱਤ ਗਿਆ ਅੱਛਾ ਮੈਂ ਫਿਰ ਲੱਕੀ ਰਹੀ ਨਾ ਆਪ ਲੋਕਾਂ ਕੇ ਲਈ ਅਰੇ ਤੋ ਤਿਆਰ ਹੋ ਜਾਓ ਆਂਦਾ ਤੋ ਤੁਹਾਨੂੰ ਮੈਨੇਜਰ ਬਣਾ ਕੇ ਨਾਲ ਲੈ ਠੀਕ ਹੈ ਆਗੀ ਦਾ ਮੈਨੇਜਰ ਬਿਲਕੁਲ ਉਹ ਅਸੀਂ 21 ਸਾਲ ਬਾਅਦ ਔਰ ਖੁਸ਼ਕਿਸਮਤੀ ਹੈ ਕਿ 1989 ਚ
ਜਦੋਂ ਮੈਂ ਖੇਡਦਾ ਸੀ ਉਦੋਂ ਅਸੀਂ ਲਾਸਟ ਏਸ਼ੀਆ ਕੱਪ ਜਿੱਤਿਆ ਸੀ ਦੈਟ ਵਾਜ਼ ਸੀਨੀਅਰ ਹੁਣ ਅਸੀਂ ਜੂਨੀਅਰ ਏਸ਼ੀਆ ਕੱਪ ਬਰਮਾ ਜਿੱਤਿਆ 21 ਸਾਲ ਦੇ ਬਾਅਦ ਔਰ ਤੁਸੀਂ ਕੋਚ ਹੋ ਕੇ ਵੀ ਮੈਂ ਕੋਚ ਸੀ ਪਰ ਮਾਸ਼ਾਅੱਲਾ ਤੁਸੀਂ ਹਲੇ ਦੇਖਣੇ ਕੋਚ ਕੋਚ ਨਹੀਂ ਲੱਗਦਾ ਤੁਸੀਂ ਆਪ ਹਲੇ ਖੇਡਣਾ ਮੈਂ ਤਾਂ ਸ਼ਾਇਦ ਫਲਾਈ ਕੋਚ ਕਹਿਣ ਲੱਗੇ ਨਹੀਂ ਨਹੀਂ ਫਿਟਨੈਸ ਤੁਹਾਡੀ ਮਾਸ਼ਾਅੱਲਾ ਦੇਖਣ ਦਾ ਕਹਿਣੇ ਲੇਕਿਨ ਇਤਨਾ 21 ਸਾਲ ਦਾ ਲੰਬਾ ਗੈਪ ਕਿਉਂ ਆਇਆ ਮੈਂ ਉਹ ਜਮ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹੋਏ ਹਾਂ ਕਿ ਉਹ ਇਹੀ ਹੋਇਆ ਕਿ ਥੋੜ੍ਹਾ ਜਿਹਾ ਮਿਊਜ਼ੀਕਲ ਚੇਅਰ ਰਿਹਾ ਮਿਊਜ਼ੀਕਲ ਚੇਅਰ ਕਦੀ ਕੋਈ ਕੋਚ ਤਾਂ ਕਦੀ ਕੋਈ ਕੋਚ ਤਦੀ ਕੋਚ ਨੂੰ ਕੁਝ ਕਰਨ ਨਹੀਂ ਦਿੱਤਾ ਗਿਆ ਦਿੱਤਾ ਗਿਆ ਕਦੀ ਰੈਂਬੋ ਸਾਹਿਬ ਬਹਿ ਕੇ ਕਦੀ ਤੁਸੀਂ ਕਦੀ ਮੈਂ ਔਰ ਫਿਰ ਆਪਣੀ ਆਪਣੀ ਮਰਜ਼ੀਆਂ ਕੀਤੀਆਂ ਔਰ ਸਾਡੇ ਇਹ ਪ੍ਰੋਬਲਮ ਬੜੀ ਹੈ ਸਾਡੇ ਹਰ ਸ਼ੋਬੇ 'ਚ ਪਾਕਿਸਤਾਨ ਦੇ ਵਿੱਚ ਸਾਡੀ ਇਹ ਮੇਰੇ ਹਲੇ ਇਹਨੂੰ ਕਹਿ ਲਓ ਕਿ ਸਾਡੀ ਇੱਕ ਗਲਤੀ ਹੈ ਜਾਂ ਇੱਕ ਬਦਨਸੀਬੀ ਹੈ ਜਾਂ ਕਿ ਇੱਕ ਬੰਦਾ ਇੱਕ ਕੰਮ ਸ਼ੁਰੂ ਕਰਾਉਂਦਾ ਹੈ ਉਹ ਕੰਮ ਟਰੈਕ 'ਤੇ ਚੜ੍ਹ ਗਿਆ ਅਤੇ ਉਹ ਚਲਾ ਗਿਆ ਦੂਸਰਾ ਆਇਆ ਅਤੇ ਉਹਨੇ ਉਹਨੂੰ ਮਿਟਾ ਕੇ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ ਬਿਲਕੁਲ ਸਹੀ ਯਾਰ ਉਹ ਟਾਈਮ ਜ਼ਾਇਆ ਹੋ ਗਿਆ ਉਹ ਵਕਤ ਜ਼ਾਇਆ ਹੋ ਗਿਆ ਤੁਸੀਂ ਉਹਨੂੰ ਤਾਂ ਤੋੜ ਚੜਾਓ ਸਹੀ ਕਹਿ ਰਹੇ ਤੁਸੀਂ ਔਰ ਮੈਂ ਤਾਂ ਔਰ ਗੱਲ 'ਚ ਵਧਾਵਾਂਗੇ ਜਦੋਂ ਅਸੀਂ ਏਸ਼ੀਅਨ ਚੈਂਪੀਅਨ ਹੋਏ ਨਾ ਅਤੇ ਏਸ਼ੀਅਨ ਚੈਂਪੀਅਨ ਹੋਣ ਤੋਂ ਬਾਅਦ ਅਸੀਂ ਕੁਆਲੀਫਾਈ ਕੀਤਾ ਯੂਥ ਓਲੰਪਿਕਸ ਹੁਣੇ ਚੰਦ ਦਿਨ ਪਹਿਲੇ ਅਸੀਂ ਵਾਪਸ ਅਸੀਂ ਫਾਈਨਲ ਹੀ ਗਏ ਜੋ ਫਾਈਨਲ ਅਸੀਂ ਖੇਲੇ ਹਾਂ ਆਸਟ੍ਰੇਲੀਆ ਦੇ ਨਾਲ ਅਨਲਕੀਰੇ 2-1 ਤੁਸੀਂ ਹਾਰੇ ਲੇਕਿਨ 204 ਕੰਟਰੀਆਂ ਪੂਰੀ ਦੁਨੀਆ 'ਚ ਆਈਆਂ 1000 ਚੈਨਲ 'ਤੇ ਲਾਈਵ ਗਿਆ ਉਹ 1000 ਬਿਲਕੁਲ ਬਹੁਤ ਵੱਡੀ ਗੇਮ ਸੀ ਜ਼ਿੰਦਗੀ 'ਚ ਪਹਿਲੀ ਦਫ਼ਾ ਯੂਥ ਲੈਵਲ 'ਤੇ ਇੰਨੀ ਵੱਡੀ ਗੇਮ ਹਾਕੀ ਨੂੰ ਇਤਨੇ ਜ਼ਿਆਦਾ ਕੀਤਾ ਬਿਲਕੁਲ ਔਰ ਅਸੀਂ ਫਾਈਨਲ ਖੇਲੇ ਔਰ ਮੈਂ ਸਮਝਦਾ ਕਿ ਸਾਡੀ ਜਿਹੜੀ ਯੂਥ ਹੈ ਯੂਥ ਟੀਮ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਸਾਡੀ ਅਕੈਡਮੀਆਂ ਕੰਮ ਕਰ ਰਹੀਆਂ ਸਾਡੀ ਫੈਡਰੇਸ਼ਨ ਦਾ ਫੋਕਸ ਆਪਣੀ ਪ੍ਰੋਡਕਟ ਨੂੰ ਆਪ ਤਿਆਰ ਕਰਨਾ ਇਹ ਉਹਦਾ ਹੀ ਨਤੀਜਾ ਸੀ ਕਿ ਅਸੀਂ ਅਕੈਡਮੀਆਂ 'ਚੋਂ ਬੱਚੇ ਸਿਲੈਕਟ ਕਰਕੇ ਉਹਨਾਂ ਦਾ ਕੈਂਪ ਲਗਾ ਰਹੇ ਕਾਸਮ ਜ਼ਿਆ ਸਾਹਿਬ ਨੂੰ ਕ੍ਰੈਡਿਟ ਬਿਲਕੁਲ ਕਾਸਮ ਜ਼ਿਆ ਆਸਫ ਬਾਜਵਾ ਔਰ ਸਾਡੇ ਅਕੈਡਮੀਆਂ ਦੇ ਡਾਇਰੈਕਟਰ ਨੇ ਕਰਾਣਾ ਮਜਾਇਦ ਜਿਹੜੇ ਸਾਡੇ ਨਾਲ 94 ਵਰਲਡ ਕੱਪ ਸਾਡੇ ਨਾਲ ਖੇਲੇ ਠੀਕ ਹੈ ਇਹ ਤਿੰਨ ਲੋਕ ਜਿਹੜੇ ਨੇ ਇਹਨਾਂ ਨੇ ਬੜੀ ਮਿਹਨਤ ਕੀਤੀ ਅਕੈਡਮੀਆਂ ਉੱਤੇ ਅੱਛਾ ਆਪਣੇ ਕਦੇ ਨਹੀਂ ਸੋਚਿਆ ਕਾਸਮ ਜ਼ਿਆ ਸਾਹਿਬ ਕੀ ਤਰ੍ਹਾਂ ਕਿ ਆਪ ਸਿਆਸਤ ਮੇਂ ਆਏ ਮੇਰਾ ਖਿਆਲ ਹੈਗਾ ਕਿ ਅੱਗੋਂ ਜਿਹੜਾ ਨਾ ਆ ਰਹੇ ਹੋ ਰੈਂਬੋ ਬਾਈ ਤੇ ਮੈਨੂੰ ਆ ਹੀ ਜਾਣਾ ਚਾਹੀਦਾ ਆ ਜਾਣਾ ਚਾਹੀਦਾ ਕਿਉਂ ਵਜ੍ਹਾ ਉਹ ਇਸ ਕਰਕੇ ਆ ਜਾਣਾ ਚਾਹੀਦਾ ਕਿ ਹੁਣ ਹਰ ਕੋਈ ਸਿਆਸੀ ਸਿਆਸਤ 'ਚ ਆ ਗਿਆ ਸਿਆਸਤ 'ਚ ਅਸੀਂ ਕਿਉਂ ਪਿੱਛੇ ਰਹੀਏ ਔਰ ਨਾਲੇ ਯਾਰ ਦੱਸੋ ਸਾਡਾ ਰੰਗ ਕੋਈ ਖਰਾਬ ਹੋ ਗਿਆ ਸਾਡਾ ਰੰਗ ਵੀ ਠੀਕ ਹੈ ਅੱਛਾ ਸਿਆਸਤ ਸੇ ਯਾਦ ਆਇਆ ਵੈਸੇ ਕ੍ਰਿਕਟ ਮੇਂ ਔਰ ਸ਼ੋਬਿਜ਼ ਮੇਂ ਤਾਂ ਕਾਫੀ ਸਿਆਸਤਾਂ ਹੁੰਦੀ ਹੈ ਹਾਕੀ ਮੇਂ ਵੀ ਹੁੰਦੀ ਹੈ ਹਾਕੀ ਮੇਂ ਹੁੰਦੀ ਰਹੀ ਆਪ ਯਕੀਨ ਕਰੇ ਬੜੀ ਸਿਆਸਤ ਬਹੁਤ ਜ਼ਿਆਦਾ ਉਹਨਾਂ ਹੀ ਸਿਆਸਤਾਂ ਨੇ ਮਾਰਿਆ ਹੁਣ ਤੁਸੀਂ ਯਕੀਨ ਕਰੋ ਜਦੋਂ ਮੈਂ ਕੋਚ ਹਾਂ ਨਾ ਮੈਂ ਤੁਹਾਨੂੰ ਦੱਸਣਾ ਸਾਡੀ ਫੈਡਰੇਸ਼ਨ ਨੇ ਕੰਪਰੋਮਾਈਜ਼ ਕੀਤਾ ਕਿ ਤੁਸੀਂ ਵੱਡੇ ਉਮਰ ਦੇ ਮੁੰਡੇ ਨਹੀਂ ਲੈਣੇ ਫਿਰ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਕੋਈ ਐਸਾ ਬੱਚਾ ਨਾ ਰਹੇ ਜਾਂ ਟੈਲੈਂਟਡ ਹੋਵੇ ਔਰ ਬਾਹਰ ਹੋ ਜਾਵੇ ਫਿਰ ਸਿਲੈਕਸ਼ਨ ਜਦੋਂ ਆਪ ਕਿਸੇ ਚੀਜ਼ ਕੋ ਕੰਪੋਜ਼ ਕਰਦੇ ਹਾਂ ਜਦੋਂ ਬਣਾਉਂਦੇ ਹੋ ਅਗਰ ਉਹਦੇ 'ਚ ਕੋਈ ਚੀਜ਼ ਗਲਤ ਲੱਗ ਜਾਵੇ ਨਾ ਤਾਂ ਕੰਪੋਜ਼ੀਸ਼ਨ ਖਰਾਬ ਹੋ ਜਾਂਦਾ ਫਿਰ ਤੁਸੀਂ ਜਦੋਂ ਗਾਣਾ ਬਣਾਉਂਦੇ ਹੋ ਕੰਪੋਜ਼ੀਸ਼ਨ ਖਰਾਬ ਹੋਵੇ ਤਾਂ ਗਾਣਾ ਖਰਾਬ ਹੋ ਖਰਾਬ ਹੋ ਜਾਂਦਾ ਅੱਛਾ ਪਾਕਿਸਤਾਨ ਤੋਂ ਇਲਾਵਾ ਤੁਸੀਂ ਚਾਈਨਾ ਦੇ ਥਾਈਲੈਂਡ ਦੇ ਇੰਗਲੈਂਡ ਦੇ ਅਮਰੀਕਾ ਦੇ ਵੀ ਕੋਚ ਰਹੇ ਹੋ ਕੀ ਫਰਕ ਨਜ਼ਰ ਆਉਂਦਾ ਸੀ ਸਾਡੇ ਮੁੰਡਿਆਂ 'ਚ ਉਹਨਾਂ ਦੇ ਮੁੰਡਿਆਂ 'ਚ ਦੇਖੋ ਮੈਂ ਤੁਹਾਨੂੰ ਦੱਸਾਂ ਤਮਾਮ ਇਹਨਾਂ 'ਚੋਂ ਮੈਂ ਚਾਈਨਾ 'ਚ ਜਾ ਕੇ ਬਹੁਤ ਸਿੱਖਿਆ ਉੱਥੇ ਮੈਂ 1 ਸਾਲ ਕੋਚ ਰਿਹਾ ਔਰ ਚਾਈਨਾ ਦੀ ਨੈਸ਼ਨਲ ਟੀਮ ਦਾ ਕੋਚ ਰਿਹਾ ਔਰ ਪਹਿਲਾ ਚਾਈਨੀਜ਼ ਟੀਮ ਦਾ ਫੋਰਨ ਕੋਚ ਸੀ ਮੈਂ ਚਾਈਨਾ ਕੇ ਲੋਕ ਜ਼ਿਆਦਾ ਐਨਰਜੈਟਿਕ ਹੈ ਮੈਂ ਤਾਂ ਤੋਂ ਡੈਡੀਕੇਟਿਡ ਹੈ ਦੇ ਆਰ ਨੋਟ ਐਨਰਜੈਟਿਕ ਦੇ ਆਰ ਡੈਡੀਕੇਟਿਡ ਦੇ ਆਰ ਕਮਿਟਿਡ ਕਿ ਜਦੋਂ ਕੋਈ ਕੰਮ ਸੋਚਦੇ ਨੇ ਨਾ ਤੇ ਉਹ ਕਰਕੇ ਛੱਡਦੇ ਨੇ ਤੇ ਉਹਨਾਂ ਨੇ ਕਰਕੇ ਦਿਖਾਇਆ ਕਰਕੇ ਦਿਖਾਇਆ ਦੁਨੀਆ ਨੂੰ ਲਾ ਕੇ ਰੱਖ ਦਿੱਤਾ ਬਿਲਕੁਲ ਦੇਖੋ ਸਭ ਤੋਂ ਪਹਿਲੇ ਤੁਸੀਂ ਅਗਰ ਚਾਈਨਾ ਦੇਖੋ ਮੈਂ ਹੁਣ ਗੱਲ ਕਰਨਾ ਚਾਹੁੰਦਾ ਕਿ ਅੱਜ ਤੋਂ 30 ਸਾਲ ਪਹਿਲੇ ਦੇਖੋ ਤੇ ਚਾਈਨਾ ਦਾ ਤਾਲਾ ਆਇਆ ਸੀ ਬਿਲਕੁਲ ਚਾਈਨੀਜ਼ ਤਾਲਾ ਉਹ ਕੁਛ ਨਹੀਂ ਆਉਂਦਾ ਸੀ ਠੀਕ ਅੱਜ ਹਰ ਜਗ੍ਹਾ ਲੱਗਿਆ ਹੋਇਆ ਔਰ ਹਰ ਜਗ੍ਹਾ ਕਹਿੰਦੇ ਚਾਈਨੀ ਤਾਲਾ ਔਰ ਕਹਿੰਦੇ ਸਾਰੀ ਦੁਨੀਆ ਨੂੰ ਅਸੀਂ ਬੰਦ ਕਰ ਦੇਣਾ ਤਾਲਾ ਵੀ ਚਾਈਨਾ ਦਾ ਹੋਏਗਾ ਤੇ ਕਹਿੰਦਾ ਮਤਲਬ ਉਹਨਾਂ ਨੇ ਤਾਲਾ ਲਾ ਦਿੱਤਾ ਹੁਣ ਮੈਂ ਤਾਂ ਇਹ ਕਹਿੰਦਾ ਸਾਰੀਆਂ ਫੈਕਟਰੀਆਂ ਨੂੰ ਨਹੀਂ ਗੱਲ ਅੱਛੀ ਗੱਲ ਮੈਂ ਸਮਝ ਗਿਆ ਵਾਹ ਵਾਹ ਸਮਝਿਓ ਉਹੀ ਗੱਲ ਕਰ ਰਹੇ ਸੋ ਤੁਸੀਂ ਪਹਿਲੇ ਉਹਨੇ ਤਾਲਾ ਕੱਢਿਆ ਤੇ ਮੁੜ ਕੇ ਉਹਨੇ ਕੰਮ ਦਿਖਾਇਆ ਉਹਨਾਂ ਨੇ ਤਾਲਾ ਲਾ ਦਿੱਤਾ ਸਾਰੀਆਂ ਇੰਡਸਟਰੀਆਂ ਨੂੰ ਲੱਗ ਗਿਆ ਹੁਣ ਕਹਿਣ ਦਾ ਮਕਸਦ ਇਹ ਹੈਗਾ ਕਿ ਜਿਹੜਾ ਚਾਈਨਾ ਹੈ ਦੇਖੋ ਉੱਥੇ ਰਹਿ ਕੇ ਮੈਂ ਕੀ ਸਿੱਖਿਆ ਕਿ ਸਾਡੇ ਦੀਨ 'ਚ ਕੀ ਹੈ ਕੋਈ ਚੀਜ਼ ਨਾਮੁਮਕਿਨ ਨਹੀਂ ਹੈ ਅਗਰ ਇਨਸਾਨ ਔਕਾਤ 'ਚ ਰਹਿ ਕੇ ਸਹੀ ਤਰੀਕੇ ਕਾਰਨ ਨਾਲ ਤੁਸੀਂ ਕੋਈ ਚੀਜ਼ ਕਰਨਾ ਚਾਹੋ ਕੋਈ ਕੰਮ ਨਾਮੁਮਕਿਨ ਨਹੀਂ ਹੈ ਨਾਮੁਮਕਿਨ ਹੈ ਠੀਕ ਹੈ ਔਰ ਇਸ ਚਾਈਨਾ ਨੇ ਪੂਰੀ ਦੁਨੀਆ ਨੂੰ ਕਰਕੇ ਦੱਸਤਾ ਕਿ ਹਰ ਚੀਜ਼ ਮੁਮਕਿਨ ਹੈ ਚਾਈਨਾ ਦੀ ਇੱਕ ਰੈੱਡ ਬੁੱਕ ਹੈ ਰੈੱਡ ਬੁੱਕ ਨੂੰ ਅਗਰ ਤੁਸੀਂ ਉਹ ਚਾਈਨੀਜ਼ ਹੈ ਅਗਰ ਉਹ ਟ੍ਰਾਂਸਲੇਟ ਨੂੰ ਮੈਨੂੰ ਉੱਥੇ ਰਹਿਣ ਦਾ ਬਹੁਤ ਮੌਕਾ ਮਿਲਿਆ ਤੁਸੀਂ ਯਕੀਨ ਕਰੋ ਕਿ ਜਿਹੜਾ ਕੁਰਾਨ ਸ਼ਰੀਫ ਦਾ ਤੁਸੀਂ ਅਗਰ ਕੋਈ ਉਹ 'ਚੋਂ ਮਕਦੀ ਖਿਆਲ ਕੱਢੋ ਉਹਦੇ 'ਚੋਂ ਉਹਦਾ ਖੁਲਾਸਾ ਕੱਢੋ ਖੁਲਾਸਾ ਕੱਢੋ ਅਤੇ ਉਹ ਰੈੱਡ ਬੁੱਕ ਹੈ ਰੈੱਡ ਬੁੱਕ ਦੱਸ ਬਿਲਕੁਲ ਔਰ ਉਹਨਾਂ ਨੇ ਸਾਡੇ ਕੁਰਾਨ ਦੇ ਖੁਲਾਸੇ ਤੋਂ ਦੇਖੋ ਕੀ ਤਰੱਕੀ ਕਿੱਥੇ ਚਲੇ ਗਏ ਦੁਨੀਆ ਦੀ ਚਰਸੀ ਭੰਗੀ ਕੌਣ ਸੀ ਸਭ ਤੋਂ ਵੱਡੀ ਚਰਸੀ ਬਿਲਕੁਲ ਭੰਗੀ ਭੰਗੀ ਬਿਲਕੁਲ ਜਦੋਂ ਉਹਨਾਂ ਨੇ ਚੇਂਜ ਲਿਆਂਦੀ ਮੈਂ 1990 'ਚ ਉੱਥੇ ਖੇਲਣ ਗਿਆ ਸੀ ਜਦੋਂ ਏਸ਼ੀਅਨ ਗੇਮ ਅਸੀਂ ਜਿੱਤੇ ਹਾਂ ਚਾਈਨਾ ਜਿੱਤੇ ਹਾਂ ਅਸੀਂ ਉੱਥੇ ਜਾ ਕੇ ਅਤੇ ਉਹਨਾਂ ਨੇ ਕਿਹਾ
ਉਸ ਵਕਤ ਤੇ ਅੱਜ ਤੁਸੀਂ ਚਾਈਨਾ ਜਾਓ ਤੇ ਉਹਨਾਂ ਨੇ ਇੰਝ ਲੱਗਦਾ ਤੁਸੀਂ ਯੂਰਪ ਫਿਰਨ ਡੇ ਉਹਨਾਂ ਨੇ ਇੰਨੀ ਤਰੱਕੀ ਕੀਤੀ ਆ ਅੱਗੇ ਲਾਤਾ ਬਿਲਕੁਲ ਤੇ ਅਸੀਂ ਕਿਉਂ ਨਹੀਂ ਕੋਈ ਇਸ ਤਰ੍ਹਾਂ ਦਾ ਸਿਸਟਮ ਹੋਵੇ ਕਿ ਅਸੀਂ ਸਾਰੇ ਉੱਥੋਂ ਟ੍ਰੇਨਿੰਗ ਲਈਏ ਮੁਲਕ ਨੂੰ ਤਰੱਕੀ ਦੇਣ ਵਾਸਤੇ ਮੈਂ ਫਿਰ ਅਸੀਂ ਵੀ ਕਿੱਥੇ ਦੇ ਕਿੱਥੇ ਚਾਈਨਾ ਸਾਨੂੰ ਵੈਸੇ ਅੱਲਾਹ ਤੋਂ ਬਾਅਦ ਬਹੁਤ ਸਪੋਰਟ ਕਰਦਾ ਬਹੁਤ ਕਰਦਾ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਦੇਖੋ ਕਿ ਸਾਡੇ 'ਚ ਕਿਸੇ ਚੀਜ਼ ਦੀ ਕਮੀ ਨਹੀਂ ਪਾਕਿਸਤਾਨ ਦੁਨੀਆ ਦਾ ਵਾਹਿਦ ਮੁਲਕ ਹੈ ਜਿੱਥੇ ਤੁਸੀਂ ਦੇਖ ਲਓ ਸਾਰੇ ਫਲ ਨੇ ਸਾਰੀ ਸਬਜ਼ੀਆਂ ਨੇ ਸਾਰੇ ਮੌਸਮ ਨੇ ਔਰ ਤੁਹਾਡੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਦੁਨੀਆ 'ਚ ਸਭ ਤੋਂ ਜ਼ਿਆਦਾ ਇੱਥੇ ਜਾ ਰਿਹਾ ਠੀਕ ਹੈ ਅਸੀਂ ਫਾਇਦਾ ਨਹੀਂ ਚੁੱਕ ਰਹੇ ਫਾਇਦਾ ਨਹੀਂ ਚੁੱਕ ਰਹੇ ਅਸੀਂ ਕੋਲ ਸਾਡੀ ਬਿਜਲੀ ਨਹੀਂ ਸਾਡੇ ਕੋਲ ਪਾਣੀ ਨਹੀਂ ਇੱਕ ਚੀਜ਼ ਦੀ ਜ਼ਰੂਰਤ ਹੈ ਮੈਂ ਦੱਸਦਾ ਸਿਰਫ ਇੱਕ ਚੀਜ਼ ਦੀ ਜ਼ਰੂਰਤ ਹੈ ਕਿ ਸੈਲਫਿਸ਼ ਨਹੀਂ ਹੋਣਾ ਇੰਡੀਵਿਜੁਅਲਿਜ਼ਮ ਆਪਣੇ ਜਨਾਬ ਆਪਣੇ ਆਪ ਨਾਲ ਪਿਆਰ ਨਾ ਕਰੋ ਆਪਣੇ ਘਰ ਨੂੰ ਸਾਫ਼ ਕਰਕੇ ਕੂੜਾ ਸੜਕ 'ਤੇ ਨਹੀਂ ਸੁੱਟਣਾ ਠੀਕ ਹੈ ਅਗਰ ਅਸੀਂ ਬਾਹਰ ਨੂੰ ਸਾਫ਼ ਰੱਖਾਂਗੇ ਨਾ ਤਾਂ ਯਕੀਨ ਕਰੋ ਇਹ ਮੁਲਕ ਬਹੁਤ ਪਿਆਰਾ ਹੋ ਜਾਏਗਾ ਯਕੀਨ ਕਰੋ ਮਾਤੀਰ ਮੁਹੰਮਦ ਜਿਹੜਾ ਉਹਨੇ ਮਲੇਸ਼ੀਆ ਸਿੱਧਾ ਕਰਤਾ ਠੀਕ ਹੈ ਮੋਹਿਤ ਤੰਗ ਨੇ ਚਾਈਨਾ ਸਿੱਧਾ ਕਰਤਾ ਵਨ ਮੈਨ ਸ਼ੋ ਹੋਗੀ ਜੇ ਤੁਸੀਂ ਇੱਕ ਸਿਸਟਮ ਦੇ ਦਿਓ ਨਾ ਔਰ ਉਹ ਸਿਸਟਮ ਐਸਾ ਹੋਣਾ ਚਾਹੀਦਾ ਮਿਸਾਲ ਦੇ ਤੌਰ ਤੇ ਮੈਂ ਇਹਦੇ ਬੱਚਿਆਂ ਨੂੰ ਸਕੂਲ ਲੈਣ ਜਾਂਦਾ ਤੇ ਇੱਕ ਸਿਪਾਹੀ ਕਹਿੰਦਾ ਯਾਰ ਤੂੰ ਇੱਥੋਂ ਦੀ ਨਾ ਜਾ ਮੈਂ ਉਹਨੇ ਕਿਹਾ ਮੈਂ ਕਿਹਾ ਠੀਕ ਹੈ ਯਾਰ ਮੈਂ ਉੱਥੋਂ ਦੀ ਆ ਜਾ ਨੋ ਪ੍ਰੋਬਲਮ ਲੇਕਿਨ ਤੂੰ ਕਿੰਨ ਰੋਕੇਗਾ ਅਤੇ ਕਹਿੰਦਾ ਫਿਰ ਤਰੀਕਾ ਕਾਰ ਕੀ ਹੈ ਮੈਂ ਕਿਹਾ 1000 ਰੁਪਇਆ ਫਾਈਨ ਰੱਖ ਦੇ ਔਰ ਔਨ ਦੀ ਸਪੋਟ ਫਾਈਨ ਕਰ ਦੇ ਓਹੋ ਇੰਗਲੈਂਡ ਵਿੱਚ ਜਾਓ ਅਗਰ ਗੱਡੀ ਗਲਤ ਪਾਰ ਕਰੋ ਉੱਥੇ 80 ਪਾਊਂਡ ਫਾਈਨ ਹੋ ਜਾਂਦਾ 80 ਪਾਊਂਡ ਅਗਰ ਤੁਸੀਂ ਇਸ਼ਾਰਾ ਕੱਟੋ ਪਿੱਛੋਂ ਤਸਵੀਰ ਖਿੱਚ ਕੇ ਘਰ ਬਿੱਲ ਭੇਜ ਦਿੰਦੇ ਨੇ ਅਗਰ ਇਹ ਸਿਸਟਮ ਤੁਸੀਂ ਲਿਆਓਗੇ ਨਾ ਇਸ ਕੌਮ ਤਾਂ ਕੋਈ ਨਹੀਂ ਕਰੇ ਸਾਡੇ ਮੁਲਕ 'ਚ ਕੀ ਹੁੰਦਾ ਮੈਂ ਤੁਹਾਨੂੰ ਖੁੱਲ੍ਹ ਕੇ ਗੱਲ ਕਰਨਾ ਸਾਡਾ ਸਿਪਾਹੀ ਲੁੱਕ ਕੇ ਖੜਾ ਹੁੰਦਾ ਇਸ਼ਾਰੇ ਦੇ ਕੋਲ ਖੜਾ ਨਹੀਂ ਹੁੰਦਾ ਕਿ ਕੋਈ ਇਸ਼ਾਰਾ ਕੱਟੇ ਅਤੇ ਮੈਂ ਉਹਨੂੰ ਫੜਾਂ ਅਗਰ ਉਹ ਇਸ਼ਾਰੇ ਦੇ ਕੋਲ ਖੜਾ ਹੋਏਗਾ ਨਾ ਤਾਂ ਕੋਈ ਇਸ਼ਾਰਾ ਨਹੀਂ ਕੋਈ ਨਹੀਂ ਕਰਤੇ ਸਹੀ ਹੈ ਬਸ ਸਾਨੂੰ ਵੀ ਇੱਕ ਲੀਡਰ ਚਾਹੀਦਾ ਜੈਸੇ ਕਿ ਆਪਣੇ ਘਰ ਪੇ ਮੁਸੀਬਤ ਕੋਈ ਆਪਕੋ ਪ੍ਰੋਬਲਮ ਹੋ ਤੋ ਆਪ ਹਮੇਸ਼ਾ ਸਬਸੇ ਪਹਿਲੇ ਰਿਸ਼ਤੇਦਾਰ ਸੇ ਵੀ ਪਹਿਲੇ ਕਿਸੀ ਹਮਸਾਏ ਕੋ ਆਵਾਜ਼ ਮਾਰਦੇ ਹੈ ਬਿਲਕੁਲ ਬਿਲਕੁਲ ਤੋ ਅਬ ਚਾਈਨਾ ਵੀ ਹਮਾਰੀ ਨੇਬਰ ਕੰਟਰੀ ਹੈ ਹਮ ਪੇ ਅਗਰ ਕੋਈ ਮੁਸੀਬਤ ਕਾ ਵਕਤ ਆਵੇ ਸਬਸੇ ਪਹਿਲੇ ਉਨਸੇ ਹੈਲਪ ਜ਼ਰੂਰਤ ਕਿਸ ਚੀਜ਼ ਦੀ ਹੈ ਜ਼ਰੂਰਤ ਇਸ ਚੀਜ਼ ਦੀ ਹੈ ਕਿ ਮੁਹੱਬਤ ਕਾ ਇੱਕ ਐਸਾ ਪੌਦਾ ਲਗਾਇਆ ਜਾਏ ਜਿਸ ਕਾ ਸਾਇਆ ਹਮਸਾਇਆ ਕੇ ਘਰ ਵਿੱਚ ਆਏ ਠੀਕ ਹੈ ਔਰ ਇੱਕ ਹੋਰ ਸ਼ੇਅਰ ਹੈਗਾ ਕਿ ਦਾਗੇ ਸਜੂਦ ਪਿਸ਼ਾਨੀ ਪੇ ਹੁਆ ਤੋ ਕਿਆ ਦਾਗੇ ਸਜੂਦ ਪਿਸ਼ਾਨੀ ਪੇ ਹੁਆ ਤੋ ਕਿਆ ਇੱਕ ਐਸਾ ਸਜਦਾ ਵੀ ਕਰ ਜਿਸ ਕਾ ਨਿਸ਼ਾਨ ਜ਼ਮੀਨ ਪੇ ਰਹੇ ਅਲਾਮਾ ਇਕਬਾਲ ਸਾਹਿਬ ਜੀ ਅੱਛਾ ਥੋੜਾ ਸਾ ਘਰ ਕੀ ਤਰਫ ਮੁਝੇ ਆਨੇ ਦੇ ਅੱਛਾ ਮੇਰੇ ਕੋਲ ਇੱਕ ਚਲੋ ਮੈਂ ਉਹ ਆਖਰ ਤੇ ਕੁਝ ਹੌਸਲ ਤੇ ਜਾਣ ਦੋ ਘਰ ਵਾਲੇ ਪਾਸੇ ਜਾਓ ਘਰ ਜਾ ਕੇ ਤੁਸੀਂ ਮੁਸ਼ਕਲ ਚ ਨਾ ਫਸ ਜਾਣਾ ਜੀ ਜੀ ਘਰ ਮੇ ਜ਼ਿਆਦਾ ਰੋਬ ਤੋ ਬੇਗਮ ਕਾ ਆਪਨੇ ਬਤਾ ਦਿਆ ਤੋ ਆਪਕੀ ਹਾਕੀ ਕੋ ਮਤਲਬ ਕੈਸੇ ਦੇਖਤੀ ਹੈ ਉਹ ਕਿਆ ਉਨਕਾ ਕਿਆ ਰਿਸਪੌਂਸ ਹੋਤਾ ਹੈ ਜਬ ਆਪ ਕੋਈ ਮੈਚ ਜੀਤ ਕਰ ਆਏ ਹੈ ਜੀ ਮੇਰੇ ਕੋਚਿੰਗ ਕਰ ਰਹੇ ਹੈ ਮੇਰੇ ਨਜ਼ਦੀਕ ਹੈ ਕਿ ਉਸਕੇ ਲਈ ਵੀ ਇੱਜ਼ਤ ਹੈ ਓਨਰ ਹੈ ਜੈਸੇ ਅਭੀ ਹਮ ਜੀਤ ਕੇ ਆਏ ਹੈ ਪ੍ਰਾਊਡ ਫੀਲ ਕਰਤੀ ਹੈ ਪ੍ਰਾਊਡ ਫੀਲ ਕਰਤੀ ਹੈ ਜਬ ਉਹ ਸਕੂਲ ਮੇ ਬੱਚੋਂ ਕੋ ਲੈਣ ਜਾਤੀ ਹੈ ਜਾਂ ਕਈ ਰਿਸ਼ਤੇਦਾਰੋਂ ਮੇ ਜਾਤੀ ਹੈ ਤੋ ਵਹਾਂ ਪੇ ਲੋਗ ਉਸਕੋ ਮੁਬਾਰਕ ਦੇਤੇ ਹੈ ਠੀਕ ਹੈ ਸਕੂਲ ਮੇ ਹਰ ਬੰਦਾ ਪਹਿਚਾਨਦਾ ਗਿਆ ਰਿਹਾ ਖਵਾਜਾ ਜੁਨੈਦ ਦੀ ਬੀਵੀ ਮੈਂ ਕਾਬੂ ਯਾ ਇੱਥੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਕਲੀਅਰ ਕਰਾਂ ਦੇਖੋ ਮਸਾਵਾਤ ਹਰ ਇਨਸਾਨ ਬਰਾਬਰ ਹੈ ਠੀਕ ਹੈ ਜਿਸ ਤਰ੍ਹਾਂ ਤੁਸੀਂ ਇੱਕ ਸ਼ਰਟ 100 ਰੁਪਏ ਦੀ ਲੈ ਲੈਂਦੇ ਹੋ ਅਤੇ ਇੱਕ ਸ਼ਰਟ 5000 ਦੀ ਵੀ ਹੈ ਕਿਸੇ ਦੇ ਨਾਇਕ ਲਿਖਿਆ ਲਿਵਾਇਸ ਲਿਖਿਆ ਤਾਂ 5000 ਦੀ ਹੋ ਗਈ ਕੱਪੜਾ ਉਹੀ ਹੋਗਾ 100 ਰੁਪਏ ਦੀ ਵੀ ਹੈ ਸਿਰਫ ਅੱਲਾਹ ਤਾਲਾ ਬ੍ਰਾਂਡ ਬਣਾ ਦਿੰਦਾ ਇਨਸਾਨ ਨੂੰ ਰੈਂਬੋ ਇੱਕ ਬ੍ਰਾਂਡ ਬਣ ਗਿਆ ਲੇਕਿਨ ਹੈ ਇੱਕ ਆਮ ਇਨਸਾਨ ਖਵਾਜਾ ਜਿਨਾਂ ਅੱਲਾਹ ਪਾਕ ਨੇ ਬ੍ਰਾਂਡ ਬਣਾਤਾ ਹੈ ਆਮ ਇਨਸਾਨ ਆਪ ਖੁਦ ਇੱਕ ਬ੍ਰਾਂਡ ਹੈ ਲੇਕਿਨ ਹੈ ਹਮ ਸਭ ਆਮ ਇਨਸਾਨ ਹਮਾਰੇ ਮੇਂ ਇਨਸਾਨ ਕੇ ਅੰਦਰ ਕੋਈ ਫੋਕੀਅਤ ਨਹੀਂ ਹੈ ਇਨਸਾਨ ਬਰਾਬਰ ਹੋਤੇ ਹੈ ਨਾਮ ਕੋ ਇੱਕ ਟੈਗ ਲੱਗ ਜਾਤਾ ਇਮਰਾਨ ਖਾਨ ਠੀਕ ਹੈ ਅਤੇ ਇਹ ਚੀਜ਼ ਇਨਸਾਨ ਨੂੰ ਸੋਚ ਜਾਣੀ ਨਾਮ ਨੂੰ ਟੈਗ ਲੱਗ ਗਿਆ ਬਾਕੀ ਸਾਡੀ ਸਿਰ 2 ਨਹੀਂ ਹੋ ਗਏ ਬਾਹਾਂ 4 ਨਹੀਂ ਹੋ ਗਈਆਂ ਅਸੀਂ ਉੱਥੇ ਹੀ ਆਮ ਆਦਮੀ ਅਤੇ ਇਸ ਕਰਕੇ ਇੱਜ਼ਤ ਵੱਧ ਜਾਂਦੀ ਹੈ ਇੱਕ 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 ਗੱਲ ਮੈਂ ਹੋਰ ਵੀ ਕਰਾਂਗਾ ਅਗਰ ਕ੍ਰਿਕਟ ਜਿਹੜੀ ਅਸੀਂ ਗੱਲ ਕਰ ਰਹੇ ਸਾਂ ਜੀ ਕ੍ਰਿਕਟ ਬਹੁਤ ਗਲੀ ਮੁਹੱਲੇ 'ਚ ਆਮ ਹੈ ਔਰ ਆ ਕੇ ਕੋਈ ਨਹੀਂ ਖੇਡਦਾ ਅਤੇ ਉਹਦੀ ਇੱਕ ਵਜ੍ਹਾ ਮੇਰੀ ਸਮਝ 'ਚ ਇਹ ਆਉਂਦੀ ਹੈ ਕਿ ਜੋ ਕ੍ਰਿਕਟ ਨੂੰ ਪੈਸਾ ਜੋ ਕ੍ਰਿਕਟਰ ਨੂੰ ਪੈਸਾ ਜੋ ਸਹੂਲਤਾਂ ਮਿਲਦੀਆਂ ਨੇ ਉਹ ਹਾਕੀ ਦੇ ਪਲੇਅਰ ਨੂੰ ਨਹੀਂ ਮਿਲਦੀਆਂ ਹਾਲਾਂਕਿ ਹਾਕੀ ਦੇ ਪਲੇਅਰ ਨੂੰ ਜ਼ਿਆਦਾ ਮਿਲਣੀਆਂ ਚਾਹੀਦੀਆਂ ਨੇ ਕਿਉਂਕਿ ਕੌਮੀ ਖੇਲ ਹੈ ਸਾਡਾ ਇਹਨੂੰ ਜ਼ਿਆਦਾ ਸਪੋਰਟ ਕਰਨਾ ਚਾਹੀਦਾ ਔਰ ਥੋੜਾ ਸਾ ਕੋਈ ਆਪਕੋ ਗਿਲਾ ਸ਼ਿਕਵਾਓ ਕਿ ਇਹ ਕਿਉਂ ਫੈਸਿਲਿਟੀਜ਼ ਕਮ ਅਗਰ ਕੋਈ ਐਸਾ ਸਿਸਟਮ ਆਏ ਕਿ ਇੱਕ ਬੱਚੇ ਨੂੰ ਉਹ ਹਾਕੀ ਖੇਡੇ ਚਾਹੇ ਨੈਸ਼ਨਲ ਲੈਵਲ ਤੇ ਚਾਹੇ ਆਪਣਾ ਸੂਬਾਈ ਲੈਵਲ ਤੇ ਖੇਡੇ ਬਿਲਕੁਲ ਠੀਕ ਉਹਨੂੰ ਐਨੇ ਕੋ ਪੈਸੇ ਮਿਲ ਜਾਣ ਕਿ ਉਹਨੂੰ ਪਤਾ ਲੱਗ ਜਾਏ ਕਿ ਯਾਰ ਮੈਂ ਆਪਣੀ ਬੱਚਿਆਂ ਦੀ ਤਾਲੀਮ ਤੇ ਉਹ ਕਰ ਦੇਵਾਂਗਾ ਬਿਲਕੁਲ ਠੀਕ ਤੇ ਮੇਰਾ ਖਿਆਲ ਹੈ ਕਿ ਲੋਕ ਜ਼ਿਆਦਾ ਆਣਗੇ ਇਸ ਵਜ੍ਹਾ ਤੋਂ ਵੀ ਨਹੀਂ ਆ ਰਹੇ ਇੱਧਰ ਕਿਉਂ ਨਹੀਂ ਹਲੇ ਤੱਕ ਤੁਸੀਂ ਅੱਜ ਤੱਕ ਨੈਸ਼ਨਲ ਗੇਮ ਤੇ ਖਰਚਾ ਕਿਉਂ ਨਹੀਂ ਹੋਇਆ ਤੁਸੀਂ ਗੱਲ ਕੀਤੀ ਕਿ ਜੀ ਤਮਾਮ ਪਾਕਿਸਤਾਨ ਜਿਹੜਾ ਨਾ ਉਹ ਮੈਚ ਦੇ ਇੰਤਜ਼ਾਰ 'ਚ ਬੈਠਾ ਹੁੰਦਾ ਸੀ ਔਰ ਵਾਕਈ ਰਾਬਤਾ ਟੁੱਟ ਜਾਂਦਾ ਸੀ ਅਤੇ ਲੋਕ
ਪਤਾ ਨਹੀਂ ਕੀ ਕਹਿੰਦੇ ਸੀ ਕਿ ਯਾਰ ਰਾਤਾਂ ਨਹੀਂ ਹੋ ਰਿਹਾ, ਬੜਾ ਕ੍ਰੇਜ਼ ਹੋਤਾ ਥਾ, ਰੇਡੀਓ ਕੱਲ ਨੂੰ ਲੱਗਿਆ, ਸਾਈਕਲਾਂ ਤੇ ਜਾ ਰਹੇ ਨੇ, ਠੀਕ ਹੈ ਜੀ ਜੀ, ਇਹ ਵਕਤ ਸੀ ਤੇ ਹੁਣ ਵੀ ਉਹੀ ਵਕਤ ਆ ਸਕਦਾ ਹੈ। ਹਾਕੀ ਪਾਕਿਸਤਾਨੀ ਕੌਮ ਦਾ ਪੈਸ਼ਨ ਹੈ, ਅੱਜ ਵੀ ਅਸੀਂ ਕਹਿੰਦੇ ਕਿ ਹਾਕੀ ਪਾਕਿਸਤਾਨੀ ਕੌਮ ਦੇ ਬਲੱਡ 'ਚ ਸ਼ਾਮਿਲ ਹੈਗੀ ਹੈ। ਜਦੋਂ ਹਾਕੀ ਦੀ ਗੱਲ ਹੁੰਦੀ ਹੈ, ਜਿੱਤ ਆਉਂਦੀਆਂ, ਤਮਾਮ ਕੌਮ ਇਕੱਠੀ ਹੋ ਜਾਂਦੀ ਹੈ। ਕਹਿਣ ਦਾ ਮਕਸਦ ਕੀ ਹੋਇਆ, ਫਲਾਂ ਇੱਕ ਤਾਂ ਜਿੱਤ ਨਹੀਂ ਆਈ ਜਿਹਦੀ ਵਜ੍ਹਾ ਨਾਲ ਲੋਕ ਮੁਤਨਫਰ ਹੋਏ, ਨੰਬਰ 2 ਤੁਸੀਂ ਦੇਖੋ ਕਿ ਕਿਸੇ ਨੇ ਹਾਕੀ ਨੂੰ ਔਨ ਵੀ ਨਹੀਂ ਕੀਤਾ। ਹਾਕੀ ਦੀ, ਹਾਕੀ ਇੱਕ ਮਹਿੰਗੀ ਗੇਮ ਹੈ, ਹਾਕੀ ਦੀ ਐਸਟ ਵਾਸਤੇ 3 ਕਰੋੜ ਰੁਪਇਆ ਚਾਹੀਦਾ। ਕ੍ਰਿਕਟ ਤੁਸੀਂ ਇੱਕ ਬੱਲਾ ਲੈ ਲਓ, ਇੱਕ ਗੇਂਦ ਲੈ ਲਓ ਤਾਂ 50 ਬੰਦੇ ਖੇਡ ਲਓ, ਠੀਕ ਹੈ, ਆਸਾਨ ਗਲੀ 'ਚ ਖੇਡ ਲਓ, ਛੱਤ 'ਤੇ ਖੇਡ ਲਓ, ਤੁਹਾਨੂੰ ਮੈਦਾਨ ਨਹੀਂ ਚਾਹੀਦਾ। ਇਸ ਕਰਕੇ ਪਾਪੂਲਰ ਪਬਲਿਕ ਗੇਮ ਬਣ ਗਈ ਨਾ, ਠੀਕ ਹੈ, ਉਹਨੂੰ ਆਸਾਨ ਗੇਮ ਵੀ ਹਾਕੀ ਨਹੀਂ ਖੇਡ ਸਕਦਾ, ਉਹਨੂੰ ਦੇਖੋ ਮਾਲੀ ਵੀ ਖੇਡ ਲੈਂਦਾ, ਉਹਨੂੰ ਸਵੀਪਰ ਵੀ ਖੇਡ ਲੈਂਦਾ, ਹਾਕੀ ਆਮ ਬੰਦਾ ਨਹੀਂ ਖੇਡ ਸਕਦਾ। ਹਾਕੀ ਤੁਹਾਨੂੰ ਸਿੱਖਣੀ ਪੈਂਦੀ ਹੈ, ਕ੍ਰਿਕਟ ਹੁਣ ਟੇਪ ਬਾਲ ਨੇ ਸਭ ਨੂੰ ਸਿਖਾ ਦਿੱਤੀ ਹੈ, ਠੀਕ ਹੈ। ਹੁਣ ਕਹਿਣ ਦਾ ਮਕਸਦ ਹੈਗਾ ਕਿ ਇੰਨੀ ਵੱਡੀ ਗੇਮ ਜਿਹਨੇ ਪਾਕਿਸਤਾਨ ਨੂੰ ਇੰਨੀ ਇੱਜ਼ਤ ਦਿੱਤੀ, ਠੀਕ ਹੈ, ਕੀ ਸਾਡੇ ਲੋਕ ਜਿਹੜੇ ਮੈਂ ਕਹਿੰਦਾ ਬੜੇ ਮੁਖੀਅਰ ਨੇ, ਉਹ ਇੰਨੇ ਕਮਜ਼ੋਰ ਨੇ ਕਿ ਇਹਨੂੰ ਓਨ ਨਹੀਂ ਕਰ ਸਕਦੇ। ਹਾਕੀ ਦਾ ਤਮਾਮ ਖਰਚਾ ਕਿੰਨਾ, ਇੱਕ ਸਾਲ, ਮੈਂ ਸਮਝਦਾ ਕਿ ਇੱਕ ਸਾਲ ਅਗਰ ਪੂਰੇ ਪਾਕਿਸਤਾਨ 'ਚ ਅਕੈਡਮੀਆਂ ਅਸੀਂ 100 ਲਾ ਦਈਏ ਨਾ, ਤਾਂ 15-20 ਕਰੋੜ ਤੋਂ ਜ਼ਿਆਦਾ ਖਰਚਾ ਨਹੀਂ ਹੈਗਾ। ਕਿ ਸਾਡੀ ਕੌਮ 'ਚ ਇੰਨਾ ਨਹੀਂ ਹੈ ਕਿ ਨੈਸ਼ਨਲ ਗੇਮ ਨੂੰ ਜ਼ਿੰਦਾ ਰੱਖਣ ਵਾਸਤੇ ਅਸੀਂ 15-20 ਕਰੋੜ ਇਕੱਠਾ ਨਹੀਂ ਕਰ ਸਕਦੇ ਜੀ। ਅਸੀਂ ਗੱਲ ਸਾਰੀ ਕਰ ਦਿੱਤੀ, ਮੁਖੀਅਰ ਹਜ਼ਰਾਤ ਦੇ ਸਿਰ 'ਤੇ ਸੁੱਟ ਦਿੱਤੀ, ਉਹਨਾਂ ਦੇ ਮੋਢਿਆਂ 'ਤੇ ਪਾ ਦਿੱਤੀ ਜੀ। ਸਰਕਾਰ ਨੂੰ ਆਪਣੇ ਬੜੇ ਕੰਮ ਹੁੰਦੇ ਨੇ ਜੀ, ਉਹਨਾਂ ਨੇ ਆਪਣੇ ਵੀ ਘਰ ਭਰਨੇ ਹੁੰਦੇ ਨੇ, ਉਹਨਾਂ ਨੂੰ ਛੱਡੋ ਜੀ। ਅਸੀਂ ਆਪ ਜਿਹੜਾ ਨਾ ਇਸ ਆਪਣੀ ਕੌਮੀ ਖੇਡ ਨੂੰ ਨਾ ਮੁਖੀਅਰ ਹਜ਼ਰਾਤ ਔਰ ਜਿਹੜੇ ਫਰੈਂਚਾਈਜ਼ ਨੇ, ਅਸੀਂ ਰਿਕੁਐਸਟ ਕਰਾਂਗੇ ਕਿ ਉਹ ਕਿਸੇ ਤਰ੍ਹਾਂ ਇਹਨੂੰ ਦੁਬਾਰਾ ਜ਼ਿੰਦਾ ਕਰਨ ਔਰ ਬੱਚੇ ਤੱਕ ਇਤਨੇ ਕੋਈ ਪੈਸੇ ਪਹੁੰਚਣ ਕਿ ਹਰ ਬੰਦਾ ਆਪਣੇ ਬੱਚੇ ਨੂੰ ਕਹੇ ਹਾਂ ਤੂੰ ਹਾਕੀ ਖੇਡ, ਤਾਂ ਕਿ ਮੁਸਤਕਬਲ ਸਕੇ ਹੋ। ਅੱਛਾ, ਜਾਂਦੇ ਜਾਂਦੇ ਆਖਰੀ ਸਵਾਲ, ਟਾਈਮ ਹੋ ਗਿਆ, ਪਛਤਾਵਾ ਤਾਂ ਨਹੀਂ ਕਿ ਸ਼ਾਇਦ ਕਾਸ਼ ਮੈਂ ਕ੍ਰਿਕਟਰ ਹੁੰਦਾ ਤਾਂ ਮੇਰੇ ਕੋਲ ਵੀ ਬੜਾ ਨੋਟ ਹੁੰਦਾ ਅਤੇ ਮੈਂ ਹਾਕੀ ਦਾ ਪਲੇਅਰ? ਨਹੀਂ ਜੀ, ਮੈਂ ਬੜਾ ਖੁਸ਼ਕਿਸਮਤ ਹੈ ਕਿ ਤਕਰੀਬਨ 28 ਦੇ ਕਰੀਬ ਮੇਰੇ ਕੋਲ ਮੈਡਲ ਨੇ, ਦੁਨੀਆ ਦੇ ਤਮਾਮ ਮੈਡਲ ਨੇ ਮੇਰੇ ਕੋਲ, ਜਿੰਨੀ ਦੁਨੀਆ ਮੈਂ ਕਹਾਂਗਾ ਕਿ ਜੋ ਕੁਛ ਵੀ ਹੈ, ਮੈਂ ਉਹ 2-3 ਚੀਜ਼ਾਂ ਤੁਹਾਨੂੰ ਮੈਂਸ਼ਨ ਕਰਾਂਗਾ। ਅੱਲਾਹ ਤਾਲਾ ਦੀ ਸਾਥ, ਮਾਂ ਬਾਪ ਦੀ ਦੁਆਵਾਂ, ਅੱਲਾਹ ਦੇ ਪਿਆਰੇ ਮਹਿਬੂਬ ਦਾ ਮੈਂ ਸਮਝਣਾ ਇਸ਼ਕ ਸਾਡੇ ਖਾਨਦਾਨ 'ਚ ਭਰਪੂਰ ਹੈ, ਇਹਦੇ ਸਦਕੇ ਸਭ ਕੁਛ ਮਿਲਿਆ, ਠੀਕ ਹੈ। ਕਿਸੇ ਚੀਜ਼ ਦਾ ਪਛਤਾਵਾ ਨਹੀਂ ਹੈਗਾ, ਪਛਤਾਵਾ ਹੈਗਾ ਤਾਂ ਇੱਕ ਹੈਗਾ ਬਸ, ਕਿ ਕਾਸ਼ ਮੈਂ ਉਸ ਦੌਰ 'ਚ ਹੁੰਦਾ ਜਦੋਂ ਅੱਲਾਹ ਦੇ ਪਿਆਰੇ ਮਹਿਬੂਬ ਸੀ, ਉਹ ਕੋਈ ਮੈਨੂੰ ਪਛਤਾਵਾ ਨਹੀਂ। ਵਾਹ ਵਾਹ, ਮਾਸ਼ਾਅੱਲਾ, ਨੋ ਰਿਗਰੈਟ, ਨੋ ਰਿਪੈਂਟੈਂਸ, ਕੋਈ। ਲਓ ਜੀ, ਬੜੀ ਮਿਹਰਬਾਨੀ ਭਾਈਜਾਨ, ਬੜਾ ਮਜ਼ਾ ਆਇਆ, ਬਹੁਤ ਮਜ਼ਾ ਆਇਆ, ਥੈਂਕ ਯੂ ਸੋ ਮਚ। ਤੁਹਾਨੂੰ ਤੁਹਾਨੂੰ ਕੋਈ ਐਸੀ ਗੱਲ ਬੁਰੀ ਲੱਗੀ ਹੋਵੇ? ਮੈਂ ਸਮਝਦਾ ਕਿ ਤੁਹਾਡਾ ਪ੍ਰੋਗਰਾਮ ਇੰਨਾ ਮਦਦਗਾਰ ਹੈ, ਠੀਕ ਹੈ, ਔਰ ਸੁਬਹਾ ਸੁਬਹਾ ਤੁਸੀਂ ਲੋਕਾਂ ਨੂੰ ਇੰਨੀ ਕੁ ਤਾਕਤ ਦਿੱਤੀ ਹੈ ਕਿ ਬਾਕੀ ਦਿਨ ਜਿਹੜਾ ਨਾ ਉਹ ਭਰਪੂਰ ਗੁਜ਼ਾਰਨਾ, ਇਨਸ਼ਾਅੱਲਾ। ਓ ਥੈਂਕ ਯੂ, ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਜਨਾਬ ਖਵਾਜਾ ਜੁਨੈਦ ਸਾਹਿਬ ਨਾਲ ਗੱਲਾਂ ਹੋਈਆਂ ਔਰ ਗੱਲ ਦਾ ਨਿਚੋੜ ਇਹ ਨਿਕਲਿਆ ਜੀ ਕਿ ਮੁਖੀਅਰ ਹਜ਼ਰਾਤ ਜਿਹੜੇ ਨੇ ਆਪਣੀ ਨੈਸ਼ਨਲ ਗੇਮ ਦੀ ਤਰਫ ਧਿਆਨ ਦੇਣ ਅਤੇ ਥੋੜ੍ਹੇ ਪੈਸੇ ਅੱਧੇ 'ਤੇ ਲਾ ਕੇ ਅਤੇ ਇਹਨੂੰ ਜ਼ਰਾ ਦੁਬਾਰਾ ਆਪਣੇ ਪੈਰਾਂ 'ਤੇ ਖੜੀ ਕਰਨ, ਔਰ ਇਹ ਲੋਕ ਲੱਗੇ ਨੇ, ਇਹਨਾਂ ਨੇ 21 ਸਾਲ ਬਾਅਦ ਔਰ ਸਾਨੂੰ 2-3 ਕਾਮਯਾਬੀਆਂ ਵੀ ਦਿੱਤੀਆਂ ਨੇ, ਅਤੇ ਇਨਸ਼ਾਅੱਲਾ ਉਹ ਵਕਤ ਫਿਰ ਆਏਗਾ ਕਿ ਰੇਡੀਓ ਕੰਨ ਨਾਲ ਲੱਗਿਆ ਅਤੇ ਹਾਕੀ ਦਾ ਮੈਚ ਦੇ ਸੁਣ ਰਹੇ ਨੇ। ਠੀਕ ਹੈ ਜੀ ਜੀ, ਇਸ ਸਾਥ ਇਜਾਜ਼ਤ ਲੈਤੇ ਹੈ, ਰਿਮੈਂਬਰ ਅਸ ਇਨ ਯੋਰ ਪ੍ਰੇਅਰਸ, ਟਿਲ ਦੈਨ ਟੇਕ ਕੇਅਰ, ਅੱਲਾ ਹਾਫਿਜ਼। ਭਾਜੀ, ਆਪਣੇ ਛੋਟੇ ਵੱਡੇ ਸੱਜੇ ਖੱਬੇ ਸਭ ਦਾ ਖਿਆਲ ਰੱਖੋ, ਪਿਆਰ ਕਰੋ, ਮੁਹੱਬਤਾਂ ਵੰਡੋ, ਮੁਹੱਬਤਾਂ ਦੀ ਬੜੀ ਸਖ਼ਤ ਜ਼ਰੂਰਤ ਹੈ। ਕੱਲ੍ਹ ਫਿਰ ਇੱਕ ਨਵੇਂ ਮਹਿਮਾਨ ਦੇ ਨਾਲ ਸਵੇਰੇ ਸਵੇਰੇ ਹਾਜ਼ਰ ਹੋਵਾਂਗੇ, ਰੱਬ ਰਾਖਾ।